ਜ਼ਿੰਦਗੀ ਚ ਕਸ਼ਮਕਸ਼ ਤੇ ਵਿੱਚ ਵਿਚਾਲਾ ਨਹੀਂ ਚਾਹੀਦਾ ਜਾਂ ਕਾਲਾ ਤੇ ਜਾਂ ਚਿੱਟਾ ਐਸੇ ਇਨਸਾਨ ਬਣੋ ਜ਼ਿੰਦਗੀ ਚ ਕਿ ਜੋ ਤੁਹਾਡਾ ਦਿਲ ਕਹਿੰਦਾ ਨਾ ਉਹ ਕਰੋ ਜਿਹੜਾ ਬੱਚਾ ਖੁਦ ਦੀ ਫੀਸ ਲਈ ਇੰਨਾ ਸਟਰਗਲ ਕੀਤਾ ਹੋਵੇ ਤੇ ਉਹ 120 ਜਣਿਆਂ ਨੂੰ ਤਨਖਾਹ ਦੇਵੇ ਹਰ ਮਹੀਨੇ ਉੱਥੋਂ ਤੱਕ ਪਹੁੰਚਣਾ ਜਿਹੜਾ ਵਾ ਉਹ ਇੱਕ ਤੁਹਾਡੇ ਅੰਦਰ ਦੀ ਐਨਰਜੀ ਤੁਹਾਨੂੰ ਲੈ ਕੇ ਆ ਸਕਦੀ ਉੱਥੋਂ ਤੱਕ ਖੁਸ਼ੀ ਬੜੀ ਹੁੰਦੀ ਜੇ ਮੇਰੇ ਪਾਪਾ ਨੂੰ ਤੇ ਨੀਂਦ ਨਹੀਂ ਆਉਂਦੀ ਲਾਈਕ ਮੈਂ ਤੇ ਜਦੋਂ ਸਾਡੇ ਇੱਥੇ ਕੋਈ ਵੱਡਾ ਬੰਦਾ ਆ ਜੇ ਆਫਿਸ 'ਚ ਤੇ ਮੈਨੂੰ ਤੇ ਟੈਨਸ਼ਨ ਪੈ ਜਾਂਦੀ ਹੈ ਅੱਜ ਮੇਰੇ ਪਾਪਾ ਨੂੰ ਨੀਂਦ ਨਹੀਂ ਆਉਣੀ ਰਾਤੀ ਮੇਰੇ ਕੋਲ ਕਰੋੜਾਂ ਰੁਪਏ ਬੈਂਕ 'ਚ ਪਏ ਹੋਣ ਤਾਂ ਮੈਂ ਉਹਨੂੰ ਸਕਸੈਸ ਨਹੀਂ ਮੰਨਾਂਗੀ ਪਰ ਜੇ ਮੈਨੂੰ ਕੋਈ IIT ਵਾਲਾ ਇੰਸਟੀਟਿਊਟ ਜਾਂ ਮੈਨੂੰ ਜਿੱਦਾਂ ਮੈਂ ਟੈਡ ਟਾਕ 'ਚ 2 ਵਾਰੀ ਗਈ ਹਾਂ ਠੀਕ ਆ ਇੱਦਾਂ ਮੈਨੂੰ ਕੋਈ ਬੁਲਾਏ ਤਾਂ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਦਾ ਕਿਸੇ ਨੂੰ ਮਹਿਸੂਸ ਕਰਨਾ ਅਤੇ ਫਿਰ ਉਸ ਪ੍ਰੋਬਲਮ ਦਾ ਤੁਸੀਂ ਹੱਲ ਕਰਨਾ ਜਿਹੜੇ ਲੋਕ ਇਹ ਚੀਜ਼ ਕਰਦੇ ਰਹਿਣਗੇ ਉਹਨਾਂ ਦੇ ਮਨ 'ਚ ਜਿਹੜਾ ਸਕੂਨ ਹੁੰਦਾ ਰਹੇਗਾ ਉਹ ਖੁਸ਼ ਰਹਿਣਗੇ ਮੇਰੇ ਵਾਂਗੂ ਵਧੀਆ ਸੌ ਸਕਦੇ ਨੇ 5 ਸਾਲ ਦੀ ਮੈਂ ਆਪਣੀ ਡਿਗਰੀ 'ਚ ਕਦੀ ਛੁੱਟੀ ਨਹੀਂ ਕੀਤੀ ਇੱਥੋਂ ਰੋਜ਼ LPU ਜਾਂਦੀ ਸੀ ਠੀਕ ਆ ਲੋਕਲ ਬੱਸਾਂ 'ਤੇ ਕਦੀ ਕੋਈ ਲੈਕਚਰ ਨਹੀਂ ਮਿਸ ਕੀਤਾ ਠੀਕ ਆ ਮੈਂ ਆਪਣੇ ਕਾਲਜ ਦੀ ਟੌਪਰ ਸੀ ਮੇਰੇ ਮੰਮੀ ਕਹਿੰਦੇ ਹੁੰਦੇ ਕਿ ਜੋਤੀ ਕਰਦੇ ਕਰਦੇ ਬੜਾ ਵਧੀਆ ਜੇ ਅੱਛਾ ਹੀ ਕਹਿੰਦੇ ਹਾਂ ਇਹੀ ਕਹਿੰਦੇ ਕਿ ਤੁਸੀਂ ਕਰਦੇ ਕੀ ਜੇ ਪਰ ਜੋਤੀ ਕਰਦੇ ਜੇ ਕਰਦੇ ਬੜਾ ਵਧੀਆ ਕਿ ਸਾਡੇ ਪਿੰਡ ਦਾ ਜਿਹੜਾ ਉਹ ਨਾਮ ਆ ਕੋਵਿਡ ਦੇ ਵਿੱਚ ਮੈਂ ਤਕਰੀਬਨ 1.5 ਕਰੋੜ ਦਾ ਲੋਨ ਲਿਆ ਤੇ ਮੈਂ ਆਪਣੀ ਕੰਪਨੀ 'ਚ ਕਿਸੇ ਨੂੰ ਵੀ ਨਹੀਂ ਕੱਢਿਆ ਠੀਕ ਹੈ ਜਿਹੜਾ ਕਿ ਇੱਕ ਬਹੁਤ ਹੀ ਵੱਡਾ ਸਟੈਪ ਸੀ ਜਿਹਦੇ ਕਰਕੇ ਮੇਰੇ ਨਾਲ ਕਈ ਲੋਕ ਨਾਰਾਜ਼ ਵੀ ਹੋ ਗਏ ਤੇ ਕਿਉਂਕਿ ਕੰਪਨੀ ਇੱਕ ਵਾਰੀ ਪੂਰੀ ਡਗਮਗਾ ਗਈ ਐ ਇਨਸਾਨ ਤੂੰ ਭੱਜ ਲੈ ਜਿੰਨਾ ਭੱਜਣਾ ਪਰ ਔਕੜਾਂ ਨੇ ਨਾ ਤੇਰਾ ਰਾਹ ਛੱਡਣਾ ਪਰ ਤੂੰ ਨਾ ਡਰੀ ਮਿਹਨਤ ਕਰੀ ਕਿਉਂਕਿ ਤੈਂ ਹੀ ਤਾਂ ਇੱਕ ਦਿਨ ਜਿੱਤ ਦਾ ਝੰਡਾ ਗੱਡਣਾ ਤੈਂ ਹੀ ਤਾਂ ਇੱਕ ਦਿਨ ਜਿੱਤ ਦਾ ਝੰਡਾ ਗੱਡਣਾ ਸਤਿ ਸ਼੍ਰੀ ਅਕਾਲ RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਝਾਤ ਅਤੇ ਅੱਜ ਦੀ ਝਾਤ ਇੱਕ ਖਾਸ ਇਨਸਾਨ 'ਤੇ ਆ ਕਿਉਂਕਿ ਤੁਸੀਂ ਭੂਮਿਕਾ ਤੋਂ ਸਮਝ ਹੀ ਗਏ ਹੋਵੋਗੇ ਪੰਜਾਬ ਦੀ ਉਸ ਧੀ 'ਤੇ ਆ ਜਿਸਨੇ ਜਿਸ ਤਰ੍ਹਾਂ ਦੇ ਨਾਲ ਮੈਂ ਗੱਲ ਕੀਤੀ ਆ ਕਿ ਜਿੱਤ ਦੇ ਝੰਡੇ ਗੱਡਣਿਆਂ ਜੇਕਰ ਤੁਹਾਡੇ ਸੁਪਨੇ ਜਿਹੜੇ ਹੈਗੇ ਆ ਉਹਨਾਂ ਨੇ ਦੇ ਵਿੱਚ ਉਡਾਣ ਭਰਨ ਦੀ ਜਾਨ ਆ ਤਾਂ ਵਾਕਿਆ ਦੇ ਵਿੱਚ ਇੱਕ ਦਿਨ ਜਿੱਤ ਦਾ ਝੰਡਾ ਤੁਸੀਂ ਜ਼ਰੂਰ ਗੱਡੋਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮਨਦੀਪ ਕੌਰ ਟਾਂਗਰਾ ਹੋਣਗੇ ਜਿਨ੍ਹਾਂ ਨੂੰ ਤੁਸੀਂ ਅਕਸਰ ਵੀਡੀਓ ਦੇ ਵਿੱਚ ਦੇਖਦੇ ਰਹਿੰਦੇ ਹੋ ਅਕਸਰ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਹੈਗਾ ਉਹ ਦੇਖਦੇ ਰਹਿੰਦੇ ਹੋ ਅਕਸਰ ਸਮਾਜ ਸੇਵਾ ਕਰਦਾ ਜਿਹੜਾ ਦੇਖਦੇ ਰਹਿੰਦੇ ਹੋ ਪਰ ਮਨਦੀਪ ਕੌਰ ਟਾਂਗਰਾ ਬਣ ਤੱਕ ਦਾ ਸਫ਼ਰ ਜਿਹੜਾ ਉਹ ਕਿਸ ਤਰ੍ਹਾਂ ਦਾ ਰਿਹਾ ਆ ਉਸ ਦੇ ਉੱਪਰ ਝਾਤ ਮਾਰਾਂਗੇ ਸਭ ਤੋਂ ਪਹਿਲਾਂ ਮਨਦੀਪ ਜੀ ਦਾ ਸਵਾਗਤ ਕਰ ਲੈਂਦੇ ਹਾਂ ਉਸ ਤੋਂ ਬਾਅਦ ਅਗਲੀ ਗੱਲਬਾਤ ਬਤਾਂਗੇ ਮਨਦੀਪ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਜਸ ਜੀ ਥੈਂਕ ਯੂ RMB ਟੈਲੀਵਿਜ਼ਨ ਦੀ ਅਤੇ ਤੁਹਾਡੀ ਸਾਰੀ ਟੀਮ ਦੀ ਅੱਛਾ ਜਿੰਨਾ ਕੁ ਮੈਂ ਤੁਹਾਡੇ ਬਾਰੇ ਪੜ੍ਹਿਆ ਆ ਮਨਦੀਪ ਕੌਰ ਟਾਂਗਰਾ ਇੱਕ ਕੰਪਨੀ ਦੇ ਵਿੱਚ ਜੌਬ ਕਰਦੀ ਆ ਉਸ ਤੋਂ ਬਾਅਦ ਹੌਲੀ 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 ਚੱਲਦਿਆਂ ਅਤੇ ਇੱਕ ਆਪਣਾ ਮੁਕਾਮ ਜਿਹੜਾ ਉਹ ਹਾਸਲ ਕਰਦੇ ਨੇ ਸਫ਼ਰ ਸੁਖਾਲਾ ਤਾਂ ਰਿਹਾ ਨਹੀਂ ਹੋਣਾ ਕਿਵੇਂ ਦੱਸ ਸਫ਼ਰ ਮੈਨੂੰ ਇੱਦਾਂ ਲੱਗਦਾ ਕਿ ਲੋਕ ਅਕਸਰ ਕਹਿੰਦੇ ਕਿ ਜੋ ਤੁਸੀਂ ਸੋਚੋ ਹੋ ਜਾਂਦਾ ਹੈ ਅਤੇ ਬੜੀਆਂ ਬੜੀਆਂ ਬੁੱਕਸ ਵੀ ਇਹਦੇ 'ਤੇ ਲਿਖੀਆਂ ਗਈਆਂ ਕਿ ਤੁਸੀਂ ਜਿਸ ਚੀਜ਼ ਨੂੰ ਸ਼ਿੱਦਤ ਨਾਲ ਚਾਹੋ ਤਾਂ ਤੁਹਾਨੂੰ ਮਿਲ ਜਾਂਦੀ ਹੈ ਅਤੇ ਮੈਂ ਵੀ ਇਸ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕੀਤਾ ਹੈ ਕਿ ਜੋ ਵੀ ਮੇਰਾ ਸੁਪਨਾ ਹੈ ਕਿ ਉਹ ਪੂਰਾ ਹੋ ਸਕਦਾ ਕਈ ਵਾਰੀ ਅੱਜ ਵੀ ਮੈਂ ਬੜਾ ਕੁਛ ਬਹੁਤ ਵੱਡਾ ਕਹਿ ਦਿੰਦੀ ਹਾਂ ਜੀ ਅਤੇ ਫਿਰ ਮੈਨੂੰ ਲੱਗਦਾ ਕਿ ਪਤਾ ਨਹੀਂ ਵਾਕਈ ਇਹ 20-30 ਸਾਲ ਬਾਅਦ ਸੱਚੀ ਮੁੱਚੀ ਇੱਦਾਂ ਨਾ ਹੋ ਜੇ ਸੋ ਮੈਂ ਉਹਨਾਂ 'ਚੋਂ ਹਾਂ ਕਿ ਜਿਹੜੇ ਵਿਸ਼ਵਾਸ ਨੂੰ ਹੀ ਰੱਬ ਮੰਨਦੇ ਨੇ ਅਤੇ ਮੈਨੂੰ ਲੱਗਦਾ ਕਿ ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ 'ਤੇ ਬਿਲੀਵ ਕਰੀ ਜਾਓ ਕਿ ਤੁਸੀਂ ਹਰ ਉਹ ਚੀਜ਼ ਪਾ ਸਕਦੇ ਹੋ ਜਿਹਨੂੰ ਤੁਸੀਂ ਸਹੀ ਤਰੀਕੇ ਨਾਲ ਉਹਨਾਂ ਸੋਚੋ ਹੁਣ ਮੈਂ ਇੱਥੇ ਬੈਠ ਕੇ ਕਹੀ ਜਾਵਾਂ ਕਿ ਨਹੀਂ ਮੈਨੂੰ ਇਹਨਾਂ ਮੈਨੂੰ ਤਾਂ ਕਾਲੀ ਮਰਸਡੀਜ਼ ਚਾਹੀਦੀ ਆ ਰਾਈਟ ਸੋ ਤੁਹਾਨੂੰ ਖੁਦ ਤੁਹਾਡਾ ਪਤਾ ਹੁੰਦਾ ਕਿ ਐਕਚੁਅਲ 'ਚ ਤੁਹਾਡੇ ਲਈ ਸਕਸੈਸ ਕੀ ਆ ਸੋ ਮੈਨੂੰ ਇਹ ਲੱਗਦਾ ਕਿ ਮੇਰੇ ਲਈ ਜੋ ਸਕਸੈਸ ਸੀ ਜਾਂ ਹੈ ਮੈਂ ਆਲਰੇਡੀ ਉੱਥੇ ਪਹੁੰਚ ਚੁੱਕੀ ਅੱਛਾ ਇੱਕ ਚੀਜ਼ ਹੋਰ ਦੱਸੋ ਇਹ ਚੀਜ਼ ਕਦੇ ਸੋਚੀ ਸੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ IT ਕੰਪਨੀ ਉਹ ਵੀ ਇੱਕ ਪਿੰਡ ਦੇ ਵਿੱਚ ਇੱਕ ਪਿੰਡ ਦੀ ਕੁੜੀ ਨੇ ਸੋਚਿਆ ਕਦੇ ਸੁਪਨਾ ਲਿਆ ਤੇ ਇਹ ਸੋਚਿਆ ਸੀ ਕਿ ਇਹ ਪੂਰਾ ਵੀ ਹੋਊਗਾ ਉਹੀ ਨਾ ਕਿ ਤੁਰਦੇ ਤੁਰਦੇ ਰਾਹ ਬਣ ਜਾਂਦੇ ਨੇ ਸੋ ਬਹੁਤ ਸਾਰੇ ਲੋਕ ਆ ਜਿਹੜੇ ਸ਼ੁਰੂ ਹੀ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਕਿ ਤੁਸੀਂ ਵੀ ਇੱਕ ਚੈਨਲ ਚਲਾ ਰਹੇ ਹੋ
ਹਨਾ ਤੇ ਸਾਨੂੰ ਅਸੀਂ ਸੋਚ ਹੀ ਨਹੀਂ ਪਾਉਂਦੇ ਬੈਠ ਕੇ ਕਿ ਇੱਕ ਦਿਨ ਸਾਡਾ ਚੈਨਲ ਗੁਜਰਾਤੀ ਵਿੱਚ ਵੀ ਹੋਏਗਾ ਬੰਗਲਾ ਵਿੱਚ ਵੀ ਹੋਏਗਾ ਠੀਕ ਹੈ ਤੇ ਤੁਸੀਂ ਇਦਾਂ ਨਹੀਂ ਸੋਚ ਰਹੇ ਸੋਚ ਨਹੀਂ ਪਾਉਂਦੇ ਹੁਣ ਨਹੀਂ ਸੋਚ ਪਾਉਂਦੇ ਰਾਈਟ ਪਰ ਜਿਹੜੇ ਲੋਕ ਔਖੇ ਤੋਂ ਔਖੇ ਪੜਾਅ ਜਿਹੜੇ ਆ ਉਹ ਸਬਰ ਨਾਲ ਪਾਰ ਕਰ ਜਾਂਦੇ ਆ ਜਦੋਂ ਕਿ ਬਿਲਕੁਲ ਸਮਝੋ ਤੁਹਾਡੇ ਨਾਲ ਵਾਲਾ ਪਾਰਟਨਰ ਤੁਹਾਡੇ ਮੰਮੀ ਤੁਹਾਡੀ ਵਾਈਫ ਜਾਂ ਤੁਹਾਡੀ ਕੋਈ ਵੀ ਹੈ ਨਾ ਬੰਦਾ ਤੁਹਾਨੂੰ ਖੁਦ ਕਹਿ ਰਹੇ ਹੋਵੇ ਕਿ ਇੱਥੇ ਤੁਸੀਂ ਗਲਤ ਹੋ ਤੁਸੀਂ ਨਹੀਂ ਕਰ ਸਕਦੇ ਤੇ ਫਿਰ ਵੀ ਤੁਸੀਂ ਉਸ ਟਾਈਮ ਜਿਹੜਾ ਵਾ ਉਹ ਅੱਗੇ ਜੇ ਨਹੀਂ ਜਾਂਦੇ ਤੇ ਪਿੱਛੇ ਵੀ ਨਹੀਂ ਮੁੜਦੇ ਤੁਸੀਂ ਸਬਰ ਕਰ ਲੈਂਦੇ ਹੋ ਉੱਥੇ ਹੀ ਖੜੇ ਰਹਿੰਦੇ ਹੋ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਹਰ ਚੀਜ਼ ਜਿਹੜੀ ਆ ਉਹ ਤੁਸੀਂ ਪਾ ਸਕਦੇ ਹੋ ਤੇ ਰਸਤੇ ਦੇ ਵਿੱਚ ਹੌਲੀ ਹੌਲੀ ਸਾਡਾ ਕੰਮ ਕੀ ਆ ਕਿ ਰੋਜ਼ ਪ੍ਰੋਬਲਮ ਸੋਲਵ ਕਰਨੀ ਠੀਕ ਆ ਆਪਣੇ ਆਪ ਨੂੰ ਐਨਰਜੈਟਿਕਲੀ ਲੈ ਕੇ ਆਉਣਾ ਆਫਿਸ ਦੇ ਵਿੱਚ ਆਪਣੇ ਕੰਮ ਦੇ ਵਿੱਚ ਆਪਣੀ ਜੌਬ ਦੇ ਵਿੱਚ ਪੂਰੀ ਐਨਰਜੀ ਨਾਲ ਸਵੇਰੇ ਲੈ ਕੇ ਆਉਣਾ ਕਿ ਅੱਜ ਮੇਰੇ ਅੱਗੇ 20 ਪ੍ਰੋਬਲਮਸ ਹੋਣਗੀਆਂ ਤੇ ਰੱਬ ਨੇ ਮੈਨੂੰ ਚੁਣਿਆ ਉਹ ਪ੍ਰੋਬਲਮਸ ਨੂੰ ਸੋਲਵ ਕਰਨ ਲਈ ਮੈਂ ਤੇ ਇਹੀ ਸੋਚ ਕੇ ਆਨੀ ਤੇ ਰੱਬ ਫਿਰ ਹੋਰ ਔਖੀਆਂ ਇਹਨੋ ਪ੍ਰੋਬਲਮਸ ਦਿੰਦਾ ਰਹਿੰਦਾ ਹੋਰ ਚੈਲੰਜਸ ਜਿਹੜੇ ਮਿਲਦੇ ਰਹਿੰਦੇ ਤੇ ਜਦੋਂ ਅਸੀਂ ਜ਼ਿੰਦਗੀ ਦੇ ਸੰਘਰਸ਼ਾਂ ਨੂੰ ਪਾਰ ਕਰਦੇ ਜਾਂਦੇ ਜ਼ਿੰਦਗੀ ਦੀਆਂ ਔਕੜਾਂ ਨੂੰ ਜਿਹੜੇ ਲੰਘਦੇ ਜਾਂਦੇ ਹਾਂ ਆਪਣੀ ਜ਼ਿੰਦਗੀ ਦੀਆਂ ਪ੍ਰੋਬਲਮ ਨੂੰ ਸੋਲਵ ਕਰਦੇ ਜਾਂਦੇ ਹਾਂ ਨਾਲ ਨਾਲ ਦੂਸਰਿਆਂ ਦਾ ਵੀ ਧਿਆਨ ਰੱਖਦੇ ਹਾਂ ਤੇ ਸਾਡੀ ਗਰੋਥ ਜਿਹੜੀ ਆ ਆਪਣੇ ਆਪ ਹੀ ਹੁੰਦੀ ਆ ਮੈਨੂੰ ਲੱਗਦਾ ਕਿ ਐਕਚੁਅਲ 'ਚ ਸਾਡਾ ਕੰਮ ਇਹ ਹੈਗਾ ਕਿ ਰੋਜ਼ ਜਿਹੜੇ ਸਾਡੇ ਅੱਗੇ ਪ੍ਰੋਬਲਮ ਆਈ ਆ ਉਹਨੂੰ ਬੈਸਟ ਤਰੀਕੇ ਨਾਲ ਉਹਨੂੰ ਸੋਲਵ ਕਰਨਾ ਤੇ ਆਪਣੀ ਜ਼ਿੰਦਗੀ ਦਾ ਬੈਲੈਂਸ ਬਣਾ ਕੇ ਰੱਖਣਾ ਕਿ ਜਿਹੜਾ ਕਿ ਤੁਹਾਨੂੰ 100 ਜਾਣੇ ਤੁਹਾਡਾ ਬੈਲੈਂਸ ਹਿਲਾਉਣ ਲਈ ਤੁਹਾਡੇ ਆਲੇ ਦੁਆਲੇ ਹੁੰਦੇ ਪਰ ਤੁਸੀਂ ਜਿਹੜਾ ਵਾ ਟਿਕੇ ਰਹਿਣਾ ਅੱਛਾ ਇੱਕ ਚੀਜ਼ ਹੋਰ ਦੱਸਿਓ ਤੁਸੀਂ ਸਾਥੀ ਦੀ ਗੱਲ ਕਰੀ ਹੈ ਪਰਿਵਾਰ ਦੀ ਗੱਲ ਕਰੀ ਹੈ ਤੁਹਾਡੀਆਂ ਕਈ ਪੋਸਟਾਂ ਦੇ ਉੱਪਰ ਝਾਤ ਮਾਰੀ ਆ ਤਾਂ ਤੁਹਾਡੇ ਪੋਸਟਾਂ ਦੇ ਵਿੱਚ ਇੱਕ ਪਿਤਾ ਜੀ ਦੀ ਚੱਕੀ ਦੀ ਜਿਹੜਾ ਜ਼ਿਕਰ ਆ ਉਹ ਬੜਾ ਆਉਂਦਾ ਆ ਕੀ ਕਾਰਨ ਹੈ ਦੇਖੋ ਸਾਰੇ ਪੁੱਛਦੇ ਕਿ ਐਨਰਜੀ ਕਿੱਥੋਂ ਆਉਂਦੀ ਹੈ ਇੰਨੀ ਸੋ ਕੱਲ੍ਹ ਵੀ ਕੋਈ ਮੇਰੇ ਕੋਲ ਮਹਿਮਾਨ ਆਏ ਸੀ ਅਤੇ ਉਹ ਵੀ ਉਹਨਾਂ ਨੂੰ ਮੈਂ ਇਹੀ ਦੱਸਿਆ ਕਿ ਐਨਰਜੀ ਇੱਥੋਂ ਆਉਂਦੀ ਜਦੋਂ ਘਰ ਤੋਂ ਕਿਉਂਕਿ ਮੇਰੀ ਜਿਹੜਾ ਘਰ ਆ ਉਹ ਚੱਕੀ ਪੂਰੀ ਲੰਘ ਕੇ ਫੇਰ ਆਉਂਦਾ ਸੋ ਚੱਕੀ ਲੱਗੀ ਹੋਈ ਆ ਫਿਰ ਤੇਲ ਵਾਲੀ ਮਸ਼ੀਨ ਲੱਗੀ ਆ ਫਿਰ ਰੂਮ ਪੈਂਜਾ ਵਾ ਅਤੇ ਫਿਰ ਘਰ ਦਾ ਦਰਵਾਜ਼ਾ ਆਉਂਦਾ ਅਤੇ ਫਿਰ ਅਸੀਂ ਅੰਦਰ ਜਾਈਦਾ ਰਾਈਟ ਅਤੇ ਉਹ ਜਿਹੜੀ ਮਹਿਕ ਆ ਠੀਕ ਹੈ ਉਹੀ ਮੇਰੇ 'ਚ ਜਿਹੜੀ ਰੋਜ਼ ਐਨਰਜੀ ਭਰਦੀ ਕਿਉਂਕਿ ਉਹ ਮੈਨੂੰ 34 ਈਅਰਸ ਦੀ ਮੈਂ ਹੋ ਗਈ ਹਾਂ ਅਤੇ 34 ਸਾਲ ਹੋ ਗਏ ਮੈਨੂੰ ਉੱਥੋਂ ਹੀ ਲੰਘਦੇ ਰਾਈਟ ਸੋ ਮੈਨੂੰ ਲੱਗਦਾ ਕਿ ਜਿੰਨੀ ਦੇਰ ਮੈਂ ਉੱਥੋਂ ਲੰਘਦੀ ਰਹਾਂਗੀ ਐਨਰਜੀ ਜਿਹੜੀ ਪੂਰੀ ਕਾਇਮ ਰਹੇਗੀ ਪਲੱਸ ਮੇਰੇ ਪਾਪਾ ਦਾ ਕੰਮ ਬਹੁਤ ਹੀ ਜ਼ਿਆਦਾ ਲੇਬਰ ਇੰਟੈਂਸਿਵ ਵਰਕ ਸੀ ਕਿ ਉਹ ਪਹਿਲਾਂ ਕੋਈ ਮੁੰਡੇ ਵੀ ਨਹੀਂ ਰੱਖੇ ਹੁੰਦੇ ਸੀ ਅਤੇ ਖੁਦ ਹੀ ਸਾਰਾ ਕੰਮ ਕਰਨਾ ਅੱਜ ਵੀ ਦੇਖੋ ਮੇਰੀ ਇੰਨੀ ਏਜ ਹੋ ਗਈ ਮੈਨੂੰ ਪੂਰਾ ਯਾਦ ਆ ਮੇਰੇ ਫਾਦਰ ਕਿੱਦਾਂ ਕੰਮ ਕਰਦੇ ਸੀ ਠੀਕ ਹੈ ਨਾ ਟਰਾਲੀਆਂ ਤੋਂ ਪੂਰੀਆਂ ਗੰਢਾਂ ਢੋਣੀਆਂ ਉਹਨਾਂ ਨੂੰ ਰੱਖਣਾ ਆਟਾ ਪੀਣਾ ਰਾਤ ਨੂੰ ਆਟਾ ਪੀਣਾ ਪੂਰੀ ਗਰਮੀ 'ਚ ਸਰਦੀ 'ਚ ਆਟਾ ਪੀਣਾ ਰੂੰ ਪਿੰਜਾ ਚਲਾਉਣਾ ਰੂੰ ਵਾਲੇ ਪਿੰਜੇ ਤੋਂ ਛੋਟਾ ਜਿਹਾ ਕਮਰਾ ਉਹਦੇ ਅੰਦਰ ਜਾ ਕੇ ਰੂੰ ਕੱਢਣਾ ਗਰਮੀ 'ਚ ਠੀਕ ਹੈ ਸੋ ਤੇਲ ਤੇਲ ਨਾਲ ਅੱਖਾਂ ਪੂਰੀਆਂ ਮਤਲਬ ਅੱਖਾਂ ਨੂੰ ਕੜੱਤਣ ਇੰਨੀ ਪੈਂਦੀ ਤੇਲ ਨਾਲ ਠੀਕ ਹੈ ਸੋ ਕੰਮ ਕੋਈ ਵੀ ਨਹੀਂ ਸੌਖਾ ਕੰਮ ਕੋਈ ਵੀ ਨਹੀਂ ਸੌਖਾ ਸੋ ਇੰਨਾ ਜ਼ਿਆਦਾ ਤੁਸੀਂ ਜਦੋਂ ਨਜ਼ਦੀਕੀ ਤੌਰ 'ਤੇ ਆਪਣੇ ਪੇਰੈਂਟਸ ਦਾ ਹਾਰਡਵਰਕ ਦੇਖ ਲੈਂਦੇ ਹੋ ਉਹਨਾਂ ਦੀ ਜਿਹੜੀ ਬਾਡੀ ਦੀ ਤਾਕਤ ਜਿਹੜੀ ਉਹਨਾਂ ਨੇ ਤੁਹਾਡੇ 'ਤੇ ਲਾਤੀ ਆ ਇੰਨੀ ਕਿਰਤ ਕਮਾਈ ਕਰਦੇ ਤੁਸੀਂ ਦੇਖ ਲੈਂਦੇ ਹੋ ਅਤੇ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਆਪਣੇ ਪੇਰੈਂਟਸ ਨੂੰ ਇੰਨਾ ਕਲੋਜ਼ਲੀ ਮਹਿਸੂਸ ਕਰਦੇ ਨੇ ਉਹਨਾਂ ਦੀ ਜਿੱਤ ਜਿਹੜੀ ਆ ਉਹ ਤੈਅ ਨਹੀਂ ਯਕੀਨਨ ਆ ਕਿ ਯਕੀਨਨ ਜਿੱਤ ਜਿਹੜੀ ਆ ਹੋਣੀ ਹੋਣੀ ਪ੍ਰੋਵਾਈਡਿਡ ਕਿ ਜਿਹੜੇ ਪੇਰੈਂਟਸ ਆ ਉਹ ਵੀ ਕਿਰਤ ਕਮਾਈ ਕਰ ਰਹੇ ਨੇ ਨੇਕ ਦਿਲ ਕਮਾਈ ਕਰ ਰਹੇ ਨੇ ਉਹ 'ਚ ਕੋਈ ਬੇਈਮਾਨੀ ਨਹੀਂ ਆ ਥੋੜ੍ਹੇ ਨਾਲ ਗੁਜ਼ਾਰਾ ਜਿਹੜਾ ਕਰ ਰਹੇ ਨੇ ਅਤੇ ਉਹਨਾਂ ਨੂੰ ਜਿਹੜਾ ਅੰਦਰੋਂ ਐਨਰਜੀ ਆਪਣੇ ਬੱਚਿਆਂ ਨੂੰ ਟ੍ਰਾਂਸਫਰ ਕਰਦੇ ਉਸ ਐਨਰਜੀ ਨਾਲ ਫਿਰ ਇਹੋ ਜਿਹੇ ਮੁਕਾਮ ਹਾਸਿਲ ਹੁੰਦੇ ਨੇ ਕਿ ਜਿਹੜਾ ਕਦੀ ਸੋਚਿਆ ਵੀ ਨਾ ਹੋਵੇ ਜਿਹੜਾ ਬੱਚਾ ਖੁਦ ਦੀ ਫੀਸ ਲਈ ਇੰਨਾ ਸਟਰਗਲ ਕੀਤਾ ਹੋਵੇ ਅਤੇ ਉਹ 120 ਜਾਣਿਆਂ ਨੂੰ ਤਨਖਾਹ ਦੇਵੇ ਹਰ ਮਹੀਨੇ ਉੱਥੋਂ ਤੱਕ ਪਹੁੰਚਣਾ ਜਿਹੜਾ ਵਾ ਉਹ ਇੱਕ ਤੁਹਾਡੇ ਅੰਦਰ ਦੀ ਐਨਰਜੀ ਤੁਹਾਨੂੰ ਲੈ ਕੇ ਆ ਸਕਦੀ ਉੱਥੋਂ ਤੱਕ ਇਹ ਕੋਈ ਪੈਸਾ ਨਹੀਂ ਲੈ ਕੇ ਆ ਸਕਦਾ ਕਿਸੇ ਦੀ ਸਹਾਇਤਾ ਨਹੀਂ ਲੈ ਕੇ ਆ ਸਕਦੀ ਸਰਕਾਰ ਦੀ ਕੋਈ ਪਾਲਿਸੀ ਨਹੀਂ ਇਹ ਚੀਜ਼ ਕਰ ਸਕਦੀ ਜਿਹੜੀ ਕਿ ਤੁਹਾਡੇ ਅੰਦਰੂਨੀ ਐਨਰਜੀ ਤੁਹਾਡੇ ਕੋਲ ਜਿਹੜਾ ਮੁਕਾਮ ਹਾਸਿਲ ਕਰਵਾ ਸਕਦੀ ਅੱਛਾ ਇੱਕ ਚੀਜ਼ ਹੋਰ ਦੱਸੋ ਜਦੋਂ ਬੰਦਾ ਪੜ੍ਹ ਲਿਖ ਜਾਂਦਾ ਆ ਉਸ ਤੋਂ ਬਾਅਦ ਚਲੋ ਠੀਕ ਆ ਇੱਕ ਆਪਣੀ ਕੰਪਨੀ ਸ਼ੁਰੂਆਤ ਕੀਤੀ ਸਟਾਰਟ ਕੀਤੀ 4 ਪੈਸੇ ਆਉਣ ਲੱਗ ਜਾਂਦਾ ਪਰ ਲੱਗਦਾ ਚਲੋ ਠੀਕ ਹੈ ਮੈਂ ਆਪਣੇ ਬਾਰੇ ਸੋਚਦਾ ਹਾਂ ਤੁਹਾਨੂੰ ਅਕਸਰ ਦੇਖਦੇ ਹਾਂ ਸਮਾਜ ਸੇਵਾ ਕਰਦੇ ਨੂੰ ਅਕਸਰ ਦੇਖਦੇ ਹਾਂ ਜਿਹੜੇ ਨੀਡੀ ਬੱਚੇ ਹੁੰਦੇ ਆ ਉਹਨਾਂ ਦੇ ਪੈਰਾਂ ਦੇ ਵਿੱਚ ਤੁਸੀਂ ਖੁਦ ਜਾ ਕੇ ਸ਼ੂਜ਼ ਜਿਹੜੇ ਪਾਉਂਦੇ ਹੋ ਦੇਖ ਕੇ ਬੜਾ ਚੰਗਾ ਵੀ ਲੱਗਦਾ ਇੱਕ ਸਵਾਲੀਆ ਚਿੰਨ੍ਹ ਵੀ ਖੜਾ ਹੁੰਦਾ ਕਿ ਯਾਰ ਇੱਕ ਕਿੱਧਰੋਂ ਸਮਾਜ ਸੇਵਾ ਵੱਲ ਮਤਲਬ ਬਹੁਤੇ ਘੱਟ ਇਨਸਾਨ ਉਹ ਸੋਚਦੇ ਇਹ ਕਿੱਦਾਂ ਦਾ ਕਿਵੇਂ ਬਣਿਆ ਸਬੱਬ ਕਿਵੇਂ ਆਇਆ ਦਿਮਾਗ ਦੇ ਵਿੱਚ ਵੀ ਯਾਰ ਨਹੀਂ ਇਹਨਾਂ ਬਾਰੇ ਵੀ ਕੁਛ ਕੀਤਾ ਜਾਵੇ ਦੇਖੋ ਮੈਨੂੰ ਮੇਰਾ ਮਨ ਕਰਦਾ ਕਿ ਮੈਂ ਆਪਣੇ ਪੇਰੈਂਟਸ ਲਈ ਬੈਸਟ ਕਰਕੇ ਦਿਖਾਵਾਂ ਜੀ
ਤੁਸੀਂ ਕੁਛ ਵੀ ਕਿਸੇ ਚੀਜ਼ ਨੂੰ ਅਚੀਵ ਕਰਨਾ ਤੇ ਤੁਹਾਡੇ ਮਨ 'ਚ ਕਲੈਰਿਟੀ ਬੜੀ ਹੋਣੀ ਚਾਹੀਦੀ ਕਿ ਤੁਸੀਂ ਕਿਉਂ ਕਰਨਾ। ਸੋ ਮੇਰੇ ਮਨ 'ਚ ਬਹੁਤ ਕਲੈਰਿਟੀ ਹੈ ਕਿ ਮੈਂ ਆਪਣੇ ਪੇਰੈਂਟਸ ਨੂੰ ਅੱਛਾ ਫੀਲ ਕਰਵਾਉਣ ਲਈ ਕਿ ਵਾਕਈ ਉਹਨਾਂ ਨੇ ਆਪਣੀ ਹਰ ਚੀਜ਼ ਦਾ ਤੇ ਲਾ ਕੇ ਮੈਨੂੰ ਬਣਾਇਆ ਅਤੇ ਅਸੀਂ ਕੁਛ ਕਰ ਸਕਦੇ ਹਾਂ। ਦੂਸਰਾ, ਅਸੀਂ ਆਪਣੀ ਕਾਬਲੀਅਤ ਚੈੱਕ ਕਰਨ ਲਈ ਦੁਨੀਆ 'ਤੇ ਆਏ ਹਾਂ, ਨਾ ਕਿ ਪੈਸਾ ਕਮਾਉਣ ਲਈ। ਪੈਸਾ ਤਾਂ ਆਪੇ ਸੈਕੰਡਰੀ, ਸੈਕਿੰਡ, ਥਰਡ ਨੰਬਰ 'ਤੇ ਪੈਸਾ ਵੀ ਆ ਜਾਏਗਾ, ਵਧੀਆ ਵਧੀਆ ਦੋਸਤ ਵੀ ਬਣ ਜਾਣਗੇ, ਠੀਕ ਹੈ। ਪਰ ਪਹਿਲੀ ਚੀਜ਼ ਕਿ ਰੱਬ ਨੇ ਸਾਨੂੰ ਸਾਡੀ ਬਾਡੀ ਅਤੇ ਸੋਲ 'ਚ ਕਿੰਨੀ ਤਾਕਤ ਦਿੱਤੀ ਆ, ਉਸ ਤਾਕਤ ਨੂੰ ਅਸੀਂ ਚੈੱਕ ਕਰਨ ਆਏ ਹਾਂ ਕਿ ਅੱਜ ਮੇਰੇ 'ਚ ਕਿੰਨੀ ਤਾਕਤ ਹੈ, ਠੀਕ ਹੈ। ਸੋ ਤਾਕਤ ਜਿਹੜੀ ਆ ਉਹ ਸਰੀਰ ਦੇ ਬਲ ਨਾਲ ਨਹੀਂ ਆਉਂਦੀ। ਬਹੁਤ ਜ਼ਿਆਦਾ ਲੋਕ ਨੇ ਕਿ ਜਿਹੜੇ ਜਿਮ ਜਾਂਦੇ ਨੇ, ਬਹੁਤ ਵਧੀਆ ਆਪਣੀ ਸਿਹਤ ਨੂੰ ਬਣਾ ਕੇ ਰੱਖਿਆ, ਪਰ ਮੈਂਟਲੀ ਤੌਰ 'ਤੇ ਪਰੇਸ਼ਾਨ ਨੇ ਅਤੇ ਸੁਸਾਈਡ ਕਰ ਲੈਂਦੇ ਨੇ, ਬਿਲਕੁਲ, ਠੀਕ ਹੈ। ਬਹੁਤ ਸਾਰੇ ਲੋਕ ਆ ਜਿਹੜੇ ਅੱਛੇ ਕੱਪੜੇ ਪਾਉਂਦੇ ਨੇ, ਉਹਨਾਂ ਕੋਲ ਵਧੀਆ ਕਾਰਾਂ ਨੇ, ਠੀਕ ਆ, ਅਤੇ ਉਹਨਾਂ ਦੇ ਘਰ 'ਚ ਤਕਰੀਬਨ ਕਈ ਤਰ੍ਹਾਂ ਦੇ ਝਗੜੇ ਨੇ, ਰਾਈਟ। ਸੋ ਅਸੀਂ ਉਦੋਂ ਤੱਕ ਸਫਲਤਾ ਨਹੀਂ ਹਾਸਲ ਕਰ ਸਕਦੇ ਜਦੋਂ ਤੱਕ ਸਾਡੇ ਮਨ 'ਚ ਸਕੂਨ ਨਹੀਂ, ਜਦੋਂ ਤੱਕ ਸਾਨੂੰ ਆਪਣੇ ਨਾਲ ਪਿਆਰ ਨਹੀਂ, ਜਦੋਂ ਤੱਕ ਸਾਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਸਫਲ ਹੋਣ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਖੁਸ਼ ਰੱਖਣਾ ਜਿਹੜਾ ਜ਼ਰੂਰੀ ਆ। ਅਤੇ ਖੁਸ਼ੀ ਦਾ ਮਤਲਬ ਮੁਸਕਰਾਉਣਾ ਨਹੀਂ, ਖੁਸ਼ੀ ਦਾ ਮਤਲਬ ਸਕੂਨ ਆ। ਸੋ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਉਹਨੂੰ ਮਹਿਸੂਸ ਕਰ ਸਕਦੇ ਹਾਂ ਅਤੇ ਉਸ ਤੋਂ ਬਾਅਦ ਉਹਦੀ ਪ੍ਰੋਬਲਮ ਸੋਲਵ ਕਰਨਾ। ਕਈ ਲੋਕ ਸਿਰਫ ਮਹਿਸੂਸ ਕਰ ਸਕਦੇ ਕਿ ਅੱਛਾ ਤੈਨੂੰ ਬੁਖਾਰ ਚੜਿਆ, ਤੂੰ ਆਪਣਾ ਧਿਆਨ ਰੱਖੀ, ਠੀਕ ਆ, ਪਰ ਉਹ ਉਸਨੂੰ ਮਹਿਸੂਸ ਕਰਨ ਤੋਂ ਬਾਅਦ ਉਹਦਾ ਹੱਲ ਕੱਢਣਾ ਕਿ ਆਹ ਦਵਾਈ ਤੂੰ ਖਾਣੀ ਹੈ, ਮੈਂ ਵੀ ਖਾਧੀ ਸੀ, ਮੈਂ ਆਪਣੀ ਮੰਮੀ ਨੂੰ ਲੈ ਕੇ ਦਿੱਤੀ ਅਤੇ ਇੱਦਾਂ ਇਹਨੂੰ ਸੋਲਵ ਕਰਨਾ। 3 ਦਿਨ ਬਾਅਦ ਉਹਨੂੰ ਪੁੱਛਣਾ ਤੇਰਾ ਹੋ ਗਿਆ ਠੀਕ, ਘਟਿਆ ਕਿ ਵਧਿਆ, ਆਹ ਡਾਕਟਰ ਕੋਲ ਆਪਾਂ ਚੱਲੀਏ, ਠੀਕ ਹੈ। ਸੋ ਮਹਿਸੂਸ ਕਰਨਾ ਕਿ ਉਹਦੇ ਕੋਲ ਸ਼ੂਜ਼ ਨਹੀਂ ਹੈਗੇ, ਮਹਿਸੂਸ ਕਰਨਾ ਕਿ ਚਮੜੀ ਦੇ ਰੋਗ ਹੋ ਸਕਦੇ ਨੇ, ਮਹਿਸੂਸ ਕਰਨਾ ਕਿ ਉਹਦੇ ਤੋਂ ਢਿੱਡ 'ਚ ਕੀੜੇ ਹੋਣਗੇ, ਅਨੀਮਿਕ ਹੋ ਜਾਏਗਾ ਬੰਦਾ, ਉਹਨੂੰ ਹੋਰ ਬਿਮਾਰੀਆਂ ਲੱਗਣਗੀਆਂ ਬੱਚੇ ਨੂੰ, ਅਤੇ ਉਸ ਤੋਂ ਬਾਅਦ ਉਹਦੇ ਪੇਰੈਂਟਸ ਦੇ ਵੀ ਪੈਸੇ ਲੱਗਣਗੇ, ਉਹ ਤਾਂ ਪਹਿਲਾਂ ਹੀ ਗਰੀਬ ਨੇ। ਅਤੇ ਉਸ ਤੋਂ ਬਾਅਦ ਉਹਦਾ ਹੱਲ ਕਰਨਾ ਕਿ ਉਹਨੂੰ ਸ਼ੂਜ਼ ਲੈ ਕੇ ਦਈਏ, ਉਹਨੂੰ ਸ਼ੌਂਕ ਪੈਦਾ ਹੋਵੇ ਕਿ ਮੈਂ ਸਾਫ਼ ਕਰਕੇ ਅਤੇ ਫਿਰ ਬੂਟ ਪਾਉਣੇ ਆ, ਹੈ ਨਾ, ਆਪਣੇ ਪੈਰਾਂ ਨੂੰ। ਸੋ ਜਦੋਂ ਤੁਹਾਨੂੰ ਇਹਨੂੰ ਆਪਾਂ ਇੰਗਲਿਸ਼ 'ਚ ਕੰਪੈਸ਼ਨ ਕਹਿ ਦਿੰਦੇ ਹਾਂ ਕਿ ਕਿਸੇ ਨੂੰ ਮਹਿਸੂਸ ਕਰਨਾ ਅਤੇ ਫਿਰ ਉਸ ਪ੍ਰੋਬਲਮ ਦਾ ਤੁਸੀਂ ਹੱਲ ਕਰਨਾ, ਜਿਹੜੇ ਲੋਕ ਇਹ ਚੀਜ਼ ਕਰਦੇ ਰਹਿਣਗੇ ਉਹਨਾਂ ਦੇ ਮਨ 'ਚ ਜਿਹੜਾ ਸਕੂਨ ਹੁੰਦਾ ਰਹੇਗਾ, ਉਹ ਖੁਸ਼ ਰਹਿਣਗੇ, ਮੇਰੇ ਵਾਂਗੂ ਵਧੀਆ ਸੌਂ ਸਕਦੇ ਨੇ, ਠੀਕ ਆ, ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਨੂੰ ਜੀ ਸਕਦੇ ਨੇ। ਅਤੇ ਜਿਹੜੇ ਲੋਕ ਆਪਣੇ ਆਪ ਨੂੰ ਸਕੂਨ ਪਹੁੰਚਾ ਸਕਦੇ ਨੇ, ਉਹ ਵੱਧ ਸੋਚ ਸਕਦੇ ਨੇ, ਉਹ ਹੋਰ ਕ੍ਰੀਏਟਿਵ ਹੋ ਸਕਦੇ ਨੇ, ਉਹ ਆਰਾਮ ਨਾਲ ਬੈਠ ਕੇ ਜਿੰਨੀਆਂ ਉਹਨਾਂ ਦੀ ਜ਼ਿੰਦਗੀ 'ਚ ਪ੍ਰੋਬਲਮ ਆ ਰਹੀਆਂ, ਭਾਵੇਂ ਬਿਜ਼ਨਸ ਭਾਵੇਂ ਪਰਸਨਲ, ਉਹਨਾਂ ਨੂੰ ਸੋਲਵ ਕਰ ਸਕਦੇ ਨੇ, ਉਹਨਾਂ 'ਚ ਸਬਰ ਵੱਧ ਆਏਗਾ ਅਤੇ ਉਹ ਵੱਧ ਪਰਫੋਰਮ ਕਰਨਗੇ। ਪੈਸੇ ਵੱਧ ਨਾਲ ਤੁਹਾਡਾ ਬਿਜ਼ਨਸ ਅੱਗੇ ਨਹੀਂ ਜਾਣਾ, ਤੁਹਾਡਾ ਖੁਦ ਦਾ ਵੱਧ ਅੰਦਰੂਨੀ ਸ਼ਕਤੀ ਹੋਣ ਨਾਲ ਤੁਸੀਂ ਅੱਗੇ ਜਾਣਾ। ਸੋ ਇਹ ਚੀਜ਼ ਸਮਝਣ ਦੀ ਲੋੜ। ਜਦੋਂ ਤੁਸੀਂ ਕਿਹਾ ਕਿ ਖੁਸ਼ੀ ਮਿਲਦੀ ਆ ਆਪਣੇ ਆਪਣੇ ਆਪ ਨੂੰ ਸਕੂਨ, ਜੇਕਰ ਤੁਸੀਂ ਖੁਸ਼ ਰਹਿਣਾ ਆਪਣੇ ਆਪ ਨੂੰ ਸਕੂਨ ਦਿਓ, ਜੇ ਹੁਣ ਆਪਣੇ ਆਪ ਨੂੰ ਸਕੂਨ, ਚਲੋ ਠੀਕ ਆ, ਬੰਦਾ ਸਮਝਾ ਲੂਗਾ, ਪਰ ਆਲਾ ਦੁਆਲਾ ਜਿਹੜਾ ਹੈਗਾ ਉਹ ਉਂਗਲਾਂ ਕਰਨੀਆਂ, ਲੱਤਾਂ ਖਿੱਚਣੀਆਂ, ਉਹ ਨਹੀਂ ਹਟਦਾ, ਫਿਰ ਬੰਦਾ ਕਹਿੰਦਾ ਮੈਂ ਕਿਵੇਂ ਖੁਸ਼ ਰਹਾਂ। ਕਦੇ ਨਾ ਕਦੇ ਤਾਂ ਇਕੱਲੇ ਬੈਠੇ ਯਾਦ ਆ ਜਾਂਦਾ ਉਹਨੇ ਆਹ ਗੱਲ ਕਹੀ ਸੀ, ਉਹਨੇ ਆਹ ਗੱਲ ਕਹੀ ਸੀ, ਫਿਰ ਉਦੋਂ ਕਿਵੇਂ ਆਪਦੇ ਆਪ ਨੂੰ ਸੰਭਾਲੇ। ਸੋ ਦੋ ਚੀਜ਼ਾਂ ਨੇ, ਜਿਹਨੇ ਜਿਹਨੇ ਜਿਹੜੀ ਜਿਹੜੀ ਗੱਲ ਕਹੀ ਆ ਉਹਨੂੰ ਟ੍ਰਿਗਰ ਬਣਾ ਕੇ ਰੱਖੋ ਕਿ ਭੂਆ ਜੀ ਨੇ ਆਹ ਗੱਲ ਕਹੀ ਸੀ, ਠੀਕ ਹੈ, ਮੇਰੇ ਕਜ਼ਨ ਨੇ ਆਹ ਗੱਲ ਕਹੀ, ਮੇਰੇ ਦੋਸਤ ਨੇ, ਗੁਆਂਢੀ ਨੇ ਆਹ ਵਾਲਾ ਮੇਣਾ ਮਾਰਤਾ, ਠੀਕ ਹੈ, ਅਤੇ ਉਹਨੂੰ ਟ੍ਰਿਗਰ ਬਣਾ ਕੇ ਰੱਖੋ, ਠੀਕ ਹੈ, ਟ੍ਰਿਗਰ ਬਣਾ ਕੇ ਰੱਖੋਗੇ ਅੰਦਰ ਅਤੇ ਉਹ ਫਿਰ ਤੁਹਾਡਾ ਹੋਰ ਤੁਹਾਡੇ 'ਚ ਜਾਨ ਹੋਣੀ ਚਾਹੀਦੀ ਕਿ ਉਹਨੇ ਮੈਨੂੰ ਇਹ ਗੱਲ ਕਹੀ ਸੀ, ਅਤੇ ਆਪਾਂ ਉਹ ਗੱਲ ਕਹੀ ਸੀ ਨੂੰ ਆਪਣੇ 'ਤੇ ਨੈਗੇਟਿਵ ਪ੍ਰਭਾਵ ਨਹੀਂ ਪਾ ਲੈਣਾ ਕਿ ਹੁਣ ਮੇਰੇ ਕੋਲ ਉੱਠਿਆ ਹੀ ਨਹੀਂ ਜਾ ਰਿਹਾ, ਹੁਣ ਉਹਨੇ ਉਹ ਗੱਲ ਕਹਿਤੀ ਅਤੇ ਇਸ ਕਰਕੇ ਸਾਨੂੰ ਹੋਰ ਵਧੀਆ ਜਿਹੜਾ ਪਰਫੋਰਮ ਕਰਨਾ ਚਾਹੀਦਾ। ਬਾਕੀ ਦੁਨੀਆ ਆਪਾਂ ਜਿਸ ਤਰ੍ਹਾਂ ਦੇ ਆ ਸਾਨੂੰ ਐਕਸੈਪਟ ਕਰ ਰਹੀ ਆ, ਸਾਨੂੰ ਕ੍ਰਿਟੀਸਾਈਜ਼ ਵੀ ਕਰ ਰਹੀ, ਸਾਨੂੰ ਤਾਰੀਫ ਵੀ ਕਰ ਰਹੀ ਸਾਡੀ। ਸੋ ਦੁਨੀਆ ਜਿਸ ਤਰ੍ਹਾਂ ਦੀ ਹੈ ਉਸ ਨੂੰ ਉਸ ਤਰ੍ਹਾਂ ਐਕਸੈਪਟ ਕਰਨਾ ਸਿੱਖਣਾ ਚਾਹੀਦਾ, ਠੀਕ ਆ। ਅਤੇ ਜਿਹੜੇ ਜ਼ਿਆਦਾ ਦੁਖੀ ਕਰਦੇ ਆ ਕਿ ਬਹੁਤ ਹੀ ਹਰਟ ਕਰਤਾ, ਵੀ ਅੱਤ ਹੀ ਮਚਾਤੀ, ਹੈ ਨਾ, ਉਹ ਫਿਰ ਉਹਨਾਂ 'ਤੇ ਤਰਸ ਕਰੋ, ਠੀਕ ਹੈ, ਸੋਚੋ ਉਹਨਾਂ ਨੂੰ ਉਹ ਬਿਮਾਰ ਨੇ, ਉਹਨਾਂ ਨੂੰ ਅਤੇ ਜਾਂ ਉਹ ਇਹੋ ਜਿਹੇ ਇਨਵਾਇਰਮੈਂਟ 'ਚ ਹੀ ਪਲੇ ਨੇ ਕਿ ਉਹਨਾਂ ਨੇ ਇੱਦਾਂ ਹੀ ਰਹਿਣਾ ਵਾ, ਰਾਈਟ। ਤੁਸੀਂ ਖੁਦ ਤੁਹਾਡਾ ਵਿਸ਼ਾਲ ਹੈ ਵਿਜ਼ਨ, ਠੀਕ ਹੈ, ਤੁਸੀਂ ਇੱਕ ਅੱਛਾ ਚੈਨਲ ਬਣਾਉਣਾ ਚਾਹੁੰਦੇ ਹੋ, ਤੁਹਾਨੂੰ ਪਤਾ ਹੈ ਕਿ ਤੁਹਾਡੀ 3-4 ਜਣਿਆਂ ਦੀ ਵਧੀਆ ਟੀਮ ਆ, ਜਿੱਥੇ ਤੁਸੀਂ ਇੱਕ ਦਿਨ 'ਚ 3 ਵੀਡੀਓ ਕਰਦੇ, ਤੁਸੀਂ 6 ਵੀ ਕਰ ਸਕਦੇ, ਜੇ ਤੁਸੀਂ ਇਹਨੂੰ ਕਿਸੇ ਹਿੰਦੀ 'ਚ ਵੀ ਕਰ ਸਕਦੇ, ਇਹਨੂੰ ਹੋਰ ਵੱਡਾ ਜਿਹੜਾ ਉਹ ਕਰ ਸਕਦੇ ਹੋ। ਸੋ ਦੂਸਰਿਆਂ ਨੂੰ ਇਹ ਨਾ ਸੋਚੋ ਕਿ ਤੁਹਾਡੇ ਨਾਲ ਨਾਲ ਗਰੋ ਕਰਨ, ਠੀਕ ਹੈ, ਤੁਸੀਂ ਦੂਸਰਿਆਂ, ਤੁਹਾਡੇ ਜਿਹੜੇ ਤੁਹਾਡਾ ਸਰਕਲ ਆ
ਕੋਈ ਕੋਈ ਤੁਹਾਡਾ ਦੋਸਤ ਹੋਏਗਾ ਜੋ ਅਖੀਰ ਤੱਕ ਤੁਹਾਡੇ ਨਾਲ ਜਾਏਗਾ, ਉਹ ਹੀ ਜਾ ਸਕਦਾ ਜਿਹੜਾ ਸੋਚ ਵਿੱਚ ਤੇ ਵਿਜ਼ਨ ਵਿੱਚ ਤੁਹਾਡੇ ਨਾਲ ਗਰੋ ਕਰ ਰਿਹਾ। ਸੋ ਤੁਸੀਂ ਦੂਸਰਿਆਂ ਤੋਂ ਇਹ ਆਸ ਨਾ ਰੱਖੋ ਕਿ ਅੱਜ ਮੇਰਾ ਗੁਆਂਢੀ ਕਹਿ ਰਿਹਾ ਸੀ ਕਿ ਤੁਹਾਡੀਆਂ 3 ਵੀਡੀਓ ਆਈਆਂ ਤੇ ਤੁਸੀਂ ਬਹੁਤ ਹੀ ਵਧੀਆ ਹੋ, ਤੇ ਕੱਲ੍ਹ ਜਦੋਂ 6 ਹੋ ਗਈਆਂ ਤੇ ਉਹ ਕੁਝ ਕਹਿ ਨਹੀਂ ਰਿਹਾ ਜਾਂ ਹੁਣ ਨਹੀਂ ਕਹਿ ਰਿਹਾ ਕਿ ਵਧੀਆ, ਉਹਦੀ ਸੋਚ ਹੀ 19 ਹੈ। ਸੋ ਤੁਹਾਨੂੰ ਹੁਣ ਅੱਗੇ ਉਹੋ ਜਿਹੇ ਸਰਕਲ ਦੀ ਲੋੜ ਹੈ ਕਿ ਜਿਹੜਾ ਤੁਹਾਨੂੰ 6 ਤੇ ਕਵੇ ਕਿ ਤੂੰ ਬਹੁਤ ਵਧੀਆ ਕਰ ਰਿਹਾ, ਰਾਈਟ? ਸੋ ਉਹ ਯੂ ਨੋ ਹਰ ਇੱਕ ਦੀ ਇੱਕ ਆਪਣੇ ਆਪਣੀ ਬਕਟ 'ਚ ਪਾ ਕੇ ਰੱਖੋ, ਉਸ ਤਰ੍ਹਾਂ ਹੀ ਤੁਸੀਂ ਉਹਨਾਂ ਨੂੰ ਮਿਲੋ। ਦੂਸਰਿਆਂ ਤੋਂ ਐਕਸਪੈਕਟ ਨਾ ਕਰੋ ਕਿ ਉਹ ਤੁਹਾਨੂੰ ਤੁਹਾਡੀ ਗਰੋਥ ਵਿੱਚ, ਤੁਹਾਡੇ ਵਿਜ਼ਨ 'ਚ, ਜ਼ਿੰਦਗੀ 'ਚ ਅੱਗੇ ਵਧਣ ਨਾਲ ਤੁਹਾਡੇ ਨਾਲ ਨਾਲ ਜਿਹੜਾ ਉਹ ਚੱਲਦਾ ਰਹੇ ਨਾਲ ਨਾਲ। ਕਿਸੇ ਨੇ ਵੀ ਨਹੀਂ ਰਹਿਣਾ ਦੁਨੀਆ 'ਤੇ ਇਕੱਲੇ ਆਏ ਅਤੇ ਇਕੱਲੇ ਜਾਣਾ। ਇਹ ਚੀਜ਼ਾਂ ਸਾਹਮਣਾ ਤਾਂ ਮਨਦੀਪ ਜੀ ਤੁਹਾਨੂੰ ਵੀ ਕਰਨਾ ਪਊ, ਕਿ ਮਤਲਬ ਸ਼ਾਇਦ ਕਾਫੀ ਪੁਰਾਣੀਆਂ ਵੀਡੀਓਜ਼ ਦੇਖੀਆਂ ਨੇ ਜਿਹਦੇ ਵਿੱਚ ਸ਼ਾਇਦ ਮਨਦੀਪ ਨੂੰ ਰੋ ਕੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਹਨਾ ਲੋਕਾਂ ਮੁਹਰੇ ਦੱਸਣੀਆਂ ਪਈਆਂ ਕਿ ਮੈਂ ਇਦਾਂ, ਮੈਂ ਨਹੀਂ, ਕਿਉਂਕਿ ਉਂਗਲਾਂ ਚੁੱਕਣ ਵਾਲੇ ਬਹੁਤ ਆ। ਇਹ ਚੀਜ਼ਾਂ ਤਾਂ ਤੁਸੀਂ ਵੀ ਆਪਣੇ ਆਪ ਨੂੰ ਸੰਭਾਲਿਆ? ਹਾਂ ਬਿਲਕੁਲ। ਦੇਖੋ ਸਾਰਿਆਂ 'ਤੇ ਦੌਰ ਆਉਂਦਾ, ਵਕਤ ਦੇ ਨਾਲ ਹੀ ਮੈਚਿਓਰਿਟੀ ਆਉਂਦੀ ਆ। ਜੋ ਮੈਂ 26 ਸਾਲ ਦੀ ਉਮਰ 'ਚ ਹੀ ਮੇ ਬੀ ਹੁਣ 34 'ਚ ਨਹੀਂ ਆ, ਹੁਣ ਮੈਨੂੰ ਸਮਝ ਆ ਗਈ ਹੌਲੀ ਹੌਲੀ। ਸੋ ਉਦੋਂ ਵੀ ਲੋਕ ਕਹਿੰਦੇ ਸੀ ਕਿ ਨਹੀਂ ਇੰਨਾ ਬੋਦਰ ਕਰਨਾ ਚਾਹੀਦਾ ਹਨਾ, ਪਰ ਆਪਾਂ ਬੋਦਰ ਜਿਹੜਾ ਉਹ ਕਰਦੇ ਹਾਂ। ਬਟ ਮੈਂ ਤਾਂ ਥੈਂਕਫੁਲ ਆ, ਜਿੰਨਾ ਜ਼ਿਆਦਾ ਲੋਕ ਤੁਹਾਨੂੰ ਮੈਂਟਲੀ ਟੋਰਚਰ, ਹਰਾਸ, ਪਰੇਸ਼ਾਨ ਕਰਦੇ ਨੇ, ਉਨਾ ਹੀ ਕਈ ਲੋਕ ਇਹਨੂੰ ਲੈਂਦੇ ਕਿ ਮੇਰਾ ਜੀ ਬਹੁਤ ਸਿਰ ਦਰਦ ਹੋ ਗਿਆ ਤੇ ਮੈਂ ਬਹੁਤ ਵੀਕ ਹੋ ਗਿਆ ਵਾਂ, ਹਨਾ, ਕਿ ਮੈਂ ਇੰਨਾ ਪਰੇਸ਼ਾਨੀ ਝੱਲੀ ਆਪਣੇ ਪਾਸਟ ਵਿੱਚ। ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਲੈ ਸਕਦੇ ਹੋ ਕਿ ਮੈਨੂੰ ਜਿਵੇਂ ਰੋਜ਼ ਐਕਸਰਸਾਈਜ਼ ਕਰਕੇ ਤੇ ਮੇਰੀ ਮਸਲ ਸਟਰੈਂਥ ਬਣਦੀ ਆ, ਉਦਾਂ ਹੀ ਇਹ ਜਦੋਂ ਨੈਗੇਟਿਵ ਚੀਜ਼ਾਂ ਹੁੰਦੀਆਂ ਤੇ ਇਹ ਵੱਧ ਤੋਂ ਵੱਧ ਹੋਣ ਤੇ ਤੁਹਾਡੀ ਜਿਹੜੀ ਮਾਨਸਿਕ ਤੌਰ ਤੇ ਸਟਰੈਂਥ ਬਣਦੀ ਆ, ਜਦੋਂ ਸਮਝੋ ਕਿ ਤੁਹਾਡਾ ਬਹੁਤ ਨੇੜਲਾ ਬੰਦਾ ਤੁਹਾਨੂੰ ਛੱਡ ਗਿਆ, ਠੀਕ ਹੈ ਨਾ, ਤੁਸੀਂ 30 ਸਾਲ ਦਾ ਦੋਸਤ ਤੁਹਾਨੂੰ ਛੱਡ ਗਿਆ, ਤੇ ਉਸ ਤੋਂ ਬਾਅਦ ਜਿਹੜਾ 3 ਸਾਲ ਦਾ ਦੋਸਤ ਬਣਿਆ ਹੋਊਗਾ ਨਾ, ਤੁਹਾਨੂੰ ਫਰਕ ਨਹੀਂ ਪੈਣਾ। ਉਹਨੇ ਕਹਿਣਾ ਕਿ ਯਾਰ ਮੈਂ 3 ਸਾਲ ਬਾਅਦ ਆਪਣੀ 3 ਸਾਲ ਦੋਸਤ ਹੀ ਰਹੀ, ਤੇ 3 ਸਾਲ ਬਾਅਦ ਤੂੰ ਮੈਨੂੰ ਬਾਅਦ ਚੋਂ ਪੁੱਛਿਆ ਹੀ ਨਹੀਂ ਕਿ ਮੈਂ ਤੇਰੇ ਨਾਲ ਨਾਰਾਜ਼ ਹੋ ਗਿਆ ਤੇ ਤੂੰ ਮੈਨੂੰ ਮਨਾਇਆ ਨਹੀਂ, ਤੇ ਤੁਹਾਡੇ ਮਾਇੰਡ 'ਚ ਇੱਕ ਐਗਜ਼ਾਮਪਲ ਹੋਏਗੀ ਕਿ ਮੈਂ 30 ਸਾਲ ਵਾਲਾ ਦੋਸਤ ਛੱਡਿਆ ਤੇ ਮੇਰੇ ਮਾਇੰਡ ਦੀ ਉਹ ਸਟਰੈਂਥ ਬਣੀ ਕਿ ਜੇ ਉਹ ਛੱਡ ਸਕਦਾ ਤੇ 3 ਸਾਲ ਵਾਲਾ ਤੇ ਕੁਛ ਵੀ ਨਹੀਂ ਆ, ਠੀਕ ਹੈ ਨਾ। ਸੋ ਕਈ ਚੀਜ਼ਾਂ ਇਹ ਕਿ ਤੁਹਾਨੂੰ ਤੁਹਾਡੇ 'ਚ ਹੋਰ ਸਬਰ ਲੈ ਕੇ ਆਉਣ ਲਈ, ਤੁਹਾਡੇ ਤੁਹਾਨੂੰ ਮਾਨਸਿਕ ਤੌਰ 'ਤੇ ਹੋਰ ਸਟਰੋਂਗ ਕਰਨ ਲਈ ਜ਼ਿੰਦਗੀ 'ਚ ਆਉਂਦੀਆਂ। ਸੋ ਹਰ ਚੀਜ਼ ਨੂੰ ਜਿਹੜਾ ਉਹ ਪੋਜ਼ਿਟਿਵਲੀ ਲੈਣਾ ਬੜਾ ਜ਼ਰੂਰੀ, ਕਿਉਂਕਿ ਜ਼ਿੰਦਗੀ ਇੱਦਾਂ ਹੀ ਜੀ ਜਾ ਸਕਦੀ ਆ। ਇਹ ਜਦੋਂ ਸਾਡੇ ਕੋਲ ਔਖਾ ਸਮਾਂ ਆਉਂਦਾ ਵਾ ਤੇ ਉਹ ਸੈਡ ਹੋ ਕੇ ਅਸੀਂ ਆਪਣੀ ਐਨਰਜੀ ਵੇਸਟ ਕਰ ਦਿੰਦੇ ਹਾਂ ਤੇ ਫਿਰ ਅੱਗੇ ਨਹੀਂ ਵੱਧਦੇ। ਲੋਕ ਤਾਂ ਅੱਗੇ ਚਾਹੁੰਦੇ ਨੇ ਕਿ ਤੁਸੀਂ ਅੱਗੇ ਨਾ ਵਧੋ, ਕਿ ਅੱਜ ਤੁਹਾਨੂੰ ਬੁਖਾਰ ਆ ਤੇ ਗੁਆਂਢੀ ਨੇ ਕਹਿ ਦੇਣਾ ਕਿ ਹਾਂਜੀ ਯਾਰ ਅੱਜ ਨਾ ਤੂੰ ਜਾਈ, ਅੱਜ ਬੁਖਾਰ ਆ, ਅੱਜ ਮੀਂਹ ਪੈ ਗਿਆ, ਹੁਣ ਤੁਸੀਂ ਅੱਜ ਮੀਂਹ 'ਚ ਆਏ ਤੇ ਮੈਨੂੰ ਤਾਂ ਵਧੀਆ ਲੱਗ ਰਿਹਾ, ਠੀਕ ਹੈ ਨਾ। ਸੋ ਇਸ ਤਰ੍ਹਾਂ ਦੇ ਜਜ਼ਬੇ ਦੀ ਜਿਹੜੀ ਲੋੜ ਆ ਕਿ ਮੀਂਹ ਹੋਵੇ, ਹਨੇਰੀ ਹੋਵੇ, ਆਪਾਂ ਜਿਹੜਾ ਆਪਣਾ ਜੋ ਸੋਚਿਆ ਕੰਮ ਆ ਉਹਨੂੰ ਮੁਕੰਮਲ ਕਰਨਾ ਹੀ ਕਰਨਾ। ਇਹ 'ਚ ਮੈਂ ਛੋਟੀ ਜਿਹੀ ਗੱਲ ਐਡ ਕਰਦੀ, ਜਿਹੜੀ ਤਕਰੀਬਨ ਹਰ ਇੰਟਰਵਿਊ 'ਚ ਮੈਂ ਦੱਸਦੀ ਹਾਂ ਕਿ 5 ਸਾਲ ਦੀ ਮੈਂ ਆਪਣੀ ਡਿਗਰੀ 'ਚ ਕਦੀ ਛੁੱਟੀ ਨਹੀਂ ਕੀਤੀ, ਇੱਥੋਂ ਰੋਜ਼ LPU ਜਾਂਦੀ ਸੀ, ਠੀਕ ਆ, ਲੋਕਲ ਬੱਸਾਂ 'ਤੇ, ਕਦੀ ਕੋਈ ਲੈਕਚਰ ਨਹੀਂ ਮਿਸ ਕੀਤਾ, ਠੀਕ ਆ, ਮੈਂ ਆਪਣੇ ਕਾਲਜ ਦੀ ਟੋਪਰ ਸੀ। ਸੋ ਉਹੀ ਆ ਕਿ ਤੇ ਮੇਰੀ ਲਰਨਿੰਗ ਕਿੰਨੀ ਹੋ ਗਈ, ਉਹ ਟੋਪਰ 'ਤੇ ਇੱਕ ਵੱਖਰੀ ਗੱਲ ਆ, ਮੈਂ ਸਿੱਖਿਆ ਕਿੰਨਾ ਹੋਏਗਾ। ਸੋ ਕੰਸਿਸਟੈਂਟ ਰਹਿਣ ਦਾ, ਮੀਂਹ ਹੋਵੇ, ਹਨੇਰੀ ਹੋਵੇ, ਜੋ ਮਰਜ਼ੀ ਹੋਵੇ, ਅੱਜ ਹੁਣ ਮੈਂ ਕਿਤੇ ਜਾਣਾ ਹੋਵੇ ਤੇ ਮੀਂਹ ਹਨੇਰੀ ਹੋਵੇ ਤੇ ਮੈਨੂੰ ਫਰਕ ਹੀ ਨਹੀਂ ਪੈਂਦਾ, ਕਿਉਂਕਿ ਮੈਂ 5 ਸਾਲ ਕਾਲਜ 'ਚ ਕਦੀ ਛੁੱਟੀ ਨਹੀਂ ਕੀਤੀ ਤੇ ਮੈਨੂੰ ਲੱਗਦਾ ਕਿ ਮੈਂ ਤਾਂ ਕਿਸੇ ਵੀ ਮੌਸਮ 'ਚ ਜਾ ਸਕਦੀ। ਸੋ ਉਹ ਜਜ਼ਬਾ ਚਾਹੀਦਾ ਕਿ ਜੋ ਮਰਜ਼ੀ ਹੋਵੇ, ਪਰਸਨਲੀ, ਪ੍ਰੋਫੈਸ਼ਨਲੀ, ਕਲਾਈਮੇਟ, ਯੂ ਨੋ, ਆਸੇ ਪਾਸੇ ਜੋ ਤੁਸੀਂ ਮਿੱਥਿਆ ਅੱਜ ਦੇ ਦਿਨ 'ਚ ਮੈਂ ਕੀ ਕਰਨਾ, ਉਹਨੂੰ ਜ਼ਰੂਰ ਮੁਕੰਮਲ ਕਰੋ। ਅੱਛਾ, ਮਨਦੀਪ ਨੂੰ ਇਹਨਾਂ ਚੀਜ਼ਾਂ ਨੇ ਕਿੰਨਾ ਕੁ ਸਟਰੋਂਗ ਕਰਤਾ ਫਿਰ, ਜੋ ਚੀਜ਼ ਤੁਹਾਨੂੰ ਮਿਲਦੀਆਂ ਨੇ ਹੁਣ ਕਿੰਨਾ ਹੁਣ ਕਿੰਨਾ ਕੁ ਸਟਰੋਂਗ ਹੋ ਗਈ? ਦੇਖੋ, ਅੱਗੋਂ ਹੋਰ ਵੱਡੇ ਚੈਲੇਂਜ ਆਉਂਦੇ ਜਾਂਦੇ ਨਾ, ਮੈਂ ਤਾਂ ਸਟਰੋਂਗ ਹੀ ਹੋ ਰਹੀ ਹਾਂ ਕਿਉਂਕਿ ਮੈਂ ਆਮ ਵੈਰੀ ਵੈਰੀ ਪੋਜ਼ਿਟਿਵ ਪਰਸਨ। ਸੋ ਜੋ ਤੁਸੀਂ ਪਿਛਲੇ ਕ੍ਰਿਟੀਸਿਜ਼ਮ ਦੇਖਿਆ ਹੋਏਗਾ, ਕੀ ਪਤਾ ਅੱਜ ਮੈਂ ਉਸ ਤੋਂ ਹੋਰ ਵੱਡੀ ਪ੍ਰੋਬਲਮ 'ਚੋਂ ਜਿਹੜੀ ਆ ਗੁਜ਼ਰ ਰਹੀ ਹੋਵਾਂ। ਸੋ ਨੂੰ ਰੱਬ ਵੀ ਜਿਹ 'ਚ ਸਹਿਣ ਦੀ ਸ਼ਕਤੀ ਹੁੰਦਾ ਨਾ ਹੁੰਦੀ, ਉਹਨੂੰ ਹੋਰ ਬਿਲਕੁਲ ਹੋਰ ਜਿਹੜਾ ਉਹਨੂੰ ਫਿਰ ਚੈਲੇਂਜ ਦਿੰਦਾ ਕਿ ਚਲੋ ਹੁਣ ਤੂੰ ਆਹ ਸਹਿ ਕੇ ਦਿਖਾ, ਭਲਾ ਇਹ ਤੁਸੀਂ ਸਹਿ ਸਕਦੇ। ਸੋ ਜਿਹੜੇ ਖੱਬਾ ਤੇ ਸੱਜਾ ਹੱਥ ਜਿੱਦਾਂ ਆਪਾਂ ਲਾਈਏ ਨਾ, ਕਿ ਇੱਕ ਤੁਹਾਡਾ ਟਰੱਕ ਥੱਲੇ ਰਹਿਣਾ, ਟਰੱਕ ਦੇ ਟਾਇਰ ਥੱਲੇ, ਤੇ ਇੱਕ ਪਾਸੇ ਤੁਸੀਂ ਫੁੱਲਾਂ 'ਚ ਹੀ ਰਹਿਣਾ ਤੁਹਾਡਾ ਹੱਥ, ਠੀਕ ਹੈ। ਸੋ ਜ਼ਿੰਦਗੀ ਇੱਦਾਂ ਹੀ ਚੱਲਦੀ ਆ, ਠੀਕ ਹੈ। ਕਦੀ ਨਹੀਂ ਹੋ ਸਕਦਾ ਕਿ ਤੁਸੀਂ ਬਹੁਤ ਖੁਸ਼ ਹੋ ਤੇ ਤੁਹਾਨੂੰ ਤੁਹਾਡੀ ਜ਼ਿੰਦਗੀ 'ਚ ਗਮ ਨਾ ਹੋਵੇ, ਤੇ ਤੁਸੀਂ ਬਹੁਤ ਗਮਗੀਨ ਹੋ ਤੇ ਤੁਹਾਡੀ ਜ਼ਿੰਦਗੀ 'ਚ ਜਿਹੜੀ ਖੁਸ਼ੀ ਨਾ ਆਵੇ, ਠੀਕ ਹੈ। ਸੋ ਕਈ ਵਾਰੀ ਸਾਡੇ ਘਰ ਇਹਨੂੰ ਕੋਈ ਜ਼ਿਆਦਾ ਵੱਡੀ ਘਟਨਾ ਹੋ ਜਿੱਦਾਂ ਕਿ ਕਿਸੇ ਡੈਥ ਹੋ ਗਈ ਤੇ ਮਹੀਨਾ ਮੂਡ ਖਰਾਬ ਰਿਹਾ, ਉਹ 'ਚ ਛੋਟੇ ਜਿਹੇ 2 ਸਾਲ ਦੇ ਬੱਚੇ ਦਾ ਬਰਥਡੇ ਆ ਗਿਆ ਤੇ ਅਸੀਂ ਉਹਨੂੰ ਕਹਿਤਾ ਕਿ ਨਹੀਂ ਬਈ ਹੁਣ ਆਹ ਹੋਇਆ ਤੇ ਆਪਾਂ ਤੇਰਾ ਬਰਥਡੇ ਨਹੀਂ ਮਨਾਉਣਾ, ਹੈ ਨਾ। ਸੋ ਇੱਦਾਂ ਨਹੀਂ ਹੋਣਾ ਚਾਹੀਦਾ,
ਠੀਕ ਹੈ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਜ਼ਿੰਦਗੀ 'ਚ ਔਖਾ ਅਤੇ ਸੌਖਾ ਸਮਾਂ ਆਉਂਦਾ ਰਹਿੰਦਾ ਇਹਦੀ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦੀ ਕਿ ਮੇਰੇ ਕੋਲ 120 ਬੰਦਿਆਂ ਦੀ ਟੀਮ ਹੈ ਠੀਕ ਹੈ ਅਤੇ ਮਾਰਨਿੰਗ ਦੇ ਵਿੱਚ ਮੇਰੇ ਇੱਕ ਯੂਨੋ ਇੰਪਲੋਈ ਦੇ ਮਦਰ ਦੀ ਡੈਥ ਹੋ ਗਈ ਅਤੇ ਦੁਪਹਿਰੇ ਮੇਰੇ ਇੱਕ ਇੰਪਲੋਈ ਦੀ ਉਹ ਥੋੜ੍ਹੇ ਵੱਡੇ ਸੀ ਉਹਦੇ ਡਾਟਰ ਦੇ ਘਰ ਬੇਟਾ ਹੋਇਆ ਠੀਕ ਹੈ ਸੋ ਮੈਨੂੰ ਦੋਨੋਂ ਚੀਜ਼ਾਂ ਦੇਖਣੀਆਂ ਪੈਣੀਆਂ ਹੈ ਨਾ ਮੈਂ ਉਹਨੂੰ ਇਹ ਨਹੀਂ ਕਹਿ ਸਕਦੀ ਕਿ ਉਹਦੀ ਮੰਮੀ ਦੀ ਡੈਥ ਹੋਈ ਅਤੇ ਮੈਂ ਸੈਡ ਹਾਂ ਅਤੇ ਜਾਂ ਮੈਂ ਉਹਨੂੰ ਕਹਿ ਕਿ ਨਹੀਂ ਉਹਨਾਂ ਘਰ 'ਤੇ ਮੁੰਡਾ ਹੋਇਆ ਅਤੇ ਮੈਂ ਸੰਸਕਾਰ 'ਤੇ ਨਹੀਂ ਜਾਣਾ ਠੀਕ ਹੈ ਸੋ ਮੈਂ ਮਾਰਨਿੰਗ ਦੇ ਵਿੱਚ ਜਿਹੜਾ ਵਾ ਉਹ ਸੰਸਕਾਰ ਵੀ ਅਟੈਂਡ ਕੀਤਾ ਅਤੇ ਈਵਨਿੰਗ ਦੇ ਵਿੱਚ ਕਿ ਉਹਨਾਂ ਦੀ ਖੁਸ਼ੀ 'ਚ ਵੀ ਅਸੀਂ ਸ਼ਾਮਿਲ ਹੋਏ ਜਿਹੜਾ ਕਿ ਨੋਰਮਲ ਤੁਸੀਂ ਪੋਲੀਟੀਸ਼ੀਅਨ 'ਚ ਵੀ ਦੇਖਦੇ ਰਹਿੰਦੇ ਹੋ ਨਾ ਉਹ ਸਾਰੇ ਤਰ੍ਹਾਂ ਦੇ ਸੋ ਉਹ ਵਾਲੀ ਕੁਆਲਿਟੀ ਹੋਣੀ ਜ਼ਿੰਦਗੀ 'ਚ ਜ਼ਰੂਰੀ ਆ ਤੁਹਾਨੂੰ ਸਵਿਚ ਕਰਨਾ ਆਉਣਾ ਚਾਹੀਦਾ ਕਿਉਂਕਿ ਤੁਸੀਂ ਆਪਣਾ ਮੂਡ ਨਹੀਂ ਦੇਖਣਾ ਠੀਕ ਹੈ ਤੁਸੀਂ ਜਿਹੜੇ ਨਾਲ ਤੁਹਾਡੇ ਐਸੋਸੀਏਟ ਲੋਕ ਆ ਠੀਕ ਹੈ ਤੁਸੀਂ ਉਹਨਾਂ ਲਈ ਉਹਨਾਂ ਨੂੰ ਅੱਛਾ ਫੀਲ ਕਰਾਉਣਾ ਜਿਹੜਾ ਉਹ ਜ਼ਰੂਰੀ ਜਿਨ੍ਹਾਂ ਨੇ ਤੁਹਾਨੂੰ ਤੁਹਾਡੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਕਿ ਸਾਡੇ ਘਰ ਬੇਟਾ ਹੋਇਆ ਹੈ ਨਾ ਤੁਹਾਨੂੰ ਕੁਛ ਸਮਝਦੇ ਆ ਤੁਹਾਡੇ 'ਤੇ ਵਿਸ਼ਵਾਸ ਕਰਦੇ ਤੁਹਾਨੂੰ ਪਿਆਰ ਕਰਦੇ ਤਾਂ ਹੀ ਸ਼ੇਅਰ ਕੀਤਾ ਅਤੇ ਜੇ ਕਿਸੇ ਦੀ ਮਦਰ ਦੀ ਡੈਥ ਹੋਈ ਤਾਂ ਉਹਨਾਂ ਨੇ ਵੀ ਤੁਹਾਨੂੰ ਦੱਸਿਆ ਜਾਂ ਇੰਨੇ ਸਾਲ ਤੁਹਾਡੇ ਨਾਲ ਕੰਮ ਕੀਤਾ ਅਤੇ ਤੁਹਾਡਾ ਮਤਲਬ ਸਾਨੂੰ ਸੈਲਫਿਸ਼ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸਵਿਚ ਕਰਕੇ ਵੀ ਆਪਣੇ ਰੋਲ ਜਿਹੜੇ ਨਿਭਾਉਣੇ ਚਾਹੀਦੇ ਜ਼ਿੰਦਗੀ 'ਚ ਅੱਛਾ ਤੁਸੀਂ ਪੋਲੀਟਿਕਸ ਦੀ ਗੱਲ ਕਰੀ ਮੈਂ ਪੋਲੀਟਿਕਸ ਦੇ ਵਿੱਚ ਦੇਖਦੇ ਹਾਂ ਮੇਰੇ ਇੱਕ ਸਵਾਲ ਚੇਤੇ ਆਇਆ ਕਿ ਇੱਥੇ ਵੀ ਸ਼ਾਇਦ ਵੱਡੇ ਵੱਡੇ ਰਾਜਨੀਤਿਕ ਨੇਤਾ ਲੋਕ ਜਿਹੜੇ ਨੇ ਲੀਡਰ ਨੇ ਜਿਹੜੇ ਨੇ ਉਹ ਅੱਗੇ ਸ਼ਾਇਦ ਮਨੀਸ਼ ਸੋਧੀ ਹੋਰੀ ਵੀ ਆ ਕੇ ਗਏ ਨੇ ਅੱਛਾ ਜਦੋਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਵੱਡੇ ਵੱਡੇ ਲੀਡਰ ਆਉਂਦੇ ਖੁਸ਼ੀ ਤਾਂ ਹੁੰਦੀ ਹੋਣੀ ਆ ਖੁਸ਼ੀ ਬੜੀ ਹੁੰਦੀ ਜੇ ਮੇਰੇ ਪਾਪਾ ਨੂੰ ਤਾਂ ਨੀਂਦ ਨਹੀਂ ਆਉਂਦੀ ਲਾਈਕ ਮੈਂ ਤੇ ਜਦੋਂ ਸਾਡੇ ਇੱਥੇ ਕੋਈ ਵੱਡਾ ਬੰਦਾ ਆ ਜੇ ਆਫਿਸ 'ਚ ਤੇ ਮੈਨੂੰ ਤੇ ਟੈਨਸ਼ਨ ਪੈ ਜਾਂਦੀ ਆ ਅੱਜ ਮੇਰੇ ਪਾਪਾ ਨੂੰ ਨੀਂਦ ਨਹੀਂ ਆਣੀ ਰਾਤੀ ਤੇ ਇਦਾਂ ਹੀ ਹੁੰਦਾ ਮੈਂ ਤੁਹਾਨੂੰ ਦੱਸਦੀ ਕਿ ਮੈਂ ਜਦੋਂ ਜੌਬ ਕਰਦੀ ਸੀ ਜੀ 2012 ਦੀ ਗੱਲ ਆ ਜੀ ਤੇ ਉਦੋਂ ਸਾਡੀ ਮੈਂ ਇੱਕ ਜੁਐਲਰੀ ਬ੍ਰਾਂਡ 'ਚ ਜੌਬ ਕਰਦੀ ਸੀ ਤੇ ਆਫਿਸ ਮੇਰਾ ਅੰਮ੍ਰਿਤਸਰ ਹੁੰਦਾ ਸੀ ਪਰ ਹੈਂਡਲ ਪੂਰਾ ਪੰਜਾਬ ਕਰਦੀ ਸੀ ਤੇ ਉਹ ਸਾਡੇ ਸਟੋਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਆ ਗਏ ਤੇ ਨਾਲ ਉਹਨਾਂ ਦੀ ਵਾਈਫ ਤੇ ਮੈਨੂੰ ਬਾਅਦ 'ਚੋਂ ਨੀਂਦ ਹੀ ਨਹੀਂ ਆਈ ਸਾਰੀ ਰਾਤ ਮੈਂ ਸੋ ਹੀ ਨਹੀਂ ਪਾਈ ਇੱਦਾਂ ਹੀ ਜਦੋਂ ਮਨੀਸ਼ ਸਿਸੋਦੀਆ ਆਏ ਜਾਂ ਫਿਰ ਕੋਈ ਵੀ ਖਾਸ ਜਿਹੜਾ ਆ ਜਾਂਦਾ ਵਾ ਤੇ ਉਹ ਫਿਰ ਸਾਡੇ ਲਈ ਤੇ ਬਹੁਤ ਪ੍ਰਾਊਡ ਵਾਲੀ ਵੀ ਗੱਲ ਹੁੰਦੀ ਹੈ ਤੇ ਸਾਨੂੰ ਅੱਛਾ ਫੀਲ ਹੁੰਦਾ ਅਸੀਂ ਉਹਨੂੰ ਪੋਲਿਟਿਕਸ ਵਾਂਗੂ ਨਹੀਂ ਲੈਂਦੇ ਕਿਉਂਕਿ ਅਸੀਂ ਅਹੁਦੇ ਦੀ ਰਿਸਪੈਕਟ ਕਰਦੇ ਹਾਂ ਸੋ ਮੇਰੀ ਟੀਮ ਨੂੰ ਕਿੰਨਾ ਅੱਛਾ ਫੀਲ ਹੁੰਦਾ ਹੈ ਨਾ ਇੱਕ ਡੈਪਟੀ ਚੀਫ ਮਿਨਿਸਟਰ ਜਿਹੜੇ ਕਿ ਇੰਨਾ ਸਾਦਾ ਰਹਿ ਕੇ ਸਾਡੀ ਕੰਪਨੀ 'ਚ ਵਿਜ਼ਿਟ ਕੀਤਾ ਇੱਕੋ ਹੀ ਗੱਡੀ ਸੀ ਉਹਨਾਂ ਦੀ ਬੱਸ ਠੀਕ ਹੈ ਸੋ ਉਸ ਤੋਂ ਬਾਅਦ ਮੇਰੇ ਡਰਾਈਵਰ ਨੇ ਉਹਨਾਂ ਲਈ ਡਰਾਈਵ ਕੀਤਾ ਸੋ ਮੇਰੀ ਟੀਮ ਨੂੰ ਕਿੰਨਾ ਸਪੈਸ਼ਲ ਫੀਲ ਹੋਇਆ ਕਿ ਟੀਮ ਨੂੰ ਮੋਟੀਵੇਸ਼ਨ ਮਿਲਦੀ ਤੇ ਫਿਰ ਉਹ ਹੋਰ ਅੱਛਾ ਜਿਹੜਾ ਉਹ ਕੰਮ ਕਰਦੇ ਆ ਇਦਾਂ ਹੀ ਅਰਵਿੰਦ ਕੇਜਰੀਵਾਲ ਨੇ ਜੀ ਨੇ ਜਦੋਂ ਟਵੀਟ ਕੀਤਾ ਠੀਕ ਹੈ ਸਾਰੀ ਟੀਮ ਪੜ੍ਹਦੀ ਉਹਨਾਂ ਦੇ ਪਰਿਵਾਰ ਪੜ੍ਹਦੇ ਨੇ ਮੇਰੇ ਨਾਲ ਜਿਹੜੇ ਐਸੋਸੀਏਟ ਲੋਕ ਆ ਉਹ ਪੜ੍ਹਦੇ ਨੇ ਪ੍ਰਾਈਮ ਮਿਨਿਸਟਰ ਨੇ ਸਾਨੂੰ ਇਨਵਾਈਟ ਕੀਤਾ ਆਪਣੇ ਰੈਜ਼ੀਡੈਂਸ ਠੀਕ ਹੈ ਸਾਡੀ ਸੋ ਉਹ ਮੈਨੂੰ ਨਹੀਂ ਇਨਵਾਈਟ ਕਰ ਰਹੇ ਮੈਨੂੰ ਨਹੀਂ ਮੋਟੀਵੇਟ ਕਰ ਰਹੇ ਮੇਰੇ ਨਾਲ ਜਿਹੜੇ 8-8, 9-9 ਸਾਲ ਤੋਂ ਬੱਚੇ ਇੱਥੇ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਇਹ ਨਹੀਂ ਸੋਚਿਆ ਕਿ 2 ਸਾਲ ਬਾਅਦ ਕਿਸੇ ਹੋਰ ਕੰਪਨੀ 'ਚ ਚੱਲ ਜਾਈਏ ਐਕਚੁਅਲ 'ਚ ਉਹ ਆਪਣੀ ਜਿੱਤ ਫੀਲ ਕਰਦੇ ਇਹਦੇ ਵਿੱਚ ਉਹ ਇਹਦੇ ਖੁਦ ਨਹੀਂ ਐਪਰੀਸ਼ੀਏਟ ਕਰਨ ਵਾਲੇ ਨੂੰ ਪਤਾ ਕਿ ਉਹ ਪਿੱਛੇ ਕਿੰਨਾ ਮੋਟੀਵੇਟ ਕਰੀ ਜਾ ਰਿਹਾ ਜਿਹੜਾ ਕਿ ਚਾਹੀਦਾ ਅੱਛਾ ਤੁਸੀਂ ਨੀਂਦ ਦੀ ਗੱਲ ਕਰੀਏ ਨੀਂਦ ਆਉਂਦੀ ਕਿਉਂ ਨਹੀਂ ਕੀ ਕਾਰਨ ਰਹਿੰਦਾ ਹੈਗਾ ਐਕਸਾਈਟਮੈਂਟ ਹੋ ਜਾਂਦੀ ਨਾ ਪਹਿਲੇ ਦਿਨ ਨਹੀਂ ਆਉਂਦੀ ਜਦੋਂ ਆ ਕੇ ਮੁੜ ਜਾਂਦੇ ਉਸ ਤੋਂ ਬਾਅਦ ਨਹੀਂ ਐਕਸਾਈਟਮੈਂਟ ਹੋ ਜਾਂਦੀ ਉਸ ਦਿਨ ਗੱਲਾਂ ਕਰਦੇ ਰਹੀਦਾ ਹੁਣ ਜਦੋਂ ਮਨੀਸ਼ ਸਿਸੋਦੀਆ ਆਏ ਸੀ ਤੇ ਟੀਮ ਨੇ ਫੋਟੋਜ਼ ਜਦੋਂ ਖਿੱਚੀਆਂ ਤੇ ਉਹ ਇਸ ਮੇਰੀ ਟੀਮ ਦੇ ਕਮਰੇ ਦੇ ਵਿੱਚ ਹੀ 5-6 ਜਾਣੇ ਬੈਠੇ ਹੋਏ ਆ ਫੇਸਬੁੱਕ ਤੇ ਪੋਸਟ ਪਾ ਕੇ ਤੇ ਪੋਸਟ ਵਾਲੇ ਬਟਨ ਤੇ ਕਲਿੱਕ ਕਰਨ ਲੱਗਿਆ ਹੀ ਮਤਲਬ ਹਰ ਇੱਕ ਨੂੰ ਐਕਸਾਈਟਮੈਂਟ ਹੈਗੀ ਕਿ ਇਹ ਕੌਣ ਕਲਿੱਕ ਕਰੇਗਾ ਜਦੋਂ ਇਹ ਪੈ ਜਾਣਗੀਆਂ ਫੋਟੋਜ਼ ਠੀਕ ਹੈ ਸੋ ਮਜ਼ਾ ਆਉਂਦਾ ਬੱਚੇ ਦੇਖੋ ਛੋਟੀ ਏਜ ਦੇ ਕਈ ਜਾਣੇ ਹੈ ਨਾ 18 ਈਅਰਸ ਦਾ ਕੋਈ 21 ਸਾਲ ਦਾ ਕੋਈ 24 ਸਾਲ ਦਾ ਸੋ ਵਧੀਆ ਮੈਂ ਇੱਕ ਏਜ ਗਰੁੱਪ ਵੀ ਫਾਈਨਲ ਕਰਕੇ ਰੱਖਿਆ ਟੀਮ 'ਚ ਇਹ ਨਹੀਂ ਕਿ ਸਾਰੇ ਏਜ ਗਰੁੱਪ ਨਹੀਂ ਹੈਗੇ ਸਾਡੀ ਟੀਮ 'ਚ ਸਾਰੀ ਯੰਗ ਟੀਮ ਆ ਅਤੇ ਅਸੀਂ ਖਿਆਲ ਰੱਖਦੇ ਹਾਂ ਕਿ ਅਸੀਂ ਉਹਨਾਂ ਦੀ ਉਮਰ ਦੇ ਨਾਲ ਨਾਲ ਹੀ ਬੱਚਿਆਂ ਨੂੰ ਇੱਕੋ ਜਿੱਕਿਆਂ ਨੂੰ ਰੱਖੀਏ ਸੋ ਹਾਰਡਲੀ 10-12 ਸਾਲ ਦਾ ਫਰਕ ਹੋਏਗਾ ਸਾਰਿਆਂ ਦੇ ਵਿੱਚ ਸੋ ਦੇ ਇੰਜੋਏ ਠੀਕ ਹੈ ਉਹਨਾਂ ਨੂੰ ਉਹ ਇੰਨੀ ਡੀਪ ਹੀ ਨਹੀਂ ਸੋਚਦੇ ਕਿ ਪੋਲੀਟਿਕਸ ਦੇ ਹਿਸਾਬ ਨਾਲ ਕੀ ਹੋ ਰਿਹਾ ਹੋਊਗਾ ਲੋਕ ਕੀ ਸੋਚਣਗੇ ਦੇ ਜਸਟ ਇੰਜੋਏ ਕਿ ਟਾਂਗਰਾ ਦੇ ਵਿੱਚ ਜਿਹੜੇ ਆ ਉਹ ਕੋਈ ਕੋਈ ਅਹੁਦੇ 'ਤੇ ਬੈਠਾ ਬੰਦਾ ਆਇਆ ਹੈ ਜਾਂ ਕੋਈ ਸੈਲੀਬ੍ਰਿਟੀ ਆ ਗਿਆ ਕੋਈ ਸਿੰਗਰ ਆ ਗਿਆ ਕੋਈ ਕੋਈ ਆ ਗਿਆ ਸੋ ਉਹਨਾਂ ਨੂੰ ਵਧੀਆ ਲੱਗਦਾ ਗੱਲ ਵੀ ਬਹੁਤ ਵੱਡੀ ਹੈ ਵੈਸੇ ਇੱਕ ਪਿੰਡ ਦੇ ਵਿੱਚ ਆਉਣਾ ਇੱਕ ਕਿਸੇ ਅਹੁਦੇ ਹਨਾ ਉਹ ਬੜੀ ਵੱਡੀ ਗੱਲ ਬਿਲਕੁਲ 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 ਅੱਛਾ ਇੱਕ ਚੀਜ਼ ਹੋਰ ਦੱਸੋ ਜਿਵੇਂ ਕਈ ਮਾਪੇ ਵੀ ਤੁਹਾਡੇ ਕੋਲੇ ਆਉਂਦੇ ਹੋਣਗੇ ਕਹਿੰਦੇ ਆ ਕਿ ਅਸੀਂ ਵੀ ਚਾਹੁੰਦੇ ਆ ਵੀ ਸਾਡੀ ਧੀ ਮਨਦੀਪ ਕੌਰ ਵਰਗੀ ਬਣੇ ਪਰ ਇੱਕ ਗੱਲ ਦੱਸੋ ਫਿਰ ਅਸੀਂ ਹਾਲੇ ਤੱਕ ਸ਼ਾਇਦ ਆਪਣੀ ਸੋਚ ਨੂੰ ਡਿਵੈਲਪ ਕਰ ਪਾਏ ਆ ਉਹਨਾਂ ਸਾਡੀ ਸੋਸਾਇਟੀ ਡਿਵੈਲਪ ਕਰ ਪਾਈ ਆ ਉਹਨਾਂ ਖਾਸ ਕਰ ਪਿੰਡੂ ਖੇਤਰ
ਬਹੁਤ ਸਾਰੇ ਪੇਰੈਂਟਸ ਮੈਨੂੰ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਲਿਖਦੇ ਵੀ ਆ ਕਮੈਂਟਸ 'ਚ, ਅਤੇ ਜਿਹੜੇ ਇੰਟਰਨਲ ਮੈਸੇਜ ਹੁੰਦੇ ਉਹਦੇ ਵਿੱਚ ਤਾਂ ਬਹੁਤ ਹੀ ਵੱਡੇ 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 ਵੱਡੀਆਂ ਚਿੱਠੀਆਂ ਲਿਖ ਕੇ ਭੇਜਦੇ ਆ ਕਿ ਕਿੰਨਾ ਉਹ ਮੋਟੀਵੇਟ ਹੋ ਰਿਹਾ ਆਪਣੀ ਆਪਣੀ ਜਗ੍ਹਾ 'ਤੇ ਰਹਿ ਕੇ, ਅਤੇ ਕਿਸ ਤਰ੍ਹਾਂ ਉਹਨਾਂ ਦੀ ਸੋਚ ਵਿੱਚ ਤਬਦੀਲ ਹੋ ਰਿਹਾ, ਅਤੇ ਕਿਸ ਤਰ੍ਹਾਂ ਨਵੇਂ ਕਪਲ ਮੇਰੇ ਵਰਗੀਆਂ ਕੁੜੀਆਂ ਨੂੰ ਦੇਖਦੇ ਹੋਏ ਸੋਚਦੇ ਹੀ ਇਹ ਆ ਕਿ ਸਾਡੇ ਘਰ ਧੀ ਹੋਣੀ ਚਾਹੀਦੀ, ਠੀਕ ਹੈ ਨਾ। ਸੋ ਉਹੀ ਹੈ ਕਿ ਜਿਹੜੀਆਂ ਗਰਲਸ ਆ ਉਹ ਇਮੋਸ਼ਨਲ ਹੈਗੀਆਂ ਨੇ, ਠੀਕ ਆ, ਉਹਨਾਂ ਨੂੰ ਹਜੇ ਉੱਦਾਂ ਦੇ ਪੰਖ ਨਹੀਂ ਮਿਲੇ, ਪਰ ਜਦੋਂ ਮਿਲਦੇ ਨੇ ਤਾਂ ਉਹ ਵਾਕਈ ਉਹਨਾਂ 'ਚ ਪ੍ਰੂਵ ਕਰਨ ਦਾ ਬਹੁਤ ਜਜ਼ਬਾ ਹੁੰਦਾ, ਜਿਵੇਂ ਮੇਰੇ 'ਚ ਬਹੁਤ ਸੀ। ਅਤੇ ਮੇਰੇ ਮੰਮੀ ਕਈ ਵਾਰੀ ਮੈਨੂੰ, ਮੈਂ ਮੰਮਾ ਨੂੰ ਕਹਿਣਾ, ਮੈਂ ਕਹਿਣਾ ਕਿ ਮੈਂ ਫਸਟ ਆਉਣਾ ਅਤੇ ਫਿਰ ਮੈਂ ਕੋਈ ਕੰਮ ਨਹੀਂ ਕਰਨਾ ਉਸ ਤੋਂ ਬਾਅਦ, ਅਤੇ ਮੈਨੂੰ ਇੱਦਾਂ ਹੋਣਾ ਕਿ ਪ੍ਰੂਵ ਕਰਨਾ ਨਾ ਆਪਣੇ ਆਪ ਨੂੰ ਕਿ ਫਿਰ ਜਦੋਂ ਅਸੀਂ ਘਰ ਦਾ ਕੰਮ ਕਰਨਾ ਜਾਂ ਕੋਈ ਵੀ ਰੋਟੀ ਬਣਾਉਣੀ ਜਾਂ ਕੋਈ ਵੀ ਘਰ ਦੇ ਕੰਮ ਕਰਨਾ, ਅਤੇ ਮੰਮੀ ਨੂੰ ਕਿੱਦਾਂ ਕਹਿਣਾ ਕਿ ਇਹ ਨਹੀਂ ਆ ਕਰਨਾ ਵਾ, ਅਤੇ ਫਿਰ ਉਹ ਪ੍ਰੂਵ ਕਰਨਾ ਆਪਣੇ ਆਪ ਨੂੰ ਕਿ ਨਹੀਂ ਮੈਂ ਫਸਟ ਆਈ ਹਾਂ, ਮੈਂ ਫਸਟ ਆਉਣਾ ਵਾ, ਅਤੇ ਮੈਂ ਕਰਕੇ ਦਿਖਾਵਾਂਗੀ, ਅਤੇ ਫਿਰ ਮੈਂ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਕਰ ਸਕਦੀ, ਠੀਕ ਹੈ। ਸੋ ਇਸ ਤਰ੍ਹਾਂ ਵੁਮੈਨ ਨੂੰ ਹਮੇਸ਼ਾ ਪ੍ਰੂਵ ਕਰਨਾ ਪੈਂਦਾ, ਅਤੇ ਮੇਰੀ ਤਾਂ ਪੂਰੀ ਕੋਸ਼ਿਸ਼ ਆ, ਮੇਰੀ ਜ਼ਿੰਦਗੀ ਇਸੇ ਲੇਖੇ ਆ ਕਿ ਮੈਂ ਪਰਿਵਾਰਾਂ ਦੀ ਸੋਚ ਵਿੱਚ ਤਬਦੀਲੀ ਲਿਆਵਾਂ ਕਿ ਕੁੜੀਆਂ ਅਤੇ ਮੁੰਡਿਆਂ ਵਾਂਗ ਇਨਵੈਸਟ ਕਰੋ, ਠੀਕ ਆ, ਮੁੰਡਿਆਂ ਵਾਂਗ ਉਹਨਾਂ ਦੇ ਨਾਮ 'ਤੇ ਤੁਸੀਂ ਜਾਇਦਾਦ ਕਰੋ, ਮੁੰਡਿਆਂ ਵਾਂਗ ਉਹਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿਓ, ਅਤੇ ਉਹਨਾਂ ਨੂੰ ਵਿਆਹ ਤੋਂ ਪਹਿਲਾਂ ਕੁਛ ਬਣਾ ਕੇ, ਅਤੇ ਫਿਰ ਉਹਨਾਂ ਨੂੰ ਅਗਲੇ ਘਰ ਤੋਰੋ, ਭਾਵੇਂ ਜੋਬ ਕਰਦੀਆਂ ਹੋਣ, ਭਾਵੇਂ ਆਪਣਾ ਕਾਰੋਬਾਰ ਕਰਦੀਆਂ ਹੋਣ, ਕਿ ਉਹ ਖੁਦ ਜਿਹੜੀਆਂ ਸਕਸ਼ਮ ਹੋਣ। ਅਤੇ ਕਿਤੇ ਨਾ ਕਿਤੇ ਮੈਨੂੰ ਫੋਲੋ ਕਰਨ ਵਾਲੇ ਹਰਟ ਵੀ ਹੋ ਜਾਂਦੇ, ਕਿਉਂਕਿ ਮੇਰੀ ਜ਼ਿੰਦਗੀ 'ਚ ਬਹੁਤ ਪ੍ਰੋਬਲਮਸ ਆਉਂਦੀਆਂ, ਅਤੇ ਫਿਰ ਉਹਨਾਂ ਲੱਗਦਾ ਕਿ ਜੇ ਅਸੀਂ ਆਪਣੀ ਧੀਆਂ ਨੂੰ ਇਸ ਰਾਹ ਤੋਰਾਂਗੇ ਅਤੇ ਇਹਨਾਂ ਦੇ ਵੀ ਇੱਦਾਂ ਹੀ ਕੰਢੇ ਚੁੱਭਣਗੇ ਜਿੱਦਾਂ ਮਨਦੀਪ ਦੇ ਚੁੱਭਦੇ ਨੇ, ਠੀਕ ਹੈ ਨਾ। ਸੋ ਕੋਈ ਗੱਲ ਨਹੀਂ, ਕੰਢੇ ਚੁੱਭ ਚੁੱਭ ਕੇ ਮੈਂ ਦੱਸਦਾਂਗੀ ਕਿ ਕਿਵੇਂ ਸੋਲਵ ਕਰਨੀਆਂ ਪ੍ਰੋਬਲਮ। ਸੋ ਕਿਸੇ ਨੂੰ ਤਾਂ ਕੰਢੇ ਚੁੱਭਣੇ ਹੀ ਪੈਣੇ ਨਾ, ਸਕਸੈਸ ਤਾਂ ਫੇਰ ਹੀ ਮਿਲਣੀ ਹੈ। ਹਾਂ, ਕਿਸੇ ਨੂੰ ਤਾਂ ਉਹ ਚੀਜ਼ਾਂ ਸਹਿਣੀਆਂ ਹੀ ਪੈਣੀਆਂ। ਸੋ ਮੇਰੀ ਤਾਂ ਪੂਰੀ ਕੋਸ਼ਿਸ਼ ਹੋਏਗੀ ਕਿ ਮੈਂ ਪੂਰੀ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਦਾ ਨਿਚੋੜ ਸਾਰਿਆਂ ਨਾਲ ਸ਼ੇਅਰ ਕਰਾਂ, ਕਿ ਜਿਹੜਾ ਲੋਕ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜ਼ਿੰਦਗੀ 'ਚ ਐਡ ਕਰਕੇ, ਅਤੇ ਇਹਨੂੰ ਸਫਲਤਾ ਦੀਆਂ ਪੌੜੀਆਂ ਆਪਣੇ ਪੈਰਾਂ ਸਿਰ ਜਿਹੜਾ ਉਹ ਚੜ੍ਹ ਸਕਣ, ਖਾਸ ਕਰਕੇ ਔਰਤਾਂ ਨੂੰ ਜ਼ਿਆਦਾ ਸਹਾਰੇ ਨਾਲ ਲੈਣੇ ਪੈਣ, ਜਿਹੜੇ ਕਿ ਉਹਨਾਂ ਨੂੰ ਹਮੇਸ਼ਾ ਹੀ ਲੈਣੇ ਪੈਂਦੇ ਨੇ। ਪਰ ਹਾਲੇ ਤੱਕ ਮਤਲਬ ਸਾਡੀ ਸੋਸਾਇਟੀ ਉਸ ਤਰ੍ਹਾਂ ਦੇ ਨਾਲ ਮਨਦੀਪ ਜੀ ਕਾਮਯਾਬ ਤਾਂ ਨਹੀਂ ਹੋ ਪਾਈ ਕਿ ਅਸੀਂ ਹਨਾ ਬਰਾਬਰ ਦੇ ਦਰਜੇ ਦੀ ਗੱਲ ਕਰੀਏ ਜਾਂ ਔਰਤਾਂ ਨੂੰ, ਹਨਾ ਉਹਨਾਂ ਕਾਮਯਾਬ ਤਾਂ। ਹਾਂ, ਔਖਾ ਬੜਾ ਲੱਗਦਾ, ਕਿਉਂਕਿ ਹੁਣ ਦੇਖੋ ਕੋਈ ਵੀ ਦਿੱਕਤ ਆ ਜੇ ਤੇ ਉੱਪਰ ਜਦੋਂ ਦੇਖੀਦਾ ਤੇ ਸਾਰੇ ਮੈਨ ਹੀ ਆ, ਠੀਕ ਹੈ, ਭਾਵੇਂ ਤੁਸੀਂ ਪੋਲਿਟਿਕਸ ਲਗਾ ਲਓ, ਭਾਵੇਂ ਤੁਸੀਂ ਪੁਲਿਸ ਲਗਾ ਲਓ, ਕੋਈ ਵੀ ਲਗਾ ਲਓ, ਕਿ 10-20% ਹੋਣਗੀਆਂ ਲੇਡੀਜ਼। ਸੋ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ। ਉਸ ਤੋਂ ਬਾਅਦ ਜਿਹੜੀਆਂ ਲੇਡੀਜ਼ ਉੱਪਰ ਹੈ ਉਹ ਦੂਸਰੀਆਂ ਲੇਡੀਜ਼ ਨੂੰ ਪੁੱਲ ਕਰਨਾ ਚਾਹੁੰਦੀਆਂ, ਨਾਲ ਉਹਨਾਂ ਦਾ ਹੱਥ ਫੜਨਾ ਚਾਹੁੰਦੀਆਂ ਹੀ ਨਹੀਂ, ਉਹਦਾ ਵੀ ਨਹੀਂ ਪਤਾ ਹੈਗਾ, ਠੀਕ ਹੈ। ਸੋ ਹੌਲੀ ਹੌਲੀ ਜਿਹੜਾ ਬਦਲਾਵ ਦੀ ਉਮੀਦ ਜਿਹੜੀ ਹੈਗੀ ਹੈ, ਪਰ ਜਿਵੇਂ ਕਿ ਕਈ ਵਾਰੀ ਬਹੁਤ ਸਾਰੀਆਂ ਲੇਡੀਜ਼ ਪੋਲੀਟੀਸ਼ੀਅਨਸ ਬਣਦੀਆਂ ਨੇ, ਬਹੁਤ ਸਾਰੀਆਂ ਲੇਡੀਜ਼ ਨੂੰ ਸਰਕਾਰ ਵੀ ਓਪਰਚੁਨਿਟੀਜ਼ ਦਿੰਦੀ ਹੈ, SP ਬਣਦੀਆਂ, SHO ਬਣਦੀਆਂ, SSP ਬਣਦੀਆਂ। ਸੋ ਇਹੋ ਜਿਹੀਆਂ ਚੀਜ਼ਾਂ ਜੇ ਹੋਣ ਲੱਗ ਜਾਣਗੀਆਂ ਤਾਂ ਬਦਲਾਵ ਬਹੁਤ ਆਏਗਾ। ਜਦੋਂ ਟੌਪ 'ਤੇ ਲੀਡਰਸ਼ਿਪ 'ਚ ਵੁਮੈਨ ਆ ਜਾਏਗੀ, ਠੀਕ ਹੈ, ਅਤੇ ਉਹ ਫਿਰ ਬਦਲਾਵ ਆਉਣਾ ਹੀ ਆਉਣਾ। ਉਹਨੂੰ ਦੇਖ ਕੇ ਤਾਂ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਕਿੰਨੀਆਂ ਹਜ਼ਾਰ ਕੁੜੀਆਂ ਉਹਨੂੰ ਦੇਖ ਕੇ ਜਿਹੜੀਆਂ ਉਹ ਬਦਲਦੀਆਂ ਰਹਿਣਗੀਆਂ, ਅਤੇ ਕਿਵੇਂ ਇਸ ਦੇਸ਼ ਵਿੱਚ ਪੰਜਾਬ 'ਚ ਬਦਲਾਵ ਆਏਗਾ ਕਿ ਜਦੋਂ ਟੌਪ ਦੇ ਅਹੁਦਿਆਂ 'ਤੇ, ਠੀਕ ਆ, ਉਹ ਵੁਮੈਨ ਹੋਣਗੀਆਂ। ਅਤੇ ਅੱਜ ਵੀ ਜਿਵੇਂ ਕਾਰੋਬਾਰ 'ਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ, ਹੈ ਨਾ, ਪਰ ਵੁਮੈਨ ਲਈ ਪੋਲਿਸੀਜ਼ ਹੋਣ, ਵੁਮੈਨ ਦੇ ਕਾਰੋਬਾਰ ਲਈ ਕੋਈ ਪੋਲਿਸੀਜ਼ ਹੋਣ, ਵੁਮੈਨ ਲਈ ਕੋਈ ਗਰੁੱਪਸ ਹੋਣ, ਵੁਮੈਨ ਨੂੰ ਸਪੈਸ਼ਲੀ ਆਪਾਂ ਕਿੱਦਾਂ ਇਹਨੂੰ ਹੈਲਪ ਕਰ ਸਕਦੇ, ਜੇ ਉਹ ਚੀਜ਼ਾਂ ਹੋਣ ਲੱਗ ਜਾਣਗੀਆਂ ਤਾਂ ਮੈਨੂੰ ਲੱਗਦਾ ਕਿ ਸਾਨੂੰ ਸਾਡੇ ਪੰਜਾਬ ਦੀਆਂ ਧੀਆਂ 'ਚ ਬਹੁਤ ਬਦਲਾਵ ਆਏਗਾ। ਅਤੇ ਤੁਸੀਂ ਕਹਿੰਦੇ ਤਾਂ ਬਹੁਤ ਲੋਕ ਨਹੀਂ ਇੱਕੋ ਜਿੱਕਾ ਦਰਜਾ ਹੈ, ਕੰਪੇਅਰ ਨਾ ਕਰਿਆ ਕਰੋ, ਪਰ ਚੈਨਲ ਵਾਲਿਆਂ ਨੂੰ ਸੱਚ ਪਤਾ ਹੀ ਹੁੰਦਾ। ਸੋ ਇਹੀ ਆ ਕਿ ਸੱਚ ਤਾਂ ਇਹੀ ਆ ਕਿ ਵਾਕਈ ਤੁਸੀਂ ਜਿੰਨੇ ਮਰਜ਼ੀ ਪਾਵਰਫੁਲ ਹੋ, ਅੱਜ ਮੈਨੂੰ ਕੋਈ ਬਹੁਤ ਜ਼ਿਆਦਾ ਤੰਗ ਕਰਦੇ, ਪਰੇਸ਼ਾਨ ਕਰਦੇ, ਅਤੇ ਮੈਨੂੰ ਲੱਗਦਾ ਮੈਨੂੰ ਵੀ ਔਖਾ ਆਪਣੀ ਪ੍ਰੋਬਲਮ ਸੋਲਵ ਕਰਨਾ, ਮੇਰੇ ਲੈਵਲ 'ਤੇ ਆਪਣੀਆਂ ਪ੍ਰੋਬਲਮ ਸੋਲਵ ਕਰਨੀਆਂ ਇੰਨੀਆਂ ਜ਼ਿਆਦਾ ਟਫ ਆ, ਅਤੇ ਮੈਂ ਕਈ ਵਾਰੀ ਇਹੀ ਸੋਚਦੀ ਹਾਂ ਕਿ ਥੱਲੇ ਵਾਲੇ ਲੈਵਲ 'ਤੇ ਗਰਲਸ ਦਾ ਕੀ ਉਹ ਪ੍ਰੋਬਲਮ ਫੇਸ ਕਰ ਰਹੀਆਂ ਹੋਣਗੀਆਂ, ਕਿ ਵਾਕਈ ਸਾਡੇ ਜੀਵਨ ਜਿਹੜਾ ਵਾ ਉਹ ਟਫ ਬਹੁਤ ਆ, ਇਸੇ ਕਰਕੇ ਲੋਕ ਬਾਹਰ ਜਾਂਦੇ ਆ, ਠੀਕ ਆ, ਕਿਉਂਕਿ ਉੱਥੇ ਜੀਵਨ ਇੰਨਾ ਟਫ ਨਹੀਂ ਆ। ਪਰ ਮੇਰੇ ਵਰਗੇ ਬੱਚੇ ਭੱਜਣਾ ਵੀ ਨਹੀਂ ਚਾਹੁੰਦੇ, ਬਿਲਕੁਲ, ਕਿ ਚਲੋ ਫੇਸ ਕਰਦੇ ਆ। ਇਹ ਤੇ ਵਕਤ ਹੀ ਦੱਸੇਗਾ ਕਿ ਅਸੀਂ ਸਹੀ ਕੀਤਾ ਕਿ ਅਸੀਂ ਗਲਤ ਕੀਤਾ, ਜਿੱਥੇ ਕਿ 99% ਲੋਕ ਜਿਹੜੇ ਪ੍ਰੂਵ ਕਰਨ ਤੇ ਲੱਗੇ ਕਿ ਤੁਸੀਂ ਗਲਤ ਕੀਤਾ। ਜਦੋਂ ਤੁਸੀਂ ਪੜ੍ਹੇ ਹੋ, ਵਧੀਆ ਕਰ ਸਕਦੇ ਹੋ, ਇੰਗਲਿਸ਼ ਵਧੀਆ ਬੋਲ ਸਕਦੇ ਹੋ, ਤੁਹਾਡੇ ਕੋਲ ਹਰ ਹੁਨਰ ਆ, ਤੇ ਵਾਈ ਨਾਟ ਅਮੈਰੀਕਾ,
why not Australia, why not you know a good job in Bangalore, Delhi, edda mainu jadon log kende ne kyon nahi Amritsar tusi office banande, Mohali kyon nahi office banaya tusi, Delhi kyon nahi tusi banaya, jadon tonu pata hai ki utthe tuhanda ghat kharcha hona, pind nalon ghat kharcha hona shehar ch, utthe bus laani paini hai, itthe internet mehanga va, har cheez opposite hai, theek hai, par fir vi assi dekho experiment kar rahe hai. कि वक्त दसेगा कि असी सही कर रहे कि नहीं उन्होंने फिर की कहने यही कहने वक्त दसेगा हां वक्त दसे मैं तो खुद देखना चाहंदी कि वक्त की निकल के आंदा ठीक है ना सो मेरा जेड़ा बिजनेस है मेरा जेड़ा इनिशिएटिव है पंजाब दे विच ये वाकई एक एक्सपेरिमेंट ही है ये वक्त ही दसेगा अच्छा कई लोग कहंदे कि बड़िया ने इतना स्ट्रगल किया है बड़िया ने इतना कुछ किया है पर मैं फिर उच ऐड करना चाहनी कि मनदीप ने जीरो तो शुरू किया है मेरे को कुछ नहीं सी ठीक है तो जो मेरे को सी भी जिवें आप ला लो कि लगता कि कोई दोस्त आ कोई कजन आ कोई ब्रदर कोई लगता कि सहारे जिंदगी कोई टीम आ कि हाँ ये सहारे ने ठीक है उन्हें चो भी बड़िया ने क्विट किया जिंदगी सो मैनू तो अपना सफर जोड़ा वा अपने मम्मी पापा तो इलावा हमेशा ही बहुत ज़्यादा एक कल्या का सफर जोड़ा मैं लगा बाकी मेरी टीम ही है जी यू नो अगे लई जा रही चीज़ा पर यह है कि बिना सहारिया तो ਇੱਥੋਂ ਤੱਕ ਪਹੁੰਚਣਾ ਇਹ ਇਹ ਮੈਨੂੰ ਹੀ ਪਤਾ ਕਿ ਅਸੀਂ ਕਿੱਦਾਂ ਪਹੁੰਚੇ ਤੇ ਟਿਕੇ ਟਿਕੇ ਰਹਿਣਾ ਠੀਕ ਹੈ ਨਾ ਜਿੱਥੇ ਕਿ ਇੰਨਾ ਡਰ ਲੱਗਦਾ ਕਿ ਹਾਂ ਕੋਈ ਹੋਰ ਵੱਡਾ ਤੂਫਾਨ ਆ ਜੇ ਤੇ ਪਤਾ ਨਹੀਂ ਕਿੱਦਾਂ ਉਹਨੂੰ ਜਿਹੜਾ ਸੰਭਲਾਂਗੇ ਸੋ ਇਹ ਹੈ ਕਿ ਬਹੁਤ ਜ਼ਿਆਦਾ ਜਿਹੜਾ ਅੱਛਾ ਕੰਮ ਕਰ ਰਹੇ ਨੇ ਲੋਕ ਉਹਨਾਂ ਦੀ ਬਾਂਹ ਫੜਨ ਦੀ ਵੀ ਬੜੀ ਲੋੜ ਆ ਉਹਨਾਂ ਨੂੰ ਉਹਨਾਂ ਦਾ ਐਨਾਲਿਸਿਸ ਕਰਨ ਦੀ ਵੀ ਬੜੀ ਲੋੜ ਆ ਕਿ ਕਿਵੇਂ ਕਰ ਰਹੇ ਨੇ ਤਾਂ ਕਿ ਜਦੋਂ ਦੁਬਾਰਾ ਕੋਈ ਐਵੇਂ ਕਰੇ ਤੇ ਉਹਨੂੰ ਇਹੋ ਜਿਹੀਆਂ ਪ੍ਰੋਬਲਮਸ ਨਾ ਆਉਣ अच्छा नौकरी मंदी तुसी भी कीती आ तुसी भी अपने चलो जो प्राइवेट जॉब दे विच हुंदा बॉस तो बड़ा कुछ चलना पैंदा ते हुण 120 इंप्लॉई तुहाडे फिर बॉसगिरी किदां दी आ बॉसगिरी नहीं मैं ते देखो मैं देख पहला एक एनजीओ चलांदी सी 3 इयर्स पहला ते 3 साल पहला मैं बंद करती अपनी एनजीओ क्योंकि मेरी जिहड़ी बिजनेस इमेज आ वो हाइड हो रही सी किसी नूं लग ही नहीं रिहा सी कि मैं एक कारोबारी आ ते हर एक नूं लग रिहा सी कि एनजीओ या है ना तो वो देख नहीं रहा सी मेरी पढ़ाई मेरी हर चीज़ सो ही कि बॉसगिरी नहीं आ मैं जो भी अपनी एनजीओ तो सीखा वो मैं अपनी कंपनी च अप्लाई किया मैं ये सीखा कि चैरिटी बिगिन फ्रॉम होम ठीक है सो कोविड टाइम्स च भी मैं बाहर नहीं डोनेट किया बाहर उन्ने कैंपेन किए जिन्हें मैं नॉर्मल कर दी सी फूड शेयरिंग कैंपेन कर लिया शो गिविंग कैंपेन कर लिया छोटे छोटे जो भी साढ़े को होंगे पर कोविड दे विच मैं तकरीबन 1.5 करोड़ का लोन लिया तो मैं अपनी कंपनी किसी नूं भी नहीं कढ़िया ठीक है जिहड़ा कि एक बहुत ही वड्डा स्टैप सी जिहदे करके मेरे नाल कई लोग नाराज भी हो गए क्योंकि कंपनी एक बारी पूरी डगमग आ गई ठीक है सो बॉसगिरी नहीं आ इत्थे जे कोई इंप्लॉई मेरी कंपनी समझदा भी आ कि मैं उहदी बॉस आं ते ओ ऑब्वियसली कि मैं यही चाहवांगी कि मैं इहनां नूं वध तों वध ग्रो करां उहनां नूं सिखावां इत्थे बहुत सारे बच्चे जिन्हां ने 6000 तो शुरू किया तो अब 60000 लै रहे ने उन्होंने अपने विआह आपे किए ने अपने घर आपे बनाए ने कारा लईआं ने अपने मोटरसाइकिल लए ने ठीक है सो मेरा जो ब्रदर है वह मेरे तो 10 ईयर छोटा है तो मैं उन्होंने वेख वेख के सारी कंपनी चला रही हूँ कि मैं जो तब्दीली वो जीवन च लैके आनी उ सारे इंप्लॉइज से लैके आनी 5 साल तो उपर जे इंप्लॉइज ने मेरी कंपनी च काम कर लिया उन्होंने मैं 10 लाख की इंश्योरेंस लैके रखी होंगी है पूरे परिवार लिए किसी कंपनी ने दसो दादा दादी की इंश्योरेंस कराई हो मैं दसो किसी परिवार ने भरा भैन की कराई हो दसो ठीक है सो भावें कि असी बहुत टफ तरीके कंपनी चला रहे हैं पर यह कंपनी जेडे लोग मेरे नाल काम करेंगे इतने जिहड़ी मेरी टीम होएगी सब तो पहला उन्हों का जोड़ा वो ध्यान रखेगी क्योंकि जे मेरे इंपलॉई की मदर हस्पताल च बीमार आ तो मैं बाहर डोनेट करके की करना ठीक है जे मेरी इंपलॉई की मदर मोटरसाइकिल तो डिगी पिछे जे केस होया ठीक है उससे वाले उन्होंने हॉस्पिटल नहीं लैके जा सकी तो फिर की फायदा किसी के 5-5 साल मेरी कंपनी जरा लाने का सो मेरा तो यही है कि मैं जेड़ा अपने इतने एक कम्यूनिटी बना रही हाँ कंपनी नहीं बना रही जे मैं कंपनी बनानी होंगी तो मोहाली बना मैं वधिया ठीक है तो मैं आंदी कंपनियां बनानिया भी कंपनी बनानी आँदी सी मैनू सो कई लोग समझते कि मैं शायद बिजनेस नहीं करना आता ये बहुत ही इमोशनल आ ठीक है मेरे नाल जिहड़े रहे उन्होंने भी यही लगता से कि इदा थोड़ी बिजनेस होंदा वा तू तो कौन इन्ना लोन लैके तो इंपलॉई नूं दे दिंदा ते अपनी कंपनी तो तुसीं पेन भी नहीं खरीदे उस पैसे का ठीक है सो मैं उन्होंने भी यही दसना चाहती कि मैं बिजनेस करना आंदा मैं भी उही किताबां पढ़िया ने आई नो हाउ टू डू बिजनेस पर यह मैं बिजनेस नहीं खोलिया ये मेरी एक कम्यूनिटी आ जिथे कि मैं
जिन्ना मेरे को हो सकेगा जेडे लोग इतने काम कर रहे ने उन्होंने परिवार लिए उन्होंने जो मैं बेस्ट कर सकूंगी वह मैं करांगी। तो अजे तो कंपनी बहुत ही स्ट्रगल फेस चो निकल रही है तो निकली आ कोविड तो बाद, बट आने वाले समय जो भी कंपनी होर स्टेबल हो जाएगी जिन्नी भी अमीर होंगी जाएगी तुम देखोगे कि इस कंपनी च काम करने वाले लोग जोड़े आ वह अमीर होंगे जाएंगे, उन्होंने बच्चे वधिया स्कूलों च पढ़नगे, उन्होंने पेरेंट्स की हैल्थ की सानू टेंशन नहीं होएगी। सो वो चीज़ मैं पहला करना चाहती, देखो सरकार भी तो यही करती ना, बिल्कुल पंजाब जो सीएम होएगा तो भगवंत मान जी तो यही चाहेंगे कि पंजाब के परिवार लिए उन्होंने अगों परिवार लिए उन्होंने सेहत लिए उन्होंने एजुकेशन लिए असं की कर सकते। सो ही कि जे सीएम ये सोचे कि पंजाब च मैं कोई पैसा नहीं लाना तो असी केरला च फ्लड आ गए तो सारा उत्थे भेज देना वा कि असी तो ओके हाँ ठीक है, पर उन्होंने पता है कि इत्थे बहुत सारे लोग आ जिन्हें किडनी ट्रांसप्लांट होने में, बहुत सारे लोग आ जिन्होंने खून की लड़ आ, साढ़े भी तिहाड़ आ सकते सानू एमरजेंसी लिए पैसे रखने। सो ही है कि चैरिटी बिगिनस फ्रॉम होम वाली चीज़ सानू शुरू करनी चाहिए कि पहला आसे पासे तो देख लिए कि सारा कुछ ठीक है। पर यह चीज़ा प्राइवेट तुम भी जॉब की है, प्राइवेट नौकरी मैं भी की, प्राइवेट अदारे चीज़ा आप भी नहीं कहते बहुत घट होंगे होंगे नहीं मैं लगता नहीं होंगे बहुत घट होंदिया ने, पर उ मैं कह रही कि असी अपने तरह की कंपनी बना रहे। मेरे अपने इंप्लॉइज नूं भी यही कहनी भावे मेरे एच आर वाले आ भावे मेरे मार्केटिंग वाले ते भावे मेरे सेल्स वाले कि तुसीं किसे कंपनी नूं फॉलो ना करो। मैनूं ते कई वारी हासा आंदा इस गल ते कि मैं एक अजिही आई टी कंपनी चला रही हाँ जिथे एक सीईओ ने आप नहीं कदी आई टी कंपनी देखी, ठीक है मैं कभी आई टी कंपनी च जाके नहीं देखिया, मैं बीटेक खुद नहीं की, मैं तो एम बी ए की है ठीक है, मेरा ब्रदर थापड़ तो पढ़िया बीटेक वह भी किसी आई टी कंपनी च नहीं कभी गया हजे, मेरे उपर वाले जेडे सारे डायरेक्टर्स ऑफ माई कंपनी पांच इंप्लॉइज आ जेडे कि साढ़े कंपनी की इक्विटी है उन्होंने को उन्होंने तीन डायरेक्टर साड़ी कंपनी के ठीक है, उन्होंने कोई भी आई टी कंपनी कभी देखी नहीं उन्होंने ठीक है, कभी उत्थे इंटर्नशिप नहीं की। सो काम उ बनानी वैबसाइटा ही ने, डिजिटल मार्केटिंग करनी है, ग्राफिक डिजाइनिंग करनी, वीडियो एडिटिंग करनी, सॉफ्टवेयर बनाने हैं, पर कंपनी अपनी टाइप की है खुद दे टाइप की कि वह टांगरे तो किदां चलती है उही साडा सीक्रेट आ ठीक है, साडियां खुद दियां पॉलिसीज आ कि असी इंपलॉइज नूं किदां रखना है, असी उन्होंने 10 लाख की इंश्योरेंस करानी कि 2 दी असी अपने हाथ च रखे ठीक है ना। सो उही है कि इनू ताई उहदे यूनिक बिजनेस मॉडल कह रहे ने, फिर इनू बिजनेस मॉडल क्यों कह रहे ने, इसी लई कह रहे ने क्योंकि सारियां चीज़ां जिहड़ियां वा ये डिफरेंट ने ठीक है, एक जदों कोई होर 10 साल बाद 5 साल बाद इसे मॉडल नूं अपने पिंड विच रैप्लीकेट करेगा तो वह देखेगा कि ये बिल्कुल टांगरे वांगू सक्सैसफुल हो गया क्योंकि टांगरे वालिया ने अपनी जिहड़ी चीज़ आ वह शेयर कर ली कि तुसीं इदां करो ठीक है ना। इत्थे नहीं हो चलना कि तुसी बच्चे नूं 5 साल ग्राफिक डिजाइनिंग सिखा के उन्हों कोर्स करवा के ते 5 साल तो अपनों घरों तुर के आ रहा वा ते मुड़ के कोविड आ गया ते तुही उन्हों क्या मैं नहीं तेनू रखना, इत्थे नहीं हो चलना ठीक है। इत्थे सॉफ्टवेयर इंजीनियर तुसी बना लिया उन्हों रिएक्ट दी सिखाती लैंग्वेज उन्हों इन्नी मेहनत कराई जावा सिखाई उहदे घरों अगे पिछों कोई पता ही नहीं कि रिएक्ट की हुंदा, लोकी ते वैसे उन्हों ताने मार दिंदे कि करदा की तुहाडे साढ़े अद्धे तो मतलब कि 90% पिंड नूं पता ही नहीं कि असीं ते करदे की आ हना, उन्हों एहो जिहा स्किल सिखा के ते बाद चो तुसीं उन्हों कहो कि नहीं हना बड़ा टफ टाइम आ गया ते हुण तुसीं जाओ। मैं परफॉर्मिंग इंप्लॉइज की गल कर रही हाँ जिहड़े नहीं काम करदे या जिहड़े नहीं मेहनत करदे उह ते असीं भी नहीं रखना चाहुंदे ठीक है, पर जिहड़े परफॉर्मिंग इंप्लॉइज आ उह तुसीं फिर इस तरह नहीं कर सकदे। पर एक वड्डी कंपनी जिहड़ा मर्जी नामी कंपनी जे उन्हों नहीं लोड ते उह कढ सकदी, जे उन्हों नहीं लौटते भेज सकती है ठीक है। सो असी हो सकता साढ़े ते भी वह सिचुएशन आ जाए मैं नहीं पता, पर असी बहुत ज्यादा मेहनत कर रहे हैं कि असी वैल्यूज ते चलीए, असी एक्स्ट्रा कॉस्ट पे कर रहे हैं, फालतू दे लोन्स लै रहे हैं, कंपनी ते बर्डन पा रहे हैं, टेंशन लै रहे हैं ठीक है, हर चीज़ कर रहे हैं क्योंकि असी इस कंपनी नूं ह्यूमन वैल्यूज ते चलाना चाहते हैं। तो मैनू नहीं लगता कि इस कंपनी च जल्दी कोई इनवैसट भी करेगा जदों तक कि ओदा दिमाग साढ़े वांगू नहीं चलेगा कि ये असी बंदियां लई कंपनी खोली आ सॉफ्टवेयर बना ली नहीं खोली, सॉफ्टवेयर तो एक सैकेंड चीज़ है कि जेड़े उन्होंने काम करना तो सर्विस आप देनी, पर एक्चुअल च टांगरे विच कंपनी क्यों, एक कंपनी अमृतसर खोल सकती सी, मोहाली खोल सकती सी, केड़ा केड़ा अच्छा शहर है जेड़ा मैं नहीं देखिया, तो मेरा मेरा मन ना कहता हो मैनू कि तुम इत्थे आ जाओ राइट। सो
ਟਾਂਗਰੀ ਵਿੱਚ ਕਿਉਂ? ਕਿਉਂਕਿ ਇਹ ਇੱਥੋਂ ਦੇ ਆਲੇ ਦੁਆਲੇ ਲਈ, ਇੱਥੋਂ ਦੇ ਈਕੋਸਿਸਟਮ ਲਈ ਇਹ ਕੰਪਨੀ ਖੁੱਲ੍ਹੀ ਆ ਕਿ ਜਦੋਂ ਦੁੱਧ ਲਿਆਉਣਾ ਹੋਵੇ 500 ਲੀਟਰ ਮਹੀਨੇ ਦਾ ਤੇ ਉਹ ਪਿੰਡ ਦੇ ਘਰਾਂ 'ਚੋਂ ਆਵੇ। ਠੀਕ ਹੈ ਨਾ, ਜਦੋਂ ਪੀਜੀ ਦੇਣੇ ਹੋਣ ਤੇ ਉਹ ਪਿੰਡ ਦੇ ਲੋਕਾਂ ਦੇ ਘਰਾਂ 'ਚ ਪੀਜੀ ਬਣਨ, ਜਦੋਂ ਟਿਫਨ ਬਣਾਉਣੇ ਹੋਣ ਤੇ ਪਿੰਡ ਦੀਆਂ ਲੇਡੀਜ਼ ਟਿਫਨ ਬਣਾਉਣ, ਤੇ ਜਦੋਂ ਸੇਲ ਵਧਾਉਣੀ ਹੋਵੇ ਕਿ ਰੋਜ਼ ਇੱਥੇ 200 ਬੰਦੇ ਆ ਰਹੇ ਨੇ, ਠੀਕ ਹੈ, ਤਾਂ ਪੂਰੇ ਮਹੀਨੇ 'ਚ 6000 ਹੋ ਗਿਆ ਇੱਕ ਹਿਸਾਬ ਦਾ, ਠੀਕ ਹੈ, ਤੇ ਉਹ 6000 ਲੋਕ ਦੇ ਵਿੱਚੋਂ ਜੇ 3000 ਨੇ ਵੀ ਸ਼ੋਪਿੰਗ ਕਰਨੀ ਹੋਵੇ ਜਾਂ ਆਪਣੀ ਖੁਦ ਦੀ ਕੋਈ ਚੀਜ਼ ਖਰੀਦਣੀ ਹੋਵੇ ਤੇ ਇੱਥੇ ਲੋਕਲ ਦੁਕਾਨਾਂ ਤੋਂ ਖਰੀਦਣ। ਇਸ ਕਰਕੇ ਟਾਂਗਰੇ ਨੂੰ ਚੁਣਿਆ ਗਿਆ ਵਾ, ਮੇਰੀ ਕੋਈ ਮਜਬੂਰੀ ਨਹੀਂ ਟਾਂਗਰੇ ਨੂੰ ਚੁਣਨਾ। ਅੱਛਾ, ਇੱਕ ਚੀਜ਼ ਹੋਰ ਦੱਸੋ, ਤੁਸੀਂ ਖੁਦ ਹੀ ਕਿਹਾ ਕਿ ਪਿੰਡ ਵਾਲਿਆਂ ਤੋਂ ਹਜੇ ਵੀ ਨਹੀਂ ਪਤਾ ਵੀ ਅਸੀਂ ਕਰਦੇ ਕੀ ਆ, ਬਹੁਤ ਤਾਂ ਸ਼ਾਇਦ ਇਹੀ ਕਹਿੰਦੇ ਹੋਣਗੇ ਪਤਾ ਨਹੀਂ ਕੰਪਿਊਟਰ ਤੇ ਬੈਠ ਕੇ ਉਂਗਲੀਆਂ ਮਾਰ ਰਿਹਾ, ਮੱਥਾ ਮਰੀ ਜਾਂਦਾ, ਇਹ ਕਹਿੰਦੇ ਆ। ਪਰ ਉਹ ਇਹ ਜ਼ਰੂਰ ਕਹਿੰਦੇ, ਮੇਰੇ ਮੰਮੀ ਕਹਿੰਦੇ ਹੁੰਦੇ ਕਿ ਜੋ ਤੁਸੀਂ ਕਰਦੇ ਬੜਾ ਵਧੀਆ ਜੇ। ਅੱਛਾ, ਇਹ ਕਹਿੰਦੇ? ਹਾਂ, ਇਹੀ ਕਹਿੰਦੇ ਕਿ ਤੁਸੀਂ ਕਰਦੇ ਕੀ ਜੇ, ਪਰ ਜੋ ਤੁਸੀਂ ਕਰਦੇ ਜੇ ਕਰਦੇ ਬੜਾ ਵਧੀਆ, ਕਿ ਸਾਡੇ ਪਿੰਡ ਦਾ ਜਿਹੜਾ ਉਹ ਨਾਮ ਆ। ਬਾਕੀ ਮੈਨੂੰ ਬਹੁਤ ਉਮੀਦ ਆ ਕਿ ਮੇਰੇ ਹੀ ਪਿੰਡ ਦੇ ਬੱਚੇ ਜਿਹੜੇ ਆ ਉਹ ਅੱਗੋਂ ਮਿਹਨਤ ਕਰਨਗੇ, ਕੰਪਿਊਟਰ ਫੀਲਡ 'ਚ ਆਉਣਗੇ, ਬੀਟੈਕ ਕਰਨਗੇ, BCA MCA ਕਰਨਗੇ, ਤੇ ਉਹ ਵੀ ਆਪਣਾ ਡ੍ਰੀਮ ਰੱਖਣਗੇ ਕਿ ਅਸੀਂ ਸਾਡੀ ਕੰਪਨੀ ਸਿੰਬਾ ਕੁਆਰਟਜ਼ ਦੇ ਵਿੱਚ ਜਿਹੜੀ ਟਾਂਗਰੇ 'ਚ ਖੁੱਲ੍ਹੀ ਹੈ ਇਹਦੇ ਵਿੱਚ ਅਸੀਂ ਕੰਮ ਕਰੀਏ। ਸੋ ਬਦਲਾਵ ਜਿਹੜਾ ਹੌਲੀ ਹੌਲੀ ਆਉਂਦਾ ਹੈ ਅਤੇ ਮੈਂ ਸਬਰ ਰੱਖਣ ਲਈ ਰੈਡੀ ਹਾਂ। ਠੀਕ ਹੈ ਨਾ, 25 ਸਾਲ ਬਾਅਦ ਇੱਥੇ ਕੀ ਹੋਏਗਾ ਉਹ ਦੇਖਣ ਲਈ ਮੈਂ ਰੈਡੀ ਹਾਂ। ਮੈਨੂੰ ਕੋਈ ਕਾਹਲੀ ਨਹੀਂ ਆ, ਕਾਹਲੀ ਹੁੰਦੀ ਤੇ 100 ਇੰਪਲੋਈਜ਼ ਨਾ ਹੁੰਦੇ, 1000 ਇੰਪਲੋਈਜ਼ ਹੁੰਦੇ ਮੇਰੀ ਕੰਪਨੀ ਦੇ। ਕਾਹਲੀ ਹੁੰਦੀ ਤੇ ਮੈਂ ਕਈ ਤਰ੍ਹਾਂ ਦੇ ਲੋਨ ਲੈ ਲੈਂਦੀ, ਕਈ ਤਰ੍ਹਾਂ ਦੇ ਇਨਵੈਸਟਰ ਆਉਂਦੇ ਤੇ ਕੰਪਨੀ ਨੂੰ ਕਈ ਤਰੀਕਿਆਂ ਨਾਲ ਚਲਾ ਸਕਦੀ ਸੀ। ਪਰ ਅੱਜ ਵੀ ਮੈਨੂੰ ਕੋਈ ਕਾਹਲੀ ਨਹੀਂ ਆ, ਜਿੱਥੇ ਅਸੀਂ ਪਹੁੰਚੇ ਹਾਂ ਇੱਥੇ ਟਿਕਣਾ, ਜਿਹੜਾ ਕਹਿੰਦੇ ਨਾ ਟਿਕਣਾ ਕਮਾਲ ਹੈ, ਤਾਂ ਮੈਂ ਉਹ 'ਚ ਬਿਲੀਵ ਕਰਦੀ ਕਿ ਜਿੱਥੇ ਮੈਂ, ਜੇ ਅੱਜ ਮੇਰੇ ਕੋਲ 120 ਬੰਦੇ ਆ ਤੇ 110 ਹੋ ਗਏ, 100 ਹੋ ਗਏ, ਠੀਕ ਆ, ਜਾਂ ਫਿਰ 140 ਹੋ ਗਏ, ਇੱਥੇ ਕੀ ਮੈਂ ਰਵਾਂ? ਠੀਕ ਆ, ਮੈਂ ਇੰਨੇ ਵੱਡੇ ਵੱਡੇ ਪੁਲਾਂਘਾ ਨਹੀਂ ਪੁੱਟਣਾ ਚਾਹੁੰਦੀ ਕਿ ਮੈਂ ਬੱਚਿਆਂ ਦਾ ਨੁਕਸਾਨ ਕਰਦਾ। ਠੀਕ ਆ, ਮੇਰੀ ਤਰੱਕੀ ਦੀ ਗੱਲ ਵੱਖਰੀ ਆ, ਪੈਸੇ ਦੀ ਗੱਲ ਵੱਖਰੀ ਆ, ਕਿ ਜਿਨ੍ਹਾਂ ਨੂੰ 120 ਨੂੰ ਜੋਬ ਦਿੱਤੀ ਆ ਉਹਨਾਂ ਦਾ ਨੁਕਸਾਨ ਨਾ ਮੇਰੇ ਹੱਥੋਂ ਹੋ ਜੇ। ਸੋ ਉੱਧਰ ਮੇਰਾ ਜ਼ਿਆਦਾ ਧਿਆਨ। ਅੱਛਾ, ਹੁਣ ਤੱਕ ਜ਼ਿੰਦਗੀ ਦੇ ਵਿੱਚ ਕੀ ਮੰਨਦੇ ਹੋ, ਸਭ ਤੋਂ ਵੱਡੀ ਖੁਸ਼ੀ ਕਿਹੜੀ ਆਈ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ? ਮੈਂ ਤਾਂ ਰੋਜ਼ ਹੀ ਖੁਸ਼ ਰਹਿੰਦੀ ਹਾਂ। ਠੀਕ ਹੈ, ਮੇਰੇ ਮੰਮੀ ਪਾਪਾ ਮੈਨੂੰ ਬਹੁਤ ਜ਼ਿਆਦਾ ਜ਼ਿਆਦਾ ਪਿਆਰ ਕਰਦੇ ਆ, ਅਤੇ ਸੋ ਮੇਰਾ ਤਾਂ, ਮੈਂ ਤਾਂ ਰੋਜ਼ ਹੀ ਖੁਸ਼ ਹਾਂ। ਠੀਕ ਹੈ, ਮੈਨੂੰ ਵੈਸੇ ਤਾਂ ਪੋਲੀਟੀਕਲ ਆਨਸਰ ਹੋ ਜਾਏਗਾ, ਠੀਕ ਹੈ, ਬਟ ਸਟਿਲ ਕਿ ਜਦੋਂ ਮਨੀਸ਼ ਸਿਸੋਦੀਆ ਸਾਡੇ ਆਫਿਸ 'ਚ ਆਏ ਖੁਦ, ਕਿਉਂਕਿ ਮੈਨੂੰ ਉਹ ਨਹੀਂ ਜਾਣਦੇ ਸੀ, ਅਤੇ ਮੈਨੂੰ ਬਹੁਤ ਅੱਛਾ ਲੱਗਾ, ਮੈਨੂੰ ਬਹੁਤ ਵਧੀਆ ਲੱਗਾ ਕਿ ਕਿਸੇ ਅਹੁਦੇਦਾਰ ਬੰਦੇ ਨੇ ਸਾਨੂੰ ਵੀ ਸਰਪ੍ਰਾਈਜ਼ ਦਿੱਤਾ। ਉਹ ਉਹਨੇ ਫਿਰ ਪੜ੍ਹਿਆ ਸੀ ਕਿਤੇ ਤੁਹਾਡੇ ਬਾਰੇ ਜਾਂ ਕਿਤੇ ਸੁਣਿਆ ਸੀ? ਉਹਨਾਂ ਨੇ ਪੜ੍ਹਿਆ ਸੀ, ਅਤੇ ਉਹਨਾਂ ਨੇ ਜਿਹੜਾ ਵਾ ਉਹ ਸਾਨੂੰ 30 ਮਿੰਟ ਪਹਿਲਾਂ ਪਤਾ ਲੱਗਾ ਸੀ ਕਿ ਉਹਨਾਂ ਨੇ ਆਉਣਾ। ਠੀਕ ਹੈ, ਸੋ ਸਾਨੂੰ ਬਹੁਤ ਹੀ ਅੱਛਾ, ਮੈਂ ਤਾਂ ਬਿਲਕੁਲ ਹੀ ਮਤਲਬ ਕਿਤੇ ਵੀ ਨਹੀਂ, ਮੈਂ ਤਾਂ ਸੁੱਤੀ ਪਈ ਸੀ ਘਰ ਉਦੋਂ, ਮੈਨੂੰ ਲੱਗੇ ਮੈਨੂੰ ਤਾਂ ਆਈ ਵਾਜ਼ ਨੋਟ ਫੀਲਿੰਗ ਵੈਲ, ਅਤੇ ਮੈਂ ਘਰ ਹੀ, ਅਤੇ ਮੈਂ ਤਾਂ ਰਿਲੈਕਸ ਹੋ ਕੇ ਆਫਿਸ ਆਈ, ਮੰਮੀ ਨੂੰ ਮੈਂ ਪੂਰਾ ਤੇਜ਼ ਤਰਾਰ ਕਰਤਾ ਕਿ ਤੁਹਾਨੂੰ ਤਿਆਰੀ ਕਰਨੀ ਪੈਣੀ। ਸੋ ਮੈਨੂੰ ਬਹੁਤ ਅੱਛਾ ਲੱਗਾ, ਮੈਂ ਟੈਡਕ ਸਪੀਕਰ ਹਾਂ, 2016 ਦੇ ਵਿੱਚ ਮੇਰੀ ਫਸਟ ਟੈਡ ਟੋਕ ਹੋਈ ਸੀ। ਸੋ ਮੈਂ ਅਕਸਰ ਲੋਕਾਂ ਨੂੰ ਕਹਿੰਦੀ ਹੁੰਦੀ ਕਿ ਜ਼ਿਆਦਾ ਮੋਟੀਵੇਟ ਹੋਣਾ ਅਤੇ ਟੈਡ ਟੋਕ ਸੁਣਿਆ ਕਰੋ ਰੋਜ਼ ਇੱਕ ਦੋ। ਠੀਕ ਹੈ, ਸੋ ਟੈਡ ਪਲੈਟਫਾਰਮ 'ਤੇ ਜਾਣਾ, IITs IIMs 'ਚ ਜਾਣਾ, ਮੈਨੂੰ ਬਹੁਤ ਅੱਛਾ ਲੱਗਦਾ ਕਿ ਮੈਨੂੰ ਅੱਛੀਆਂ ਸਟੇਜਿਸ ਜਿਹੜੀਆਂ ਬੁਲਾਉਂਦੀਆਂ ਨੇ, ਖਾਸ ਕਰਕੇ ਇੰਡੀਆ ਦੇ ਟੋਪ ਕਾਲਜਿਸ, ਟੋਪ ਯੂਨੀਵਰਸਿਟੀਜ਼, ਮੈਂ ਉਹਨੂੰ ਹੀ ਆਪਣੀ ਸਕਸੈਸ ਮੰਨਦੀ। ਮੇਰੇ ਕੋਲ ਕਰੋੜਾਂ ਰੁਪਏ ਬੈਂਕ 'ਚ ਪਏ ਹੋਣ ਤਾਂ ਮੈਂ ਉਹਨੂੰ ਸਕਸੈਸ ਨਹੀਂ ਮੰਨਾਂਗੀ, ਪਰ ਜੇ ਮੈਨੂੰ ਕੋਈ IIM IIT ਵਾਲਾ ਇੰਸਟੀਟਿਊਟ ਜਾਂ ਮੈਨੂੰ ਜਿੱਦਾਂ ਮੈਂ ਟੈਡ ਟੋਕ 'ਚ 2 ਵਾਰੀ ਗਈ ਹਾਂ, ਠੀਕ ਆ, ਇੱਦਾਂ ਮੈਨੂੰ ਕੋਈ ਬੁਲਾਏ ਤਾਂ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਦਾ। ਮੈਨੂੰ ਲੱਗਦਾ ਕਿ ਮੇਰੀ ਜਿਹੜੀ ਸਟੋਰੀ ਆ ਜਦੋਂ 1000 ਬੱਚਿਆਂ ਨੂੰ ਹੋਰ ਪਤਾ ਲੱਗੇਗੀ ਤਾਂ ਉਹਨਾਂ ਦੀ ਜ਼ਿੰਦਗੀ 'ਚ ਜਿਹੜਾ ਉਹ ਸੱਚਮੁੱਚ ਬਦਲਾਵ ਆਏਗਾ। ਮੈਨੂੰ ਬੜਾ ਯਕੀਨ 'ਚ ਮੈਂ ਬੜਾ ਬਿਲੀਵ ਕਰਦੀ ਕਿ ਯਕੀਨ ਆ ਮੈਨੂੰ ਕਿ ਇੱਦਾਂ ਹੋ ਸਕਦਾ। ਸੋ ਜਦੋਂ ਮੈਂ ਆਪਣੀ ਸਟੋਰੀ ਸ਼ੇਅਰ ਕਰਦੀ ਕਿਸੇ ਨਾਲ ਤਾਂ ਮੈਨੂੰ ਪਤਾ ਹੈ ਕਿ ਉਹ ਆਪਣੀ ਜ਼ਿੰਦਗੀ ਜ਼ਰੂਰ ਉਹ 'ਚੋਂ ਕੁਛ ਨਾ ਕੁਛ ਪਿੱਕ ਕਰ ਸਕਦਾ, ਕਿਉਂਕਿ ਅੱਜ ਕੱਲ੍ਹ ਰੀਅਲ ਸਟੋਰੀਜ਼ ਬੜੀਆਂ ਘੱਟ ਰਹਿ ਗਈਆਂ ਅਤੇ ਮੈਂ ਹਮੇਸ਼ਾ ਰਿਐਲਿਟੀ ਪੇਸ਼ ਕਰਦੀ, ਭਾਵੇਂ ਮੇਰਾ ਸੋਸ਼ਲ ਮੀਡੀਆ ਹੋਵੇ, ਭਾਵੇਂ ਇੰਟਰਵਿਊ ਹੋਵੇ, ਕੁਛ ਵੀ ਜੋ ਸੱਚਮੁੱਚ ਹੀ ਮੇਰੀ ਜ਼ਿੰਦਗੀ 'ਚ ਹੋਇਆ ਹੋਏਗਾ, ਜੋ ਬਿਲਕੁਲ ਮੇਰੀ ਜ਼ਿੰਦਗੀ ਦੀਆਂ ਸੱਚੀਆਂ ਘਟਨਾਵਾਂ ਨੇ, ਉਹੀ ਮੈਂ ਹਮੇਸ਼ਾ ਸਭ ਦੇ ਅੱਗੇ ਰੱਖਦੀ ਹਾਂ। ਅਤੇ ਜਦੋਂ ਮੈਂ ਖੁਦ ਨੂੰ ਦੇਖਿਆ ਕਿ 10-12 ਸਾਲ ਪਹਿਲਾਂ ਅਸੀਂ ਬੱਸਾਂ 'ਤੇ ਜਾ ਰਹੇ ਸੀ, ਆ ਰਹੇ, ਹੁਣ ਵੀ ਮੇਰਾ ਜੀ ਕਰਦਾ ਹੁਣ, ਠੀਕ ਆ, ਅੱਜ ਕੱਲ੍ਹ ਅਤੇ ਉਹ ਹੁਣ ਅਸੀਂ ਸਾਰੀਆਂ ਸੁਵਿਧਾਵਾਂ ਨੇ ਸਾਡੇ ਕੋਲ, ਡਰਾਈਵਰਸ ਨੇ, ਗੱਡੀਆਂ ਨੇ, ਹਰ ਚੀਜ਼, ਠੀਕ ਆ। ਸੋ ਜੇ ਮੇਰੀ ਜ਼ਿੰਦਗੀ 'ਚ ਇੰਨਾ ਬਦਲਾਵ ਆ ਸਕਦਾ ਤਾਂ ਫਿਰ ਹਰ ਇੱਕ ਦੇ ਕਿਉਂ ਨਹੀਂ? ਮੈਂ ਤਾਂ ਖੁਦ ਪਿੰਡ 'ਚੋਂ ਹਾਂ, ਠੀਕ ਆ, ਮੈਂ ਮੇਰੇ ਘਰਦਿਆਂ ਨੂੰ ਹੋਰ ਕਈ ਤਰ੍ਹਾਂ ਦੀਆਂ ਟੈਨਸ਼ਨਾਂ ਸੀ, ਕਈਆਂ ਨੂੰ ਨਹੀਂ ਹੁੰਦੀਆਂ, ਕਈਆਂ ਨੂੰ ਈਜ਼ੀ ਪੜ੍ਹਾ ਸਕਦੇ ਉਹਨਾਂ ਦੇ ਘਰ ਦੇ, ਠੀਕ ਆ, ਸਿਰਫ ਜੋ ਮੈਂ ਕਰ ਸਕਦੀ ਫਿਰ ਹਰ ਕੋਈ ਜਿਹੜਾ ਉਹ ਕਰ ਸਕਦਾ। ਬਸ ਉਹੀ ਆ ਕਿ ਮੈਂ ਚਾਹੁੰਦੀ ਕਿ ਮੇਰੇ ਆਲੇ ਦੁਆਲੇ ਜੋ
ਬਹੁਤ ਸਾਰੀਆਂ ਮਨਦੀਪ ਕੌਰ ਟਾਂਗਰਾ ਤੇ ਉਸ ਤੋਂ ਬਿਹਤਰ ਲੋਕ ਜਿਹੜੇ ਆ ਉਹ ਅੱਗੇ ਅੱਗੇ ਆਉਣ ਸਾਡਾ ਮੈਂ ਅੱਜ ਹੀ ਮੈਂ ਆਰਟੀਕਲ ਸੋਚ ਰਹੀ ਕਿ ਜਿਹ 'ਚ ਮੈਂ ਲਿਖਾਂ ਕਿ ਤੁਹਾਡਾ ਜੀ ਕਰਦਾ ਕਿ ਪੰਜਾਬ ਦੀ ਵੀ ਤੁਹਾਡੇ ਕੋਲ ਪੀਆਰ ਹੋਵੇ ਠੀਕ ਹੈ ਨਾ ਸੋ ਅਸੀਂ ਉਹ ਵਾਲੇ ਬੱਚੇ ਬਣਨਾ ਕਿ ਜਿੰਨਾ ਕੋ ਪੰਜਾਬ ਦੀ ਪੀਆਰ ਹੋਵੇ ਉਹਦੇ 'ਚ ਮਾਣ ਮਹਿਸੂਸ ਕਰਨ ਕਿ ਅਸੀਂ ਪੰਜਾਬੀ ਹਾਂ ਪੰਜਾਬ 'ਚ ਰਹਿਣ ਵਾਲੇ ਪੰਜਾਬੀ ਹਾਂ ਅਸੀਂ ਪਰ ਮੈਨੂੰ ਲੱਗਦਾ ਨਹੀਂ ਅੱਜ ਕੱਲ੍ਹ ਕੋਈ ਨੌਜਵਾਨ ਨਹੀਂ ਕਰੂ ਪੰਜਾਬ ਛੱਡ ਕੇ ਉਹ ਤਾਂ ਇਹ ਕਹਿੰਦੇ ਵੀ 12ਵੀਂ ਕਦੋਂ ਹੋਈ ਅੱਜ ਕੱਲ੍ਹ ਦੇ ਮਨਦੀਪ ਜੀ ਤੁਸੀਂ ਚੌਥੇ ਜਵਾਕ ਨੂੰ ਪੁੱਛ ਲਓ 5ਵੀਂ ਨੂੰ ਪੁੱਛ ਲਓ ਕਰਨਾ ਕੀ ਆ ਕਹੋਗੇ ਜੀ ਪਲੱਸ 2 ਕਰਨੀ ਆ ਕੈਨੇਡਾ ਜਾਣਾ ਅਮਰੀਕਾ ਜਾਣਾ ਟਰੱਕ ਚਲਾਉਣੇ ਬਸ ਉਹਦਾ ਵੀ ਨਾ ਫਿਰ ਤੁਸੀਂ ਆਪਣੀ ਇੰਟਰਵਿਊ ਤੇ ਬਥੇਰੀ ਲੰਬੀ ਹੋਣੀ ਉਹਦਾ ਜਵਾਬ ਇਹ ਆ ਕਿ ਜਿੱਥੇ ਮਰਜ਼ੀ ਜਾਓ ਠੀਕ ਹੈ ਪਰ ਉਹ ਕਰੋ ਜੋ ਤੁਹਾਡਾ ਦਿਲ ਕਹਿੰਦਾ ਜੇ ਤੁਹਾਡਾ ਦਿਲ ਕਹਿੰਦਾ ਕਿ ਮੰਮੀ ਪਾਪਾ ਨੂੰ ਛੱਡ ਕੇ ਤੇ ਮੈਂ ਆਸਟ੍ਰੇਲੀਆ ਚਲ ਜਾਂ ਤੇ ਉੱਥੇ ਹੀ ਪੱਕਾ ਵਸ ਜਾਂ ਤੇ ਫਿਰ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਪਰ ਜੇ ਦਿਲ ਕਹਿੰਦਾ ਕਿ ਯਾਰ ਪਿੱਛੇ ਮੰਮੀ ਬਿਮਾਰ ਆ ਤੇ ਮੈਂ ਗੁਆਂਢੀ ਨੂੰ ਕਹਾਂ ਕਿ ਯਾਰ ਤੂੰ ਧਿਆਨ ਰੱਖੀ ਜਾਂ ਆਹ ਕਰਦਾ ਉਹ ਕਰਦਾ ਤੇ ਉਹ ਵਲਵਲਿਆਂ 'ਚ ਬੈਠਾ ਰਹਾਂ ਤੇ ਫਿਰ ਨਹੀਂ ਠੀਕ ਸੋ ਜਿੰਨੇ ਬਾਹਰ ਜਾਣਾ ਜਾਓ ਮੈਂ ਤਾਂ ਖੁਦ ਕਹਿੰਦੀ ਹਾਂ ਕਿ ਜਿਹਦਾ ਮਨ ਹੀ ਨਹੀਂ ਇੱਥੇ ਉਹਨੂੰ ਇੱਥੇ ਕਰਨਾ ਵੀ ਕੀ ਠੀਕ ਹੈ ਜਾਂ ਜਿਹਦੀ ਮਜਬੂਰੀ ਆ ਜਾਂ ਜਿਹਨੂੰ ਲੱਗਦਾ ਕਿ ਮੈਨੂੰ ਜਾਣਾ ਚਾਹੀਦਾ ਤੇ ਉਹ ਵਾਕੇ ਹੀ ਜਾਵੇ ਜ਼ਿੰਦਗੀ 'ਚ ਕਸ਼ਮਕਸ਼ ਤੇ ਵਿੱਚ ਵਿਚਾਲਾ ਨਹੀਂ ਚਾਹੀਦਾ ਜਾਂ ਕਾਲਾ ਤੇ ਜਾਂ ਚਿੱਟਾ ਠੀਕ ਹੈ ਨਾ ਸੋ ਇਸ ਕਰਕੇ ਤੁਸੀਂ ਆਪਣਾ ਬਲੈਕ ਐਂਡ ਵਾਈਟ ਜ਼ਿੰਦਗੀ ਜੀਓ ਕਿ ਇੱਕ ਰਸਤਾ ਚੁਣ ਲਓ ਉਹ ਭਾਵੇਂ ਫਿਰ ਕੈਨੇਡਾ ਦਾ ਹੋਵੇ ਭਾਵੇਂ ਨਿਊਜ਼ੀਲੈਂਡ ਦਾ ਹੋਵੇ ਤੇ ਭਾਵੇਂ ਟਾਂਗਰੇ ਦਾ ਹੋਵੇ ਠੀਕ ਹੈ ਜੋ ਸੋਚ ਲਿਆ ਨਾ ਉਹ ਕਰੋ ਐਸੇ ਇਨਸਾਨ ਬਣੋ ਜ਼ਿੰਦਗੀ 'ਚ ਕਿ ਜੋ ਤੁਹਾਡਾ ਦਿਲ ਕਹਿੰਦਾ ਨਾ ਉਹ ਕਰੋ ਜੋ ਮਨ ਕਹਿੰਦਾ ਉਹ ਨਹੀਂ ਕਿਉਂਕਿ ਮਨ ਤੇ ਹਮੇਸ਼ਾ ਉਲਟ ਕਹਿੰਦਾ ਮਨ ਤੇ ਕਹਿੰਦਾ ਕਿ ਨਹੀਂ ਉੱਠਣਾ ਸਵੇਰੇ ਮਨ ਤੇ ਕਹਿੰਦਾ ਕਿ ਅੱਜ ਆਪਾਂ ਲੇਟ ਜਾਣਾ ਵਾ ਠੀਕ ਆ ਮਨ ਤੇ ਕਹਿੰਦਾ ਕਿ ਅੱਜ ਰਹਿਣ ਦੋ ਅੱਜ ਮੀਂਹ ਪੈ ਗਿਆ ਮਨ ਤੇ ਕਹਿੰਦਾ ਕਿ ਯਾਰ ਜਾਓ ਕੈਨੇਡਾ ਠੀਕ ਹੈ ਨਾ ਪਰ ਦਿਲ ਕੀ ਕਹਿੰਦਾ ਵਾ ਕੀ ਤੁਸੀਂ ਉਹ ਕਰ ਪਾ ਰਹੇ ਹੋ ਜੋ ਤੁਹਾਡਾ ਦਿਲ ਕਹਿੰਦਾ ਮਨ ਤੁਹਾਨੂੰ ਹਮੇਸ਼ਾ ਆਪੋਜ਼ਿਟ ਕਹਿੰਦਾ ਬਿਲਕੁਲ ਪੁੱਠਾ ਕਹੇਗਾ ਮਨ ਕਹੇਗਾ ਕਿ ਕੈਨੇਡਾ ਹੀ ਜਾਣਾ ਜੋ ਮਰਜ਼ੀ ਹੋ ਜਾਵੇ ਮੈਂ ਸਾਰਾ ਕੁਛ ਵੇਚ ਵੱਟ ਕੇ ਕੈਨੇਡਾ ਜਾਣਾ ਠੀਕ ਹੈ ਆਪਣੇ ਦਿਲ ਨੂੰ ਪੁੱਛੋ ਇਕੱਲੇ ਬਹਿ ਕੇ ਕਿ ਦਿਲ ਇਹ ਕਹਿੰਦਾ ਕਿ ਜੋ ਵੀ ਘਰਦਿਆਂ ਨੇ ਸਾਰੀ ਉਮਰ 'ਚ ਬਣਾਇਆ ਇਹਨੂੰ ਵੇਚ ਵੱਟ ਕੇ ਤੇ ਮੈਂ ਕੈਨੇਡਾ ਚਲ ਜਾਵਾਂ ਠੀਕ ਹੈ ਸੋ ਮੇਰੀ ਇੰਟਰਵਿਊ ਤੋਂ ਕਈ ਜਾਣੇ ਯੂਨੋ ਨੈਗੇਟਿਵ ਵੀ ਹੋ ਜਾਂਦੇ ਮੈਂ ਤੇ ਪਰ ਕੁਛ ਕਰ ਨਹੀਂ ਸਕਦੀ ਕਿ ਸਰਕਾਰ ਨੂੰ ਦੋਸ਼ ਲਾਣੇ ਬਹੁਤ ਸੌਖੇ ਆ ਠੀਕ ਹੈ ਨਾ ਪਰ ਉਹ ਵੀ ਉਦਾਹਰਣਾਂ ਵੇਖੋ ਪੰਜਾਬ 'ਚ ਮੈਂ ਆਪਣੀ ਗੱਲ ਨਹੀਂ ਕਰਦੀ ਕਿ ਜਿਨ੍ਹਾਂ ਨੇ ਪੰਜਾਬ 'ਚ ਰਹਿ ਕੇ ਮਿੱਟੀ ਨਾਲ ਮਿੱਟੀ ਹੋ ਕੇ ਕੁਛ ਕਰਕੇ ਦਿਖਾਇਆ ਹੈ ਤੇ ਜਦੋਂ ਮਿਲਖਾ ਸਿੰਘ ਦੀ ਐਗਜ਼ਾਮਪਲ ਲਾ ਲਓ ਇੰਨੀ ਪੇਨ 'ਚੋਂ ਲੰਘ ਕੇ ਪੈਰਾਂ 'ਚ ਕਿੱਲ ਖੁਭਾ ਕੇ ਫਿਰ ਵੀ ਭੱਜ ਕੇ ਤੇ ਫਿਰ ਲੋਕ ਕਹਿ ਦਿੰਦੇ ਕਿ ਉਹਨਾਂ ਦੀ ਕਿਸਮਤ ਸੀ ਡਾਕਟਰ ਮਨਮੋਹਨ ਸਿੰਘ ਦੇ ਲੋਕ ਕਹਿ ਦਿੰਦੇ ਕਿਸਮਤ ਆ ਠੀਕ ਹੈ ਹਰ ਇੱਕ ਦੀ ਕਿਸਮਤ ਆ ਮੇਰੀ ਵੀ ਲੋਕ ਕਹਿਣਗੇ ਕਿ ਇਹਦੀ ਵੀ ਕਿਸਮਤ ਆ ਠੀਕ ਹੈ ਪਰ ਕਿਸਮਤ ਨਹੀਂ ਵਾਕੇ ਬੜਾ ਜ਼ੋਰ ਲੱਗਦਾ ਜੇ ਵਾਕੇ ਬੜੇ ਬੜੇ ਸਰਾਣੇ ਭਿਓਏ ਹੁੰਦੇ ਜੇ ਰੋ ਰੋ ਕੇ ਤੇ ਵਾਕੇ ਬਹੁਤ ਕੁਛ ਜ਼ਿੰਦਗੀ 'ਚ ਚੱਲ ਕੇ ਹੀ ਤੁਸੀਂ ਸਫਲਤਾ ਤੱਕ ਪਹੁੰਚਦੇ ਹੋ ਉਹ ਭਾਵੇਂ ਕੋਈ ਸਿੰਗਰ ਆ ਭਾਵੇਂ ਕੋਈ ਰਾਈਟਰ ਆ ਭਾਵੇਂ ਕੋਈ ਵੀ ਭਾਵੇਂ ਗੋਲ ਗੱਪਿਆਂ ਵਾਲਾ ਹੀ ਆ ਠੀਕ ਹੈ ਨਾ ਉਹ ਵੀ ਕਲੀਨ ਕਲੀਅਰ ਆਪਣੀ ਮਿਹਨਤ ਵਾਲਾ ਕੰਮ ਕਰ ਰਿਹਾ ਤੇ ਲੋਕ ਉਹਨੂੰ ਪਸੰਦ ਕਰ ਰਹੇ ਨੇ ਕੋਈ ਮਾਰਕੀਟਿੰਗ ਦੇ ਸਿਰ ਤੇ ਸਾਰੀ ਉਮਰ ਨਹੀਂ ਜੇ ਕੱਢ ਸਕਦਾ ਤਾਂ ਹੀ ਉਹ ਸਰਕਾਰਾਂ ਬਦਲ ਜਾਂਦੀਆਂ ਬਿਲਕੁਲ ਠੀਕ ਹੈ ਨਾ ਸੋ ਮਾਰਕੀਟਿੰਗ ਦੇ ਸਿਰ ਤੇ ਸਾਰੀ ਉਮਰ ਦੀ ਸਕਸੈਸ ਨਹੀਂ ਹੋ ਸਕਦੀ ਲੋਕਾਂ ਲਈ ਮੈਂ ਕੀ ਕਰ ਰਹੀ ਆਪਣੇ ਲਈ ਕੀ ਕਰ ਰਹੀ ਮੈਂ ਕਿੰਨਾ ਐਫਰਟ ਪਾ ਰਹੀ ਹਾਂ ਠੀਕ ਹੈ ਉਹਨੇ ਟਿਕਣਾ ਹੀ ਟਿਕਣਾ ਉਹ 'ਚ ਬੁਲੰਦੀ ਪਰ ਟਿਕਣਾ ਕਮਾਲ ਹੈ ਕਰਨ ਦੀ ਲੋੜ ਹੀ ਨਹੀਂ ਆ ਜੋ ਤੁਸੀਂ ਕਰ ਹੀ ਮਿਹਨਤ ਰਹੇ ਹੋ ਤੇ ਫਿਰ ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਕਿ ਰੱਬ ਹੁੰਦਾ ਤੇ ਤੁਸੀਂ ਟਿਕ ਜਾਣਾ ਉਹਨੇ ਤੁਹਾਨੂੰ ਟਿਕਾ ਕੇ ਰੱਖਣਾ ਸੋ ਨਾਸਤਕ ਨਹੀਂ ਬਣਨਾ ਚਾਹੀਦਾ ਸੋ ਨਾਸਤਕ ਜਿੰਨਾ ਤੁਸੀਂ ਬਣੋਗੇ ਉਹ ਜਿਹੜੇ ਜ਼ਿਆਦਾ ਸਾਇੰਟਿਫਿਕ ਹੋ ਜਾਂਦਾ ਜਿਨ੍ਹਾਂ ਦਾ ਮਾਇੰਡ ਜਿਹਨੂੰ ਲੱਗਦਾ ਕਿ ਹਾਂ ਰੱਬ ਤੇ ਮੈਨੂੰ ਦੇਖ ਹੀ ਨਹੀਂ ਰਿਹਾ ਆਹ ਵਾਲੀ ਗਲਤੀ 'ਚ ਤੇ ਰੱਬ ਨੇ ਦੇਖਿਆ ਨਹੀਂ ਮੈਂ ਮੰਮੀ ਨੂੰ ਝੂਠ ਮਾਰਤਾ ਠੀਕ ਹੈ ਸੋ ਉਹ ਆ ਕਿ ਜਿੰਨਾ ਤੁਸੀਂ ਨਾਸਤਕ ਹੋਈ ਜਾਓਗੇ ਉਨਾ ਤੁਹਾਡਾ ਗ੍ਰਾਫ ਜਿਹੜਾ ਉਹ ਥੱਲੇ ਆਈ ਜਾਏਗਾ ਤੇ ਜੇ ਉੱਪਰ ਗਿਆ ਵੀ ਹੋਏਗਾ ਤੇ ਬੁਲੰਦੀ 'ਤੇ ਟਿਕਣਾ ਬਹੁਤ ਟਫ ਆ ਠੀਕ ਹੈ ਨਾ ਆਪ ਜਾ ਸਕਦੇ ਪਰ ਥੱਲੇ ਦਾ ਨੂੰ ਆਉਣਾ ਹੀ ਪੈਣਾ ਪਰ ਜੇ ਆਪ ਹੀ ਰਹਿਣਾ ਵਾ ਠੀਕ ਹੈ ਤੇ ਫਿਰ ਤੁਹਾਨੂੰ ਜਿਹੜਾ ਵਾ ਉਹ ਮੰਨਣਾ ਪਏਗਾ ਕਿ ਦੇਰ ਇਜ਼ ਅ ਯੂਨੀਵਰਸ ਰੱਬ ਹੁੰਦਾ ਵਾ ਵਿਸ਼ਵਾਸ ਵੀ ਕੋਈ ਚੀਜ਼ ਹੁੰਦੀ ਆ ਬੰਦੇ ਦੇ ਅੰਦਰੋਂ ਜੋ ਆਵਾਜ਼ ਆਉਂਦੀ ਉਹ ਵੀ ਕੋਈ ਚੀਜ਼ ਆ ਠੀਕ ਹੈ ਸੋ ਜ਼ਿਆਦਾ ਸਾਇੰਟਿਫਿਕ ਹੋ ਕੇ ਜਿਹੜਾ ਵਾ ਸਾਡੇ ਜਿਹੜੇ ਬੱਚੇ ਆ ਉਹ ਬਾਹਰ ਜਾ ਜਾ ਕੇ ਸਾਇੰਟਿਫਿਕ ਹੋਈ ਜਾ ਰਹੇ ਨੇ ਬਿਲਕੁਲ ਸੋਚ ਸਾਇੰਟਿਫਿਕ ਹੋਈ ਉਹਨੂੰ ਲੱਗਦਾ ਕਿ ਮੰਮੀ ਪਾਪਾ ਨੂੰ ਨਹੀਂ ਵੀ ਹਾਲ ਪੁੱਛਿਆ ਤੇ ਇਟ ਇਜ਼ ਓਕੇ ਵਿਚ ਇਜ਼ ਨੋਟ ਓਕੇ ਉਹਨੂੰ ਲੱਗਦਾ ਕਿ ਆਪਣੇ ਪਾਰਟਨਰ ਨੂੰ ਛੱਡ ਵੀ ਦਿੱਤਾ ਤੇ ਇਟ ਇਜ਼ ਓਕੇ ਇਟ ਇਜ਼ ਨੋਟ ਓਕੇ ਮੇਰੇ ਯੂਨੋ ਗਵਾਂਢੀ ਦੇ ਘਰ ਡੈਥ ਹੋ ਗਈ ਤੇ ਮੈਂ ਨਹੀਂ ਗਿਆ ਤੇ ਇਟ ਇਜ਼ ਓਕੇ ਪਰ ਸਾਡੇ ਕਲਚਰ ਦੇ ਹਿਸਾਬ ਨਾਲ ਇਟ ਇਜ਼ ਨੋਟ ਓਕੇ ਸੋ ਯੂ ਸ਼ੁੱਡ ਨੋ ਯੋਰ ਕਲਚਰ ਲੋਕਾਂ ਕੋਲ ਆਪਣਾ ਕਲਚਰ ਲੈ ਕੇ ਜਾਓ ਬਾਹਰੋਂ ਕਲਚਰ ਲਿਆ ਕੇ ਇੱਥੇ ਹੋਰ ਜਿਹੜਾ ਵਾ ਉਹ ਖਰਾਬ ਕਰਨਾ ਉਹਦੇ ਨਾਲ ਮਤਲਬ ਕਿ ਕੁਛ ਵੀ ਨਹੀਂ ਹੋ ਰਿਹਾ ਤਾਂ ਹੀ ਤਾਂ ਅਸੀਂ ਇੰਪਰੂਵ ਨਹੀਂ ਕਰ ਪਾ ਰਹੇ ਬਿਲਕੁਲ ਓਪਰਚੁਨਿਟੀ ਤਾਂ ਸ਼ਾਇਦ ਤੁਹਾਡੇ ਕੋਲ ਵੀ ਅਮਰੀਕਾ ਦੀ ਹੈ ਹਾਂ ਮੇਰੇ ਕੋਲ ਸੀ ਪਰ ਉਹ ਕਿ ਮੈਂ ਕਦੀ ਅਵੇਲ ਨਹੀਂ ਕੀਤੀ ਠੀਕ ਹੈ ਅਮਰੀਕਾ ਦੀ ਸੀ ਹਾਂ ਟਾਂਗਰੇ ਚੰਗਾ ਲੱਗਿਆ
मैं तो टांग रहा ही सोचा सो हुण मैं पक्का डिसाइड कर लिया कि मैं इतों ही ऑपरेट करांगी। अच्छा एक चीज़ होर है शायद सू एक चीज़ होर भी मनदीप जी चल के रख के चलना पैंदा कि औखे समय दे विच साडा साथ भी बहुत लोग छड्डणगे जे असीं चलदे आ एक जज्बा लैके कि यार वो चीज़ असीं करनी शायद औखे वेले दे विच साथ भी बहुत लोग छड्डदे आ छड्डदे बड़े लोग छड्ड जांदे आ होया तुहाडे नाल भी मेरे नाल ते काफ़ी ज़्यादा ही होया मतलब मैनू ते जिहड़े मेरे फेवरेट इंपलॉई सी ठीक है सो जा मेरे दोस्त मित्र कई जने शुरू तो जिन्ने जेड़े मेरे साथ सी ओ जेड़ा वा ओ नहीं रहे नाल अच्छा छड़ के चले गए छड़ के चल गए उन्होंने लगा कि नहीं उन्होंने कईयां नु ते आज भी लगदा कि मैं सही नहीं कर रही। अच्छा कारण की दंदे आ के कारण दस दे नहीं कुछ भी कारण पता नहीं जेड़ा एक वरी दूसरे कंट्री च चल जांदा या बड़े शहरां च रह लंदा ओनू फिर पिंड नहीं चंगे लगदे जा आपदे आप नु सियाणा वध समझ बाकी हर कोई अपनी जगह ठीक है ये मेरी सोच है बिल्कुल हुण कोई पिंड च रहा ही नहीं ते उन्हूं वो किद्दां कहेगा कि तुसी ठीक हो मैं इन्नियां प्रॉब्लम्स क्यों सॉल्व कर पा रही हाँ या अच्छी कंपनी पिंड च क्यों बना पा रही क्योंकि पिंड दी पली आ पिंड च रही हाँ पिंड दीआं प्रॉब्लम समझदी हाँ ते इत्थे बैठ के पिंडां दे हल कर सकदी हाँ सो ही आ कि असीं किसे नूं गलत ठीक नहीं कह सकदे बाकी जिंदगी च हर एक दा साथ एक पर्टिकुलर टाइम लई लिखिया हुंदा बिल्कुल इच कदी भी कुड़त्तन नहीं आनी चाहीदी कि तुसी मैनूं छड्ड गए ते तुसी मेरे नाल नहीं चले ठीक है ना मैं शुरू च भी दस्सिया कि इत्थे किसी ने भी नाल नाल नहीं चलना एक्सपेक्टेशन नहीं होनी चाहीदी सो जदों कोई तुहानूं छड्ड जे ते जां तुहानूं लगे कि हाँ बई ते शुरू तो मेरे नाल सी ते हुण नहीं आ जां मैनूं गलत कह रहा ते जो उस तुसी समझ लो कि उहदा साथ उन्ना ही सी तुहाडी जिंदगी च ठीक है ना वो हुण किसी होर दा साथ देगा या देगी ठीक है ते तुसी किसी होर दा साथ देना ते जाना ठीक है सो इन्ना माइंड नू स्ट्रेस करके ते फिर तुसी काम नहीं कर सकदे काम करना बहुत जरूरी वर्क इज वर्शिप क्योंकि तुसी 100 बंदियां नू काम ते ला के ते मुड़ के अपना मूड खराब कर लिया कि यार मेरा ते 3 दिन मूड खराब है ते मैं काम नहीं कर सकता तो तुहानू ये दिखना चाहिए कि 100 बंदे 100 परिवार चलन दे जिहड़े तुसी पहला शुरू किया या ते फिर शुरू ना करो एहो जिहा काम ठीक है सो असी वी हैव टू प्ले दैट रोल कि मैं कंपनी खोली आ ते मैं कंपनी का ओनर आ ते इस 100 बंदियां लई मैं जिम्मेवार आ इच भावें हुण घर जो मर्जी हो जाए किसी की डैथ हो जाए कोई छड्ड जाए कोई वड्डी चीज हो जाए ओहदा असर आ जिहड़ा ओह कंपनी ते ना आउणा चाहीदा ते ना ओह बहाना बनना चाहीदा। अच्छा फिर वड्डे शहरां वाले वड्डियां कंपनियां तां हो सकदा कि किते ना किते जिवें तुसीं आख रहे हो कि उहनां नूं लगदा कि पिंड दे विचों कंपनी जिहड़ी नहीं चल सकदी ओह तां इह वी हो सकदा मनदीप नूं कहिंदे ने यार तां इवें पिंड दे विचों पागल आ पागल पागल वी कहिंदे होणगे साडे हुंदा हैना ओह ते ते ਤੇ ਜਿੰਨੇ ਵੀ ਜਿਨ੍ਹਾਂ ਨੂੰ ਫਤੂਰ ਹੁੰਦਾ ਸਾਰਿਆਂ ਨੂੰ ਹੀ ਕਹਿੰਦੇ ਉਹ ਕਹਿੰਦੇ ਕਿ ਨਹੀਂ ਇਹਨੂੰ ਨਹੀਂ ਪਤਾ ਹੈਗਾ ਇਹ ਗਲਤ ਕਰ ਰਹੀ ਇਹਨੂੰ ਵਕਤ ਤੇ ਪਤਾ ਲੱਗ ਜਾਏਗਾ ਠੀਕ ਹੈ ਸੋ ਅਸੀਂ ਵੀ ਦੂਜੇ ਪਾਸੇ ਪਿੰਡ ਵਾਲੇ ਜਿਹੜੇ ਸਾਰੇ ਪੇਂਡੂ ਇੰਜੀਨੀਅਰ ਉਹ ਵੀ ਲੱਗੇ ਹੋਏ ਕਿ ਕੋਈ ਨਹੀਂ ਪਤਾ ਤੁਹਾਨੂੰ ਦੱਸਾਂਗੇ ਆਪ ਕਰਕੇ ਦਿਖਾਵਾਂਗੇ ਹਾਂ ਤੇ ਬਾਕੀ ਕਿ ਮੈਂ ਸ਼ਹਿਰ 'ਚ ਵੀ ਜਿੱਦਾਂ ਮੇਰੀ ਜੋਬਸ ਦੇ ਵਿੱਚ ਹੈ ਨਾ ਮੈਂ ਕੰਮ ਕੀਤਾ ਮੇਰੀ ਜਿਹੜੀ ਸੈਕਿੰਡ ਜੋਬ ਸੀ ਜੂਲਰੀ ਕੰਪਨੀ ਵਾਲੀ ਉਹ 'ਚ ਮੈਂ ਮੁੰਬਈ ਹਰ 2 ਮੰਥਸ ਬਾਅਦ ਜਾਂਦੀ ਸੀ ਠੀਕ ਹੈ ਸੋ ਮੈਨੂੰ ਕਾਫੀ ਐਕਸਪੋਜ਼ਰ ਜਿਹੜਾ ਹੈਗਾ ਪਰ ਰੂਰਲ ਦਾ ਬਹੁਤ ਫਰਕ ਆ ਠੀਕ ਹੈ ਨਾ ਜਿੱਥੇ ਸੰਸਕਾਰ ਆ ਗਏ ਉੱਥੇ ਫਿਰ ਫਾਊਂਡੇਸ਼ਨ ਹੋਰ ਸਟਰੋਂਗ ਹੋ ਜਾਂਦੀ ਸੋ ਰੂਰਲ 'ਚ ਪਿੰਡਾਂ 'ਚ ਬੱਚੇ ਹੋਰ ਸਿੰਪਲ ਨੇ ਵੱਧ ਤੋਂ ਵੱਧ ਗੁਰਦੁਆਰੇ ਚਲ ਜਾਣਗੇ ਠੀਕ ਹੈ ਜ਼ੋਮੈਟੋ ਇੱਥੇ ਆਉਂਦਾ ਨਹੀਂ ਠੀਕ ਹੈ ਸੋ ਬਹੁਤ ਫਰਕ ਕਲਚਰ ਦਾ ਬੜਾ ਡਿਫਰੈਂਸ ਹੈਗਾ ਸੋ ਉਹਦੇ ਨਾਲ ਇਹ ਆ ਕਿ ਸਗੋਂ ਕਈ ਵਾਰੀ ਸ਼ਹਿਰ ਦੇ ਬੱਚੇ ਦੇ ਆਰ ਮੋਰ ਹੈਪੀ ਕਿ ਇੱਥੇ ਕਲੀਨ ਇਨਵਾਇਰਮੈਂਟ ਆ ਇੱਥੇ ਲੋਕ ਹੋਰ ਸਿੰਪਲ ਆ ਛਲ ਕਪਟ ਨਹੀਂ ਹੈਗਾ ਇੱਕ ਦੂਜੇ ਨੂੰ ਯੂ ਨੋ ਕੰਪੀਟੀਸ਼ਨ ਨਹੀਂ ਹੈਗਾ ਕੋਲੈਬੋਰੇਸ਼ਨ ਕਰਦੇ ਨੇ ਸੋ ਇੱਕ ਵਧੀਆ ਚੀਜ਼ ਜਿਹੜੀ ਆ ਬਣ ਰਹੀ ਹੈ ਮੈਨੂੰ ਲੱਗਦਾ ਕਿ ਹੁਣ ਮੈਂ ਕਈ ਚੈਨਲ ਵਾਲਿਆਂ ਨੂੰ ਵੀ ਸੁਣਦੀ ਠੀਕ ਹੈ ਕੱਲ੍ਹ ਪਰਸੋਂ ਵੀ ਕੋਈ ਚੈਨਲ ਵਾਲੇ ਆਏ ਸੀ ਅਤੇ ਉਹ ਕਹਿੰਦੇ ਕਿ ਅਸੀਂ ਆਪਣੇ ਪਿੰਡ 'ਚ ਹੀ ਔਫਿਸ ਖੋਲ੍ਹਿਆ ਹਜੇ ਅਜੇ ਛੋਟਾ ਸਾਡਾ ਔਫਿਸ ਠੀਕ ਹੈ ਸੋ ਉਹੀ ਹੈ ਕਿ ਜਿੱਦਣ ਪੰਜਾਬ ਦੇ ਯੂਥ ਨੂੰ ਇਹ ਸਮਝ ਆ ਗਈ ਇੱਥੇ ਸਾਡੇ ਲਾਗੇ 'ਚ ਜਲਵੱਡੀ ਪਿੰਡ ਹੈਗਾ ਉੱਥੇ ਇੱਕ ਲੜਕੇ ਨੇ ਸਟੋਰ ਖੋਲ੍ਹਿਆ ਹੋਇਆ ਆਪਣਾ ਗਰੋਸਰੀ ਸਟੋਰ ਠੀਕ ਹੈ ਉੱਦਾਂ ਲੱਗਦਾ ਜਦੋਂ ਆਪਾਂ ਫੋਰਨ ਕੰਟਰੀ 'ਚ ਆ ਗਏ ਠੀਕ ਹੈ ਜਿੱਦਣ ਪੰਜਾਬ ਦੇ ਯੂਥ ਨੇ ਇਹ ਚੀਜ਼ ਅਪਲਾਈ ਕਰਦੀ ਕਿ ਮਾਡਰਨ ਚੀਜ਼ਾਂ ਜਾਂ ਵੱਖ ਵੱਖ ਬਿਜ਼ਨਸ ਅਸੀਂ ਉਹਦੀ ਲੋਕੇਸ਼ਨ ਜਿਹੜੀ ਉਹ ਪਿੰਡ ਵੀ ਰੱਖ ਸਕਦੇ ਹਾਂ ਉੱਦਣ ਜਿਹੜੀ ਆ ਉਹ ਆਪਣੇ ਆਪ ਬਦਲਾਵ ਆ ਜਾਏਗਾ ਹਰ ਵੱਡੀ ਤੋਂ ਵੱਡੀ ਕੰਪਨੀ ਜਿਹੜੀ ਆ ਉਹ ਪੰਜਾਬ ਦੇ ਪਿੰਡਾਂ 'ਚ ਆਪਣਾ ਜਿਹੜੀ ਬਿਲਡਿੰਗ ਬਣਾਉਣਾ ਚਾਹੇਗੀ ਪਿੰਡਾਂ 'ਚ ਆਪਣਾ ਆਫਿਸ ਬਣਾਉਣਾ ਚਾਹੇਗੀ ਸੋ ਆਪਾਂ ਜਦੋਂ ਸਟਾਰਟਿੰਗ 'ਚ ਹੀ ਗੱਲ ਕਰ ਰਹੇ ਸੀ ਕਿ ਲੋਕ ਬਹੁਤ ਸ਼ੈਤਾਨ ਆ ਠੀਕ ਹੈ ਨਾ ਪਿੰਡਾਂ 'ਚ ਜਾਇਦਾਦ ਬਣਾ ਕੇ ਪਿੰਡਾਂ 'ਚ ਯੂ ਨੋ 500-500 1000-1000 ਕਿੱਲੇ ਬਣਾ ਕੇ ਅਤੇ ਆਪ ਸ਼ਹਿਰ 'ਚ ਇੰਜੋਏ ਕਰਕੇ ਅਤੇ ਲੋਕਾਂ ਨੂੰ ਅਟਰੈਕਟ ਕਰਦੇ ਕਿ ਆਹ ਦੁਨੀਆ ਤੁਸੀਂ ਦੇਖੋ
ਪਰ ਇਹ ਨਹੀਂ ਪਤਾ ਕਿ ਜਿਹੜੀ ਅਮੀਰੀ ਆ ਉਹ ਪਿੰਡਾਂ ਕਰਕੇ ਹੀ ਆ ਉਹਨਾਂ ਦੀ ਅਮੀਰੀ ਠੀਕ ਹੈ ਸੋ ਆਪਾਂ ਤੇ ਪਹਿਲਾਂ ਹੀ ਪਿੰਡ 'ਚ ਬੈਠੇ ਆ ਸੋ ਆਪਾਂ ਆਪੇ ਹੀ ਉਹਨੂੰ ਪਹਿਲਾਂ ਹੀ ਉਹਨੂੰ ਉਹ ਉਸ ਅਮੀਰੀ ਨੂੰ ਪਹਿਚਾਣੀਏ ਆਪਣੀਆਂ ਜਗ੍ਹਾ ਨੂੰ ਠੀਕ ਹੈ ਆਪਣੀ ਉੱਥੇ ਆਪਾਂ ਕੀ ਖੋਲ ਸਕਦੇ ਹਾਂ ਕੀ ਕਰ ਸਕਦੇ ਤੇ ਉੱਥੇ ਹੀ ਰਹੀਏ ਤੇ ਉੱਥੇ ਬਹਿ ਕੇ ਸਾਰਾ ਕੁਛ ਜਿਹੜਾ ਉਹ ਬਣਾਈਏ ਲੋਕ ਪੜ੍ਹਾਈ ਦੀ ਬੜੀ ਗੱਲ ਕਰਦੇ ਕਿ ਨਹੀਂ ਪੜ੍ਹਨ ਲਈ ਚੰਡੀਗੜ੍ਹ ਜਾਣਾ ਪੜ੍ਹਨ ਲਈ ਕੈਨੇਡਾ ਜਾਣਾ ਉਹ ਬੜਾ ਜ਼ਰੂਰੀ ਆ ਦੁਨੀਆ ਦੀਆਂ ਬੇਸ਼ੁਮਾਰ ਕਿਤਾਬਾਂ ਔਨਲਾਈਨ ਵੀ ਅਵੇਲੇਬਲ ਆ ਵੱਖ ਵੱਖ ਲਾਇਬ੍ਰੇਰੀ 'ਚ ਅਵੇਲੇਬਲ ਆ ਠੀਕ ਆ ਤੇ ਜਦੋਂ ਏ ਬੀ ਸੀ ਆ ਜਾਏ ਨਾ ਜਿਹਨੇ ਪੜ੍ਹਨਾ ਉਹਨੇ ਘਰ ਬੈਠ ਕੇ ਵੀ ਪੜ੍ਹ ਲੈਣਾ ਉਹਨੇ ਕਿਸੇ ਵੀ ਸਕੂਲ ਦੇ ਵਿੱਚ ਪੜ੍ਹ ਕੇ 100 ਚੋਂ 100 ਮੈਚ ਨੰਬਰ ਲੈ ਲੈਣੇ ਜਿਹਨੇ ਪੜ੍ਹਨਾ ਉਹਨੇ ਘਰ ਬਹਿ ਕੇ ਵੀ ਪੜ੍ਹ ਲੈਣਾ ਠੀਕ ਹੈ ਐਕਸਪੋਜ਼ਰ ਦੀ ਬਹੁਤ ਗੱਲ ਕਰਦੇ ਆ ਕਿ ਨਹੀਂ ਉੱਥੇ ਜਾ ਕੇ ਐਕਸਪੋਜ਼ਰ ਜ਼ਿਆਦਾ ਹੋ ਜਾਏਗਾ ਪਰ ਜਿੰਨਾ ਐਕਸਪੋਜ਼ਰ ਤੁਹਾਨੂੰ ਇੱਕ ਕਿਤਾਬ ਪੜ੍ਹ ਕੇ ਤੇ ਲੋਕਾਂ ਨੂੰ ਮਿਲ ਮਿਲ ਕੇ ਐਕਸਪੋਜ਼ਰ ਆਉਂਦਾ ਉਹ ਤੋਂ ਵੱਡਾ ਐਕਸਪੋਜ਼ਰ ਕੋਈ ਨਹੀਂ ਹੁੰਦਾ ਸਭ ਤੋਂ ਵੱਡਾ ਐਕਸਪੋਜ਼ਰ ਹੁੰਦਾ ਕਿ ਤੁਹਾਨੂੰ ਆਪਣੇ ਸੰਸਕਾਰਾਂ ਦਾ ਐਕਸਪੋਜ਼ਰ ਹੈ ਜੋ ਤੁਹਾਨੂੰ ਤੁਹਾਡੇ ਪੇਰੈਂਟਸ ਨੇ ਸਿਖਾਇਆ ਜੋ ਤੁਸੀਂ ਆਪਣੇ ਪਿੰਡ ਤੋਂ ਸਿੱਖਿਆ ਉਹਦਾ ਐਕਸਪੋਜ਼ਰ ਤੁਹਾਨੂੰ ਹੈ ਤੁਸੀਂ ਉਹਦੀਆਂ ਗੱਲਾਂ ਕਰੋ ਵੱਡੀਆਂ ਵੱਡੀਆਂ ਸਟੇਜਿਸ ਤੇ ਦੇਖਿਓ ਲੋਕ ਖੜੇ ਹੋ ਕੇ ਤਾੜੀਆਂ ਮਾਰਨਗੇ ਕਿ ਕੀ ਸੰਸਕਾਰ ਨੇ ਘੁੰਮ ਫਿਰ ਕੇ ਸਾਰੀ ਦੁਨੀਆ ਘੁੰਮ ਕੇ ਜਿੱਦਣ ਹਾਰਵਰਡ ਯੂਨੀਵਰਸਿਟੀ ਪੜ੍ਹਨ ਜਾਣਾ ਉਦਣ ਵੀ ਉੱਥੇ ਸਾਧ ਗੁਰੂ ਨੇ ਆਉਣਾ ਉਦਣ ਵੀ ਉਸਦੇ ਜਿਹੜੇ ਜਿੰਨੇ ਫੇਮਸ ਫੇਮਸ ਲੋਕਾਂ ਨੂੰ ਲੋਕੀ ਸੁਣਦੇ ਉਹਨਾਂ ਨੇ ਆਉਣਾ ਤੇ ਦੱਸਣਾ ਫਿਰ ਆਹੀ ਉਹਨਾਂ ਨੇ ਕਿ ਓਨੈਸਟ ਰਹੋ ਠੀਕ ਆ ਤੇ ਅੱਜ ਹੀ ਮੈਂ ਸਵੇਰੇ ਦੇਖਦੀ ਪਈ ਸੀ ਕਿ ਸਵੇਰੇ ਉੱਠ ਕੇ ਨਿੰਮ ਦੇ ਪੱਤੇ ਖਾਓ ਠੀਕ ਹੈ ਤੇ ਜੇ ਉੱਥੇ ਜਾ ਕੇ ਵੀ ਇਹੀ ਸੁਣਨਾ ਤੇ ਫਿਰ ਤੁਹਾਨੂੰ ਉਹ ਤੇ ਤੁਹਾਡੀ ਦਾਦੀ ਵੀ ਦੱਸ ਰਹੀ ਹੈ ਨਾ ਕਿ ਘਰੇ ਬਹਿ ਕੇ ਨਿੰਮ ਦੇ ਪੱਤੇ ਜਿਹੜੇ ਖਾਓ ਸੋ ਘੁੰਮ ਕੇ ਕਹਿੰਦੇ ਨਾ ਹਿਸਟਰੀ ਰਿਪੀਟ ਹੋਣਾ ਫਿਰ ਉਹੀ ਆ ਅਸਲ ਵਿਜੇਤਾ ਉਹੀ ਆ ਅਸਲ ਸਕਸੈਸ ਉਹੀ ਕਿ ਤੁਸੀਂ ਇੱਕ ਚੰਗੇ ਇਨਸਾਨ ਹੋ ਇਸ ਤੋਂ ਵੱਡੀ ਸਕਸੈਸ ਕੋਈ ਹੈ ਹੀ ਨਹੀਂ ਜਿਸ ਦਿਨ ਇਹ ਸਮਝ ਲੱਗ ਗਈ ਤੇ ਚੰਗੇ ਤੁਸੀਂ ਘਰੇ ਰਹਿ ਕੇ ਹੋ ਸਕਦੇ ਜੇ ਤੁਹਾਨੂੰ ਇੰਨਾ ਤਾਮ ਝਾਮ ਕਰਨ ਦੀ ਜ਼ਿੰਦਗੀ 'ਚ ਲੋੜ ਨਹੀਂ ਆ ਤੇ ਜੇ ਤੁਸੀਂ ਆਪਣੇ ਪ੍ਰੋਫੈਸ਼ਨ 'ਚ ਮੁਕੰਮਲ ਹੋਵੋਗੇ ਦੁਨੀਆ ਹੁਣ ਬਾਉਂਡਰੀਲੈਸ ਹੋ ਗਈ ਆ ਹਰ ਜਗ੍ਹਾ ਇੰਟਰਨੈਟ ਆ ਤੇ ਤੁਸੀਂ ਜਿੰਨੇ ਮਰਜ਼ੀ ਪੈਸੇ ਜਿਹੜੇ ਆ ਉਹ ਘਰੋਂ ਵੀ ਕਮਾ ਸਕਦੇ ਜੇ ਵਰਕ ਫਰੋਮ ਹੋਮ ਵੀ ਤੁਸੀਂ ਘਰੋਂ ਇੱਥੇ ਬਹਿ ਕੇ ਇੰਜੀਨੀਅਰਿੰਗ 'ਚ ਆਪਣੀ ਕੋਡਿੰਗ ਕਰ ਸਕਦੇ ਜੇ ਜ਼ਰੂਰੀ ਨਹੀਂ ਕਿ ਤੁਸੀਂ ਚੰਡੀਗੜ੍ਹ ਦੇ ਘਰ ਦੇ ਵਿੱਚ ਪੀ ਜੀ 'ਚ ਬਹਿ ਕੇ ਹੀ ਕੋਡਿੰਗ ਕਰਨੀ ਅਤੇ ਉੱਥੇ ਬੈਟਰ ਹੋ ਜਾਣੀ ਆ ਠੀਕ ਆ ਹਰ ਚੀਜ਼ ਅਤੇ ਨਾਲੇ ਆਪਣਾ ਬੇਸ ਪੰਜਾਬ ਬਣਾਓ ਨਾ ਬਿਲਕੁਲ ਮੈਂ ਇਹ ਕਿਹਾ ਕਿ ਵੇਚ ਵੱਟ ਕੇ ਨਾ ਚੱਲ ਜਾਓ ਛੱਡ ਕੇ ਨਾ ਜਾਓ ਇੱਕ ਕੋਠੀ ਇੱਥੇ ਬਣਾਓ ਇੱਕ ਉੱਥੇ ਬਣਾਓ ਇੱਥੇ ਕਈ ਕਾਰੋਬਾਰ ਖੋਲੋ ਇੱਥੇ ਘੱਟ ਪੈਸੇ ਲੱਗਣੇ ਆ ਉੱਥੇ ਵੀ ਖੋਲੋ ਠੀਕ ਆ ਹਰ ਜਿਹੜਾ ਵਾ ਦੂਜੇ ਤੀਜੇ ਮਹੀਨੇ ਪੰਜਾਬ ਵੀ ਆਓ ਉੱਥੇ ਵੀ ਜਾਓ ਉੱਥੋਂ ਜੋ ਸਿੱਖਿਆ ਇੱਥੇ ਸਿਖਾਓ ਜੋ ਇੱਥੋਂ ਸਿੱਖਿਆ ਉੱਥੇ ਸਿਖਾਓ ਕਿ ਸਾਡੇ ਵੀ ਇੱਥੇ ਬੜਾ ਕੁਛ ਆ ਸਿੱਖਣ ਵਾਸਤੇ ਠੀਕ ਹੈ ਨਾ ਉਹ ਸਾਰਾ ਯੋਗਾ ਜਿਹੜਾ ਵਾ ਸਾਰਾ ਅਮਰੀਕਾ ਯੋਗਾ ਕਰ ਰਿਹਾ ਤੇ ਯੋਗਾ ਗਿਆ ਇੰਡੀਆ ਤੋਂ ਠੀਕ ਹੈ ਨਾ ਸਾਰਾ ਅਮਰੀਕਾ ਜਿਹੜਾ ਵਾ ਉਹ ਸਾਡੇ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਠੀਕ ਆ ਹਰ ਚੀਜ਼ ਉਹ ਹਿੰਦੀ 'ਚ ਵੀ ਆ ਉਹਦੀ ਇੰਗਲਿਸ਼ ਟਰਾਂਸਲੇਸ਼ਨ ਹੋ ਰਹੀ ਹੈ ਉੱਥੋਂ ਇੰਗਲਿਸ਼ 'ਚ ਟਰਾਂਸਲੇਟ ਕਰਕੇ ਇੱਥੇ ਮਤਲਬ ਕਿ ਕਰਵਾ ਰਹੇ ਨੇ ਫਿਰ ਉਹਨੂੰ ਸਮਝ ਰਹੇ ਨੇ ਠੀਕ ਹੈ ਤੇ ਫਿਰ ਇੱਥੇ ਹੀ ਸਿੱਖ ਲਓ ਨਾ ਬਿਲਕੁਲ ਉੱਥੇ ਜਾ ਕੇ ਵੀ ਸੋ ਇਹ ਕਿ ਘੁੰਮ ਫਿਰ ਕੇ ਲੋਕ ਆਪਣੇ ਕਲਚਰ ਨਾਲ ਜੁੜੇ ਆ ਤੇ ਅਸੀਂ ਆਪਣੇ ਕਲਚਰ ਨਾਲ ਨਹੀਂ ਜੁੜ ਰਹੇ ਠੀਕ ਹੈ ਨਾ ਲੋਕ ਆਪਣੇ ਕਲਚਰ ਨਾਲ ਜੁੜੇ ਆ ਉਹ ਆਪਣਾ ਯੂ ਐਸ ਛੱਡ ਕੇ ਇੱਥੇ ਆ ਰਹੇ ਠੀਕ ਹੈ ਉਹ ਦੂਜੇ ਕੰਟਰੀ ਦੇ ਛੱਡ ਕੇ ਇੱਥੇ ਆ ਰਹੇ ਨੇ ਸੋ ਇਹ ਕਿ ਅਸੀਂ ਆਪਣੇ ਆਪ ਨੂੰ ਕਿਉਂ ਇੰਨਾ ਕੁਛ ਹੁੰਦੇ ਵੀ ਗਰੀਬ ਸਮਝਿਆ ਹੋਇਆ ਵਾ ਕਿ ਸਾਡੇ ਕੋਲ ਕੁਛ ਨਹੀਂ ਆ ਤੁਸੀਂ ਵੀ ਇੰਨੇ ਪਿੰਡ ਵੇਖੇ ਮੈਂ ਵੀ ਇੰਨੇ ਪਿੰਡ ਵੇਖੇ ਨੇ ਠੀਕ ਹੈ ਦੱਸੋ ਕਿ ਪਿੰਡ ਨਹੀਂ ਸੋਹਣੇ ਸੋਹਣੇ ਬਹੁਤ ਉਹੀ ਚੀਜ਼ ਹੈ ਨਾ ਅੱਜ ਕੱਲ੍ਹ ਜਿਵੇਂ ਹੁਣ ਅਸੀਂ ਕੱਚੇ ਘਰ ਭਾਵੇਂ ਢਾਤੇ ਆ ਪਰ ਜੇ ਅਸੀਂ ਅੱਜ ਕੱਲ੍ਹ ਫੋਟੋ ਸ਼ੂਟ ਕੋਈ ਕਰਵਾਉਣਾ ਸਾਨੂੰ ਕੱਚਾ ਘਰ ਚਾਹੀਦਾ ਉੱਥੇ ਅਸੀਂ ਪੈਸੇ ਦੇ ਕੇ ਕਰਵਾਉਣੇ ਆ ਗੱਲ ਤਾਂ ਉਹੀ ਹੈ ਨਾ ਮੁੜ ਕੁੜ ਜਾਂਦੇ ਤਾਂ ਅਸੀਂ ਉੱਥੇ ਹੀ ਆ ਅੱਛਾ ਮੈਂ ਸੁਨੇਹਾ ਜ਼ਰੂਰ ਲੈਣਾ ਚਾਹੂੰ ਸਾਡੇ ਸਰੋਤਾਂ ਲਈ ਹਾਲਾਂਕਿ ਆਪਣੀ ਪੂਰੀ ਮੁਲਾਕਾਤ ਦੇ ਵਿੱਚ ਸੁਨੇਹੇ ਹੀ ਗਏ ਆ ਪੂਰੇ ਪਰ ਫਿਰ ਵੀ ਇੱਕ ਸੁਨੇਹਾ ਜਿਹੜਾ ਜ਼ਰੂਰ ਸਾਰੇ ਸਰੋਤਿਆਂ ਦੇ ਲਈ ਦਿਓ ਸੋ ਸੁਨੇਹਾ ਮੇਰਾ ਇਹੀ ਆ ਕਿ ਇੱਕ ਵਾਰ ਜ਼ਰੂਰ ਸੋਚੋ ਕਿ ਤੁਸੀਂ ਫੋਰਨ ਕੰਟਰੀ ਅਤੇ ਪੰਜਾਬ ਦਾ ਜਿਹੜਾ ਬ੍ਰਿਜ ਬਣੋ ਠੀਕ ਹੈ ਤੁਸੀਂ ਐਸੇ ਇਨਸਾਨ ਨਾ ਬਣੋ ਕਿ ਜੋ ਸਾਰਾ ਕੁਛ ਇੱਥੋਂ ਲੈ ਕੇ ਅਤੇ ਪੱਕਾ ਹੀ ਉੱਥੇ ਸੈਟਲ ਹੋ ਗਿਆ ਮੈਂ ਕਾਫੀ ਵਾਰ ਇਹ ਸੇਮ ਹੀ ਸੁਨੇਹਾ ਦਿੱਤਾ ਕਿ ਸਾਨੂੰ ਜਿਹੜਾ ਬ੍ਰਿਜ ਬਣਨ ਦੀ ਲੋੜ ਆ ਜੋ ਅਸੀਂ ਬਾਹਰੋਂ ਸਿੱਖਦੇ ਹਾਂ ਉਹ ਅਸੀਂ ਇੱਥੇ ਲੈ ਕੇ ਆਈਏ ਜੋ ਇੱਥੋਂ ਸਿੱਖਦੇ ਹਾਂ ਅਸੀਂ ਬਾਹਰ ਲੈ ਕੇ ਜਾਈਏ ਠੀਕ ਹੈ ਸੋ ਇਹਨਾਂ ਯੂਥ ਜਦੋਂ ਬਾਹਰ ਜਾਈ ਜਾ ਰਿਹਾ ਖਾਸ ਕਰਕੇ ਚੰਗੇ ਘਰਾਂ ਦਾ ਯੂਥ ਵੀ ਮੈਂ ਕਹਾਂਗੀ ਕਿ ਜਿਨ੍ਹਾਂ ਨੂੰ ਪੈਸੇ ਦੀ ਕਮੀ ਨਹੀਂ ਇੱਕ ਤਾਂ ਹੁੰਦਾ ਕਿ ਜਿਹਨਾਂ ਦੀ ਮਜਬੂਰੀ ਆ ਅਤੇ ਪੈਸਾ ਕਮਾਉਣਾ ਚਾਹੁੰਦੇ ਨੇ ਠੀਕ ਆ ਪੰਜਾਬ 'ਚ ਨੌਕਰੀ ਨਹੀਂ ਅਤੇ ਉਹ ਕੁਛ ਸਾਲ ਲਾਉਣਾ ਚਾਹੁੰਦੇ ਨੇ ਉਹਨਾਂ 'ਚ ਵੀ ਬੜੇ ਬਿਹਤਰੀਨ ਬੱਚੇ ਮੈਂ ਦੇਖੇ ਕਿ ਜਿਨ੍ਹਾਂ ਨੇ ਕੁਛ ਸਾਲ ਬਾਹਰ ਲਾ ਕੇ ਫਿਰ ਇੱਥੇ ਆ ਕੇ ਆਪਣੇ ਬਿਜ਼ਨਸ ਖੜੇ ਕੀਤੇ ਇੱਥੇ ਆ ਕੇ ਆਪਣੀ ਜ਼ਮੀਨ ਬਣਾ ਲਈ ਜਾਇਦਾਦ ਬਣਾ ਲਈ ਅਤੇ ਫਿਰ ਸੋਚਿਆ ਠੀਕ ਹੈ ਸੋ ਜਾਣ ਲੱਗਿਆਂ ਦੇਖੋ ਅਸੀਂ ਇੱਕ ਵਾਰੀ ਨਹੀਂ ਸੋਚਦੇ ਠੀਕ ਆ ਸੋ ਇਸ ਕਰਕੇ ਇਹੋ ਜਿਹੇ ਬਣੋ ਕਿ ਉੱਥੇ ਜਾ ਕੇ ਵੀ ਇੰਨੀ ਤਰੱਕੀ ਕਰੋ ਕਿ ਆਉਣ ਲੱਗਿਆਂ ਵੀ ਇੱਕ ਵਾਰ ਨਾ ਤੁਸੀਂ ਸੋਚੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਇਸੇ ਮਿੱਟੀ ਤੋਂ ਉੱਠੇ ਹਾਂ ਅਤੇ ਇੱਥੇ ਹੀ ਵਾਪਸ ਆਉਣਾ ਹੈ ਆਪਣਾ ਜਿਹੜਾ ਬੇਸ ਆ ਆਪਣੀ ਜਿਹੜੀ ਬੇਸ ਲੋਕੇਸ਼ਨ ਆ ਉਹ ਪੰਜਾਬ ਨੂੰ ਕਹੋ
ਪੰਜਾਬ ਨੂੰ ਸੋਚੋ ਤੇ ਪੰਜਾਬ ਨੂੰ ਰੱਖੋ ਭਾਵੇਂ ਤੁਸੀਂ ਸਾਲ ਦੇ ਵਿੱਚ 11 ਮਹੀਨੇ ਅਮਰੀਕਾ ਰਹੋ ਪਰ ਜਿਹੜੀ ਸਾਡੀ ਬੇਸ ਲੋਕੇਸ਼ਨ ਆ ਉਹ ਸਾਡੇ ਪੂਰੇ ਪਰਿਵਾਰ ਨੂੰ ਪਤਾ ਹੋਣੀ ਚਾਹੀਦੀ ਕਿ ਇਹ ਸਾਡੀ ਬੇਸ ਲੋਕੇਸ਼ਨ ਜਿਹੜੀ ਆ ਇਹ ਅਸੀਂ ਘੁੰਮ ਕੇ ਇੱਥੇ ਜਿਹੜਾ ਵਾ ਉਹ ਆਉਣਾ ਹੀ ਆਉਣਾ ਵਾ ਸੋ ਆਈ ਥਿੰਕ ਇਹ ਬਹੁਤ ਜ਼ਰੂਰੀ ਹੈ ਜੀ ਜੀ ਮਨਦੀਪ ਜੀ ਮਾਫੀ ਵੀ ਚਾਹੁੰਦੇ ਹਾਂ ਅਸੀਂ ਮਿੰਟ 30 ਲਏ ਸੀ ਪਰ ਸਮਾਂ ਸ਼ਾਇਦ ਆਪਾਂ ਗੱਲਾਂ ਬਾਤਾਂ ਦੇ ਵਿੱਚ ਜ਼ਿਆਦਾ ਹੋ ਗਿਆ ਤੁਹਾਡਾ ਸਮਾਂ ਜਿਹੜਾ ਕੀਮਤੀ ਹੈ ਪਰ ਤੁਸੀਂ ਸਮੇਂ ਦੇ ਵਿੱਚੋਂ ਕੀਮਤੀ ਸਾਨੂੰ ਸਮਾਂ ਦਿੱਤਾ ਉਹਦੇ ਲਈ ਤੁਹਾਡੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸੋ ਮੇਰੇ ਨਾਲ ਮਨਦੀਪ ਕੌਰ ਟਾਂਗਰਾ ਹੋ ਰਹੀ ਸੀ ਅੱਜ ਦੀ ਮੁਲਾਕਾਤ ਦੇ ਵਿੱਚ ਸਿੱਖ ਨੂੰ ਬੜਾ ਕੁਝ ਮਿਲਿਆ ਜੋ ਮੈਂ ਕੁੱਲ ਮਿਲਾ ਕੇ ਸਿੱਖਿਆ ਆ ਉਹ ਇਹੀ ਆ ਕਿ ਇਹ ਨਹੀਂ ਜ਼ਰੂਰੀ ਕਿ ਯਾਰ ਤੁਹਾਡੀ ਕਦਰ ਜਿਹੜੀ ਆ ਉਹ ਮਹਿਲਾਂ 'ਚ ਹੀ ਪੈਣੀ ਆ ਜਾਂ ਤੁਸੀਂ ਕੁਛ ਕਰਨਾ ਤਾਂ ਮਹਿਲ ਹੀ ਹੋਣੇ ਜ਼ਰੂਰੀ ਆ ਕਦਰ ਜੇਕਰ ਤੁਹਾਡੇ ਵਿੱਚ ਕੁਛ ਨਾ ਕੁਛ ਕਰਨ ਦਾ ਜਜ਼ਬਾ ਆ ਜਨੂੰਨ ਆ ਤਾਂ ਉਹ ਦਿਨ ਜ਼ਰੂਰ ਦੂਰ ਨਹੀਂ ਜਦੋਂ ਤੁਹਾਡੀ ਕੁੱਲੀ ਦੇ ਵਿੱਚ ਵੀ ਮੇਲੇ ਲੱਗਿਆ ਕਰਨਗੇ ਜਿਸ ਤਰ੍ਹਾਂ ਦੇ ਨਾਲ ਇਸ ਪੰਜਾਬ ਦੀ ਧੀ ਨੇ ਜਿਹੜਾ ਕਰਕੇ ਦਿਖਾਇਆ ਕਿ ਅੱਜ ਟਾਂਗਰੇ ਦੇ ਵਿੱਚ ਕਹਿੰਦੇ ਕਹਾਉਂਦੇ ਲੋਕ ਆਉਂਦੇ ਆ ਤਾਂ ਉਹ ਇਹ ਦੇਖਣ ਦੇ ਲਈ ਆਉਂਦੇ ਆ ਕਿ ਆਖਿਰ ਟਾਂਗਰੇ ਦੇ ਵਿੱਚ ਇਹੋ ਜਿਹੀ ਕਿਹੜੀ ਬੂਟੀ ਜਿਹੜੀ ਆ ਭਾਈ ਇਹ ਪੰਜਾਬ ਦੀ ਧੀ ਅਗਾਈ ਬੈਠੀ ਆ ਸੋ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਸਮੇਂ ਸਮੇਂ 'ਤੇ ਹਾਜ਼ਰ ਹੁੰਦੇ ਰਹਾਂਗੇ ਹੁਣ ਆਪਣੇ ਦੋਸਤ ਜਸ ਕਰੇ ਬਣਦੇ ਹੋ ਇਜਾਜ਼ਤ ਦੇਖਦੇ ਰਹੋ ਆਰ ਐਮ ਬੀ ਟੈਲੀਵਿਜ਼ਨ ਧੰਨਵਾਦ ਜੀ